ਮੈਂ ਹਾਂ ਗੁਰਪ੍ਰੀਤ ਸਿੰਘ ਮਹਿਦੂਦਾ ਅਤੇ ਪਹਿਰੇਦਾਰ ਟੀਵੀ ਦੇ ਵਿੱਚ ਅੱਜ ਦਾ ਜਿਹੜਾ ਭੱਖ ਦਾ ਮਸਲਾ ਪ੍ਰੋਗਰਾਮ ਆ ਸਾਡਾ ਭੱਖ ਦੇ ਮਸਲੇ ਪ੍ਰੋਗਰਾਮ ਆ ਉਸ ਦੇ ਵਿੱਚ ਸਮੁੱਚੀ ਜਿਹੜੀ ਸਾਡੇ ਮਹਿਮਾਨ ਨੇ ਉਹਨਾਂ ਦਾ ਸਵਾਗਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਮਸਲਾ ਸੀ ਸਿਲਵਰ ਜੁਬਲੀ ਜਿਹੜੀ ਪੰਚਾਇਤ ਦਿਵਸ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹਦੀ ਆਪਾਂ ਪੰਚਾਇਤ ਦਿਵਸ ਦੀ ਸਿਲਵਰ ਜੁਬਲੀ ਜਿਹੜੀ ਮਨਾਉਣ ਜਾ ਰਹੇ ਹਾਂ 1993 ਦੇ ਵਿੱਚ 73ਵੀਂ ਜਿਹੜੀ ਸੰਵਿਧਾਨਕ ਸੋਧ ਦੇ ਤਹਿਤ ਜਿਹੜਾ ਪੰਚਾਇਤਾਂ ਨੂੰ ਨਵਾਂ ਰੂਪ ਦਿੱਤਾ ਗਿਆ ਸੀ ਜਿਸ ਦੇ ਤਿੰਨ ਹਿੱਸੇ ਜ਼ਿਲ੍ਹਾ ਪਰਿਸ਼ਦ ਬਲਾਕ ਸੰਮਤੀ ਅਤੇ ਪੰਚਾਇਤ ਇਹ ਤਿੰਨ ਹਿੱਸੇ ਬਣਾ ਕੇ ਉਹਨਾਂ ਨੂੰ ਇੱਕ ਕਾਨੂੰਨੀ ਜਾਮਾ ਦੇਣ ਤੋਂ ਬਾਅਦ ਇੱਕ ਵਿਸ਼ੇਸ਼ ਤਾਕਤਾਂ ਦਿੱਤੀਆਂ ਗਈਆਂ ਸਨ ਸੰਵਿਧਾਨਕ ਅਧਿਕਾਰ ਦਿੱਤੇ ਗਏ ਸਨ ਉਹਨਾਂ ਦੇ ਉੱਤੇ ਜਿਹੜੇ ਉਸੇ ਦੇ ਉੱਤੇ ਜਿਹੜੀ ਅੱਜ ਚਰਚਾ ਕਰਨ ਦੇ ਲਈ ਸਾਡੇ ਦਰਮਿਆਨ ਜੁੜੇ ਨੇ ਜਿਹੜੇ ਸਰਪੰਚ ਨੇ ਔਰ ਯੂਨੀਅਨ ਦੇ ਪ੍ਰਧਾਨ ਵੀ ਨੇ ਉਹਨਾਂ ਨਾਲ ਅਸੀਂ ਤੁਹਾਡੀ ਪਹਿਲਾਂ ਜਾਣ ਪਹਿਚਾਣ ਕਰਾਉਂਦੇ ਹਾਂ। ਸਭ ਤੋਂ ਪਹਿਲਾਂ ਸਾਡੇ ਦਰਬਾਰ ਸਿੰਘ ਜੀ ਗਿੱਲ ਜਿਹੜੇ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੇ ਉਹ ਸਾਡੇ ਦਰਮਿਆਨ ਇਸ ਮਾਮਲੇ ਦੇ ਉੱਤੇ ਚਰਚਾ ਕਰਨ ਲਈ ਜੁੜੇ ਨੇ ਤੇ ਉਸ ਤੋਂ ਬਿਨਾਂ ਸਾਡੇ ਸਟੂਡੀਓ ਦੇ ਵਿੱਚ ਤਤਿੰਦਰਪਾਲ ਸਿੰਘ ਸਿੰਘਪੁਰਾ ਜਿਹੜੇ ਕਿ ਸਿੰਘਪੁਰਾ ਪੰਚਾਇਤ ਦੇ ਸਰਪੰਚ ਨੇ ਉਹ ਸਾਡੇ ਦਰਮਿਆਨ ਜੁੜੇ ਨੇ। ਇਸ ਤੋਂ ਬਿਨਾਂ ਹਰੀਓਮ ਸ਼ਰਮਾ ਜੀ ਜਿਹੜੇ ਨਿਊ ਰਾਜਗੁਰੂ ਨਗਰ ਜਿਹੜੀ ਕਿ ਲੁਧਿਆਣੇ ਦੀ ਬਿਲਕੁਲ ਨਾਲ ਲੱਗਦੀ ਪੰਚਾਇਤ ਆ ਉਹ ਜੁੜੇ ਨੇ ਤੇ ਕੁਲਦੀਪ ਸਿੰਘ ਜੀ ਖੰਗੂੜਾ ਜਿਹੜੇ ਕਿ ਪੰਚਾਇਤ ਯੂਨੀਅਨ ਦੇ ਵਿੱਚ ਬਲਾਕ ਦੇ ਜਿਹੜੇ ਪ੍ਰਧਾਨ ਨੇ ਉਹ ਸਾਡੇ ਦਰਮਿਆਨ ਜੁੜੇ ਨੇ ਤੇ ਇਹ ਸਾਰੇ ਜਿਹੜੇ ਮਹਿਮਾਨ ਨੇ ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਤੇ ਨਾਲ ਹੀ ਔਰਤਾਂ ਦੇ ਚਿੰਤਕ ਨੇ ਜਿਹੜੇ ਇੱਕ ਜਰਨਲਿਸਟ ਵਰਿੰਦਰ ਕੌਰ ਮਹਿਦੂਦਾ ਜਿਹੜੇ ਕਿ ਔਰਤਾਂ ਦੇ ਬਾਰੇ ਕਾਫੀ ਆਰਟੀਕਲ ਲਿਖ ਚੁੱਕੇ ਨੇ ਔਰ ਉਹਨਾਂ ਦੇ ਪ੍ਰਤੀ ਜਿਹੜੇ ਅਧਿਕਾਰ ਨੇ ਉਹਨਾਂ ਦੇ ਉਹਨਾਂ ਪ੍ਰਤੀ ਚਿੰਤਾਵਾਂ ਵਾਲੇ ਜਿਹੜੇ ਉਹ ਲਿਖਤਾਂ ਲਿਖ ਚੁੱਕੇ ਨੇ ਉਹ ਸਾਡੇ ਦਰਮਿਆਨ ਜੁੜੇ ਨੇ ਤੇ ਅੱਜ ਔਰਤਾਂ ਦੇ ਇਸ ਸੰਬੰਧ ਵਿੱਚ ਔਰਤਾਂ ਦੇ ਬਾਰੇ ਵੀ ਗੱਲ ਕਰਨਗੇ ਤੇ ਸਭ ਤੋਂ ਪਹਿਲਾਂ ਜਿਹੜਾ ਸਵਾਲ ਆ ਉਹ ਜਿਹੜਾ ਤਿੰਨ ਸੂਤਰੀ ਹੋਈ ਸੀਗੀ ਇਹਦੇ ਵਿੱਚ ਤਿੰਨ ਸੂਤਰਾਂ ਦੇ ਵਿੱਚ ਵੰਡ ਕੇ ਇਸ ਨੂੰ ਅਮਲੀ ਜਮਾ ਪਹਿਨਾਇਆ ਗਿਆ ਸੀ। ਸਾਡਾ ਸਭ ਤੋਂ ਪਹਿਲਾਂ ਸਵਾਲ ਤਤਿੰਦਰ ਸਿੰਘਪੁਰਾ ਨੂੰ ਹੈ ਵੀ ਪਿੰਡ ਪੱਧਰ ਤੇ ਪੰਚਾਇਤੀ ਘਰ ਸਥਾਪਨਾ ਕਰਨ ਦਾ ਜੋ ਇਸ ਦੇ ਵਿੱਚ ਇੱਕ ਮੇਨ ਮੋਟੋ ਰੱਖਿਆ ਗਿਆ ਸੀ ਉਸ ਦੇ ਵਿੱਚ ਕਿੰਨੀ ਕੁ ਸਫਲਤਾ ਮਿਲੀ ਹੈ ਤੇ ਕਿੰਨੇ ਕੁ ਪੰਚਾਇਤੀ ਘਰ ਨੇ ਜਿਹੜੇ ਉਹ ਸਥਾਪਿਤ ਹੋ ਚੁੱਕੇ ਨੇ? ਗੁਰਪ੍ਰੀਤ ਸਿੰਘ ਜੀ, ਪਹਿਲਾਂ ਤਾਂ ਮੈਂ ਸਾਰਿਆਂ ਦਾ ਕਿ ਤੁਹਾਡਾ ਪਹਿਰੇਦਾਰ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ 25 ਸਾਲਾਂ ਪੰਚਾਇਤ ਦੀ ਜਿਹੜੀ ਸਥਾਪਨਾ ਹੋਈ ਆ ਉਹਦੇ ਬਾਰੇ ਤੁਸੀਂ ਅੱਜ ਇਹ ਇੱਕ ਬਹੁਤ ਵਧੀਆ ਪ੍ਰੋਗਰਾਮ ਰੱਖਿਆ, ਤੁਹਾਡਾ ਧੰਨਵਾਦ ਕਰਦੇ ਹਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਗ੍ਰਾਮ ਪੰਚਾਇਤਾਂ ਪਿੰਡਾਂ ਦੇ ਵਿੱਚ ਬਣਾਈਆਂ ਗਈਆਂ ਨੇ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਸਰਕਾਰ ਦਾ, ਜੋ ਸੂਬੇ ਦੀ ਜੋ ਸਾਡੀ ਹਿੰਦੁਸਤਾਨ ਦੀ ਸਰਕਾਰ ਨੇ ਜੋ ਇਹ ਉਪਰਾਲਾ ਕੀਤਾ ਵੀ ਪੰਚਾਇਤੀ ਸਿਸਟਮ ਤੋਂ ਜੋ ਵੀ ਹਿੰਦੁਸਤਾਨ ਦੀ ਜੋ ਭਾਰਤ ਦੀ ਸਾਡੀ ਪ੍ਰਣਾਲੀ ਆ ਪੰਚਾਇਤਾਂ ਦੀ ਇਹ ਸਭ ਤੋਂ ਗ੍ਰਾਮ ਪੰਚਾਇਤ ਪਹਿਲੇ ਨੰਬਰ ਤੇ ਤੇ ਉਸ ਤੋਂ ਉੱਪਰ ਆ ਜਾਂਦੀ ਆ ਵਿਧਾਨ ਸਭਾ, ਵਿਧਾਨ ਸਭਾ ਤੋਂ ਬਾਅਦ ਜਿਹੜੀ ਸਾਡੀ ਮਹਾਂ ਪੰਚਾਇਤ ਆ ਸੁਪਰੀਮ ਆ ਜਿਹੜੀ ਸਾਡੀ ਲੋਕ ਸਭਾ, ਇਹ ਸਾਰੀਆਂ ਤਿੰਨਾਂ ਜਿਹੜੀਆਂ ਸੰਸਥਾਵਾਂ ਦੇ ਆਪਣੇ ਆਪਣੇ ਕੰਮ ਨੇ। ਜਿਸ ਤਰ੍ਹਾਂ ਲੋਕ ਸਭਾ ਸਾਡੀ ਕਾਨੂੰਨ ਬਣਾਉਂਦੀ ਆ, ਲੋਕ ਸਭਾ ਦੇ ਵਿੱਚ ਮਹਾਂ ਪੰਚਾਇਤ ਆ ਜਿਹੜੀ ਦੇਸ਼ ਦੀ ਉੱਥੋਂ ਚੱਲਦਾ ਸਿਸਟਮ, ਪਰ ਜਿਹੜੀ ਸ਼ੁਰੂਆਤ ਆ ਜਿਹੜੀ ਗ੍ਰਾਮ ਪੰਚਾਇਤਾਂ ਨੇ ਪਿੰਡਾਂ ਤੋਂ ਲੈ ਕੇ ਜਿਹੜਾ ਕੰਮ ਸ਼ੁਰੂ ਹੁੰਦੇ ਨੇ ਉਹੀ ਮੇਨ ਨੇ ਕਿ ਜਿਹੜੀਆਂ ਲੋਕਾਂ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਨੂੰ ਜਿਹੜੀਆਂ ਲੋਕ ਸਭਾ ਤੱਕ ਪਹੁੰਚਾਉਣੀਆਂ ਨੇ, ਦੇਸ਼ ਦੇ ਤੱਕ ਪਹੁੰਚਾਉਣੀਆਂ ਨੇ, ਉਹ ਸਾਡੀਆਂ ਗ੍ਰਾਮ ਪੰਚਾਇਤਾਂ ਤੋਂ ਹੀ ਪਹੁੰਚਾ ਹੁੰਦੀਆਂ ਨੇ ਤੇ ਹਰੇਕ ਗ੍ਰਾਮ ਪੰਚਾਇਤ ਦੇ ਨਾਲ ਪਿੰਡਾਂ ਦੇ ਲੋਕ, ਗਰੀਬ ਅਮੀਰ ਹਰ ਲੋੜਵੰਦ ਜੋ ਵੀ ਵਿਅਕਤੀ ਆ ਜਿਹਨੂੰ ਕਿਸੇ ਕਿਸਮ ਦੀ ਵੀ ਲੋੜ ਆ ਜਾਂ ਪਿੰਡਾਂ ਦੇ ਵਿਕਾਸ ਕਰਨੇ ਜਾਂ ਲੋਕਾਂ ਦੇ ਵਿਕਾਸ ਕਰਨੇ, ਬੱਚਿਆਂ ਦੀ ਐਜੂਕੇਸ਼ਨ ਆ, ਉਹ ਗ੍ਰਾਮ ਪੰਚਾਇਤ ਤੋਂ ਹੀ ਸ਼ੁਰੂ ਹੁੰਦੀ ਆ। ਇਹ ਇੱਕ ਵੱਡਾ ਗਿੱਲ ਸਾਹਿਬ ਤੁਹਾਨੂੰ ਸਵਾਲ ਆ ਵੀ ਜਿਸ ਪ੍ਰਕਾਰ 73ਵੀਂ ਸੋਧ ਦੇ ਰਾਹੀਂ
25 ਸਾਲ ਪਹਿਲਾਂ 1993 ਦੇ ਵਿੱਚ 24 ਅਪ੍ਰੈਲ 1993 ਨੂੰ ਇਹਨੂੰ ਪੰਚਾਇਤ ਨੂੰ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ, ਜ਼ਿਲ੍ਹਾ ਪਰਿਸ਼ਦ, ਬਲਾਕ ਸਮਿਤੀ ਔਰ ਪੰਚਾਇਤ। ਇਹ ਕਿੰਨੇ ਕੁ ਜਿਹੜੇ ਸਾਰਥਕ ਸਾਬਤ ਹੋਏ ਨੇ, ਇਹਦੇ ਤੇ ਜਿਹੜੇ ਦਰਸ਼ਕਾਂ ਨੂੰ ਜਾਣਕਾਰੀ ਜ਼ਰੂਰ ਦਿਓ। ਸਭ ਤੋਂ ਪਹਿਲਾਂ ਤਾਂ ਮੈਂ ਪਹਿਰੇਦਾਰ ਟੀਮ ਦਾ ਸਾਰੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਪੰਚਾਇਤ ਦਿਵਸ ਮਨਾਉਣ ਦੇ ਲਈ ਸਾਨੂੰ ਸਟੂਡੀਓ ਦੇ ਵਿੱਚ ਉੱਤਰ ਕੀਤਾ। ਜਦੋਂ 1952 ਦੇ ਵਿੱਚ ਸਾਡਾ ਪੰਚਾਇਤੀ ਰਾਜ ਸਿਸਟਮ ਸ਼ੁਰੂ ਹੋਇਆ, ਉਦੋਂ ਤੋਂ ਲੈ ਕੇ 1973 ਦੀ ਜਿਹੜੀ ਆ 93 ਦੀ ਸੋਧ ਹੋਈ, 73ਵੀਂ ਸੋਧ ਹੋਈ, ਇਹਦੀ ਲੋੜ ਕਿਉਂ ਪਈ? ਇਹਦੀ ਲੋੜ ਪਈ ਉਸ ਟਾਈਮ ਦੇ ਉੱਤੇ ਜਿੰਨੇ ਵੀ ਬਲਾਕ ਸੰਮਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਜਿੰਨੇ ਸ਼ਹਿਰਾਂ ਦੇ ਕੌਂਸਲਰ ਸੀਗੇ, ਇਹਨਾਂ ਨੂੰ ਸਾਰਿਆਂ ਨੂੰ ਦਿੱਲੀ ਸੱਦਿਆ ਗਿਆ। 2 ਮਹੀਨੇ ਇਹ ਸੈਮੀਨਾਰ ਚੱਲਿਆ, 2 ਮਹੀਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੇ ਸੁਣਨ ਤੋਂ ਬਾਅਦ ਚ ਇਹ ਮਹਿਸੂਸ ਕੀਤਾ ਕਿ ਅੱਜ ਜੇ ਸੈਂਟਰ ਗੌਰਮੈਂਟ 1 ਰੁਪਈਆ ਪੰਚਾਇਤ ਨੂੰ ਭੇਜਦੀ ਆ ਤਾਂ ਸਿਰਫ 17 ਪੈਸੇ ਪੰਚਾਇਤ ਤੱਕ ਪਹੁੰਚਦੇ ਆ, ਬਾਕੀ ਕੁਛ ਸਤਾ ਦੇ ਦਲਾਲ, ਕੁਛ ਅਫਸਰ ਇਹ ਸਾਰੇ ਨੂੰ ਗਵਰਨ ਕਰ ਦਿੰਦੇ ਸੀ। ਉਹਨਾਂ ਨੇ ਇਹਦੇ ਵਿੱਚ ਸੋਧ ਕਰਕੇ ਪੰਚਾਇਤਾਂ ਨੂੰ 1 ਅਧਿਕਾਰ ਦਿੱਤੇ ਵੱਖਰੇ, ਜਿਹਦੇ ਚ 29 ਮਹਿਕਮਿਆਂ ਦਾ ਵਿੱਤੀ ਤੇ ਪ੍ਰਸ਼ਾਸਨਿਕ ਅਧਿਕਾਰ ਜਿਹੜਾ ਹੈ ਪੰਚਾਇਤਾਂ ਨੂੰ ਸੌਂਪ ਦਿੱਤਾ। ਪਰ ਅੱਜ 25 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਹ ਪਹਿਲਾਂ ਦੱਬ ਕੇ ਰਹਿ ਗਈਆਂ, ਕੋਈ ਇਹਦੇ ਤੇ ਕਿਸੇ ਨੇ ਵੀ ਇਹਨੂੰ ਅਮਲੀ ਜਾਮਾ ਨਹੀਂ ਪਹਿਨਾਇਆ। ਜਿਵੇਂ ਕਿ ਅੱਜ ਮਹਾਰਾਸ਼ਟਰ, ਤ੍ਰਿਪੁਰਾ ਜਾਂ ਹੋਰ ਬਾਹਰਲੀਆਂ ਸਟੇਟਾਂ ਨੇ, ਉਹ ਚ ਪੂਰਨ ਤੌਰ ਤੇ ਅਧਿਕਾਰ ਆ ਜਿਹੜੇ ਉਹ ਪੰਚਾਇਤਾਂ ਨੂੰ ਦਿੱਤੇ ਗਏ। ਮਤਲਬ ਇਹ ਸਿਸਟਮ ਫੇਲ ਹੈ ਲਗਭਗ, ਇਹ ਨਹੀਂ ਤਾਂ ਫੇਲ ਹੈ ਜੀ। ਅੱਛਾ ਜੀ, ਖੰਗੂਰਾ ਸਾਹਿਬ ਤੁਹਾਨੂੰ ਸਵਾਲਾਂ, ਜਿਵੇਂ ਇਹਨਾਂ ਨੇ ਵਿੱਤੀ ਗੱਲਾਂ ਕੀਤੀਆਂ ਨੇ ਕੁਛ, ਵੀ ਇਹਦੇ ਵਿੱਚ ਨਾ ਇੱਕ ਵਿੱਤੀ ਆਯੋਗ ਗਠਨ ਕਰਨ ਦਾ ਵੀ ਜਿਹੜਾ ਮੁੱਦਾ ਸੀਗਾ, ਜਿਹੜਾ ਜਦੋਂ ਸੋਧ ਕੀਤੀ ਸੀ, ਵੀ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਕਿ ਵਿੱਤੀ ਆਯੋਗ ਆ ਜਿਹੜੀ ਫੰਡਾਂ ਦੀ ਵਰਤੋਂ ਦਰਵਰਤੋਂ ਜਾਂ ਹੋਰ ਪ੍ਰਕਾਰ ਦੇ ਨਾਲ ਹਰ ਪ੍ਰਕਾਰ ਦੇ ਨਾਲ ਨਜ਼ਰ ਰੱਖਣ ਲਈ ਜਾਂ ਪੈਦਾ ਕਰਨ ਲਈ ਵੀ ਵਿੱਤੀ ਆਯੋਗ ਆ ਜਿਹੜਾ ਉਹਦਾ ਗਠਨ ਹੋਇਆ? ਦੇਖੋ, ਪਹਿਲਾਂ ਤਾਂ ਮੈਂ ਅੱਜ ਪੰਚਾਇਤ ਦਿਵਸ ਤੇ 25ਵੀਂ ਸਾਲਗਿਰਾ ਤੇ ਪਹਿਰੇਦਾਰ ਟੀਮ ਨੂੰ ਸੋਚੀ ਉਸਾਰੀ ਨੂੰ ਬੁਲਾਈ ਦਿੰਦਾ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਆ, ਇਹ ਪਿੰਡਾਂ ਦੇ ਵਿੱਚ ਜਦੋਂ ਮੈਨੂੰ ਮੌਕਾ ਮਿਲਿਆ ਵਿਚਰਨ ਦਾ, ਕਾਫੀ ਹੱਦ ਤੱਕ, ਪਰ ਹਜੇ ਵੀ ਲੋੜ ਆ, ਕਾਫੀ ਹੱਦ ਤੱਕ ਚੱਲ ਰਿਹਾ ਇਹ ਕੰਮ, ਪਰ ਹਜੇ ਵੀ ਲੋੜ ਆ ਇਹਨੂੰ ਸੁਧਾਰ ਕਰਨ ਦੀ। ਕਈ ਪੰਚਾਇਤਾਂ ਦੇ ਵਿੱਚ ਹੈਗੀ ਥੋੜੀ ਜਿਹੀ ਵੀ, ਜਿਹੜੀਆਂ ਪੰਚਾਇਤਾਂ ਵੀ ਇਹ ਗੱਲਾਂ ਤੋਂ ਅਵੇਅਰ ਨਹੀਂ ਹੈਗੀਆਂ, ਇਹ ਕੈਂਪ ਲਾਉਣੇ ਚਾਹੀਦੇ ਆ, ਜ਼ਿਲ੍ਹਾ ਪੱਧਰੀ ਤੇ ਡੀਸੀ ਸਾਹਿਬ ਨੂੰ ਕਹਿਣਾ ਚਾਹੀਦਾ, ਜੋ ਵੀ ਜਾਣੀ ਕਿ ਜਿਹੜੇ ਆਪਣੇ ਉੱਪਰਲੇ ਨੁਮਾਇੰਦੇ ਨੇ ਜਾਂ ਜਿਹੜੇ ਵੀ ਅਫਸਰ ਜਿਵੇਂ ਡੀਸੀ ਡਿਵੈਲਪਮੈਂਟ ਨੇ ਜਾਂ ਜਿਹੜੇ ਵੀ ਨੇ, ਉਹਨਾਂ ਨੂੰ ਪਿੰਡਾਂ ਪੱਧਰ ਦੇ ਉੱਤੇ ਸਾਰੇ ਸਰਪੰਚਾਂ ਨੂੰ, ਪੰਚਾਂ ਨੂੰ ਯਾਦ ਕਰਨਾ ਚਾਹੀਦਾ, ਫੇਰ ਉਹਦੇ ਆਧਾਰ ਤੇ ਇਹ ਗੱਲਬਾਤ ਜਿਹੜੀ ਆ ਨਿਕਲੀ ਕਰ ਸਕਦੀ। ਸ਼ਰਮਾ ਜੀ, ਇਹਦੇ ਇਹਨਾਂ ਦੀ ਗੱਲ ਦੇ ਵਿੱਚ ਆਇਆ ਵੀ ਜਾਗਰੂਕਤਾ ਲਿਆਉਣੀ ਬਹੁਤ ਜ਼ਰੂਰੀ ਆ, ਤੇ ਤੁਹਾਨੂੰ ਵੀ ਪਤਾ ਤੁਸੀਂ ਸਰਪੰਚ ਹੋ, 5 ਕਰੋੜ ਰੁਪਇਆ ਜਿਹੜਾ ਸਰਕਾਰ ਵੱਲੋਂ ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਜਾਗਰੂਕ ਕਰਵਾਉਣ ਲਈ ਰੱਖਿਆ ਜਾਂਦਾ, ਕੀ ਇਹ ਪੈਸਾ ਜਿਹੜਾ 5 ਕਰੋੜ ਰੁਪਇਆ ਤੁਸੀਂ 5 ਸਾਲ ਤੁਹਾਡੀ ਟਰਮ ਪੂਰੇ ਹੋਣ ਵਾਲੇ, 5 ਸਾਲ ਹੋਣ ਵਾਲੇ ਨੇ, ਵੀ ਇਹ ਜਿਹੜਾ 5 ਕਰੋੜ ਰੁਪਇਆ ਰੱਖਿਆ ਜਾਂਦਾ ਜਾਗਰੂਕਤਾ ਵਾਸਤੇ, ਇਹ ਕਿਤੇ ਤੁਹਾਨੂੰ ਲੱਗਦਾ ਵੀ ਲਗਾਇਆ ਜਾਏ? ਜੀ, ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਪਹਿਰੇਦਾਰ ਵਾਲਿਆਂ ਨੇ ਉਪਰਾਲਾ ਕੀਤਾ ਪੰਚਾਇਤਾਂ ਦੇ ਸੰਬੰਧ ਦੇ ਵਿੱਚ ਪੰਚਾਇਤ ਦੇ ਉੱਤੇ। ਜਿੱਥੇ ਤੱਕ ਗੱਲ ਆ ਘੂੜਾ ਸਾਹਿਬ ਜੀ, ਜੋ ਇਹ 5 ਕਰੋੜ ਰੁਪਇਆ ਰੱਖਿਆ ਜਾਂਦਾ, ਇਹਦੇ ਸਾਡੇ ਵੀ ਕੋਈ ਛੋਟੇ ਛੋਟੇ ਸੈਮੀਨਾਰ ਲਾਏ ਗਏ ਨੇ, ਉਹਦੇ ਵਿੱਚ ਨਾ ਤਾਂ ਕੋਈ ਟ੍ਰੇਨਡ ਬੰਦੇ ਲਿਆਂਦੇ ਗਏ ਨੇ ਵੀ ਜਿਹੜੇ ਸਾਨੂੰ ਚੰਗੀ ਤਰ੍ਹਾਂ ਟ੍ਰੇਨ ਕਰ ਸਕਣ, ਤੇ ਇਹ ਇੱਕ ਕਾਲਜੀ ਜਾਮਾ ਹੀ ਰਹਿ ਜਾਂਦਾ, ਕੋਈ ਟ੍ਰੇਨਿੰਗ ਪ੍ਰੋਪਰ ਨਹੀਂ ਹੁੰਦੀ।
ਟ੍ਰੇਨਿੰਗ ਹੋਣੀ ਚਾਹੀਦੀ ਆ ਕਿਤੇ ਚੰਡੀਗੜ੍ਹ ਜਾਂ ਲੁਧਿਆਣੇ ਜਾਂ ਕਿਤੇ ਹੋਰ ਸ਼ਹਿਰ ਦੇ ਵਿੱਚ ਪ੍ਰੋਪਰ ਬੰਦਿਆਂ ਨੂੰ ਉੱਥੇ ਹੀ ਰੱਖ ਕੇ ਪੂਰਾ ਦਿਨ ਉੱਥੇ ਰਾਤ ਰਹਿਣ, ਜਿੰਨੇ ਦਿਨ ਦੀ ਟ੍ਰੇਨਿੰਗ ਆ ਉੱਥੇ ਟ੍ਰੇਨਿੰਗ ਪ੍ਰੋਪਰ ਹੋਣੀ ਚਾਹੀਦੀ ਆ, ਤਾਂ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਯਾਦ ਕੀਤਾ। ਮਤਲਬ ਕਹਿਣ ਤੋਂ ਭਾਵ ਜਿਹੜਾ 5 ਕਰੋੜ ਰੁਪਇਆ ਉਹਦਾ ਲੱਗਦਾ ਨੀ ਪਤਾ ਵੀ ਕਿੱਥੇ ਲੱਗ ਰਿਹਾ, ਉਹ ਕਿਤੇ ਵੀ ਨੀ ਲੱਗ ਰਿਹਾ ਹੁੰਦਾ। ਉੱਥੇ ਜਾਂਦੇ ਆ ਵੀਡੀਓ ਦਫ਼ਤਰ ਦੇ ਵਿੱਚ ਇੱਕ ਸੈਮੀਨਾਰ ਕਰਾ ਦਿੱਤਾ ਜਾਂਦਾ 2 ਘੰਟੇ ਦਾ, ਉੱਥੇ ਸਰਪੰਚਾਂ ਨੂੰ ਫੋਨ ਆ ਜਾਂਦੇ ਨੇ ਵੀ ਜੋ ਪੁਰਾਣੀ ਜਗ੍ਹਾ ਰੌਲਾ ਪੈ ਗਿਆ, ਹੋ ਗਿਆ, ਸਰਪੰਚ ਨੇ ਕਿਤੇ ਨਾ ਕਿਤੇ ਜਾਣਾ ਹੁੰਦਾ। ਉੱਥੇ ਚਾਹ ਦਾ ਤੇ ਇੱਕ ਸਮੋਸੇ ਤੱਕ ਸੀਮਤ ਰਹਿ ਜਾਂਦਾ ਉਹ, ਉੱਥੇ ਕਿਸੇ ਨੂੰ ਕੋਈ ਟ੍ਰੇਨਿੰਗ ਨੀ, ਕੋਈ ਕਿਸੇ ਨੂੰ ਕੋਈ ਇਹ ਨੀ ਪਤਾ ਹੁੰਦਾ ਵੀ ਸਾਡੇ ਅਧਿਕਾਰ ਕੀ ਨੇ, ਅਸੀਂ ਕੀ ਕੰਮ ਕਰਨਾ। ਠੀਕ ਠੀਕ। ਅੱਛਾ ਗੁਰਿੰਦਰ ਜੀ, ਤੁਸੀਂ ਔਰਤਾਂ ਦੇ ਬਾਰੇ ਕਾਫੀ ਆਰਟੀਕਲ ਵੀ ਲਿਖ ਚੁੱਕੇ ਹੋ ਤੇ ਚਿੰਤਕ ਵੀ ਹੋ, ਤੇ ਅੱਜ ਜਿਹੜਾ ਮਸਲਾ ਸਾਡਾ ਭਗਤ ਦੇ ਮਸਲੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ, 73ਵੇਂ ਸੋਧ ਸੰਵਿਧਾਨਕ ਸੋਧ ਦੀ ਜਿਹਦੇ ਵਿੱਚ ਪੰਚਾਇਤਾਂ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ ਸੀ, ਉਹਦੇ ਵਿੱਚ ਇੱਕ ਪੁਆਇੰਟ ਵੀ ਰੱਖਿਆ ਗਿਆ ਸੀ ਵੀ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੂੰ 33% ਰਾਖਵਾਂਕਰਨ ਦਿੱਤਾ ਜਾਵੇਗਾ। ਕੀ ਤੁਹਾਨੂੰ ਲੱਗਦਾ ਵੀ ਔਰਤਾਂ ਨੂੰ 33% ਰਾਖਵਾਂਕਰਨ ਦਿੱਤਾ ਗਿਆ ਜਾਂ ਉਹਦੀ ਵਰਤੋਂ ਹੋ ਰਹੀ ਹੈ ਜਾਂ ਦੁਰਵਰਤੋਂ ਹੋ ਰਹੀ ਹੈ? ਗੁਰਪ੍ਰੀਤ ਜੀ, ਗਲਤ ਇਹ ਕਿ 33% ਜਿਹੜਾ ਰਾਖਵਾਂ ਮਿਲਿਆ ਹੋਇਆ ਹੈ ਮਹਿਲਾਵਾਂ ਨੂੰ ਪੰਚਾਇਤ ਰਾਜ ਵਿੱਚ, ਉਹ ਹੁਣ ਕੈਬਨਿਟ ਰਾਹੀਂ ਮਤਲਬ 50% ਜਿਹੜਾ ਉਹਨਾਂ ਨੂੰ ਰੈਜ਼ਰਵੇਸ਼ਨ ਜਿਹੜੀ ਉਹਦਾ ਬਿੱਲ ਪਾਸ ਹੋ ਗਿਆ, ਸ਼ਾਇਦ ਉਹਨਾਂ ਨੂੰ 50% ਵੀ ਰੈਜ਼ਰਵੇਸ਼ਨ ਮਿਲ ਜਾਏਗੀ। ਪਰ ਦੇਖਣ ਵਿੱਚ ਇਹ ਆਇਆ ਕਿ ਮਹਿਲਾਵਾਂ ਜਾਂਦੀਆਂ ਤਾਂ ਹੈਗੀਆਂ ਨੇ ਨਗਰ ਨਿਗਮ ਦੀਆਂ ਚੋਣਾਂ 'ਚ ਔਰ ਖੜਦੀਆਂ ਵੀ ਹੈ ਔਰ ਉਸ ਟਾਈਮ ਤਾਂ ਵੱਧ ਚੜ੍ਹ ਕੇ ਹਿੱਸਾ ਲੈਂਦੀਆਂ ਨੇ, ਪਰ ਹੁਣ ਦੇਖਣ 'ਚ ਆਇਆ ਕਿ ਉਹ ਘਰੋਂ ਹੀ ਨਹੀਂ ਨਿਕਲ ਰਹੀਆਂ, ਜਦਕਿ ਬਹੁਤ ਸਾਰੀਆਂ ਐਕਟਿਵ ਔਰਤਾਂ ਨੇ। ਜਦਕਿ ਮੈਂ ਦੇਖ ਇਹ ਚਾਹੁੰਦੀ ਹਾਂ ਕਿ ਉਹਨਾਂ ਨੂੰ ਔਰਤਾਂ ਨੂੰ ਅੱਗੇ ਆਉਣਾ ਚਾਹੀਦਾ, ਸਗੋਂ ਜੇ ਅੱਗੇ ਆਣਗੀਆਂ ਤਾਂ ਹੀ ਕਾਮਯਾਬੀ ਮਿਲੇਗੀ, ਤਾਂ ਹੀ ਉਹਨਾਂ ਦੀ ਇੱਕ ਅਲੱਗ ਤੌਰ ਤੇ ਪਹਿਚਾਣ ਬਣੇਗੀ ਕਿ ਹਾਂ ਉਹ ਵੀ ਦੇਖਣਾ ਆਇਆ ਸੀ ਕਿ ਸਰਪੰਚ ਬਣ ਤਾਂ ਜਾਂਦੀਆਂ ਨੇ ਸਰਪੰਚ ਨੇ, ਪਰ ਉਹਨੂੰ ਸਰਪੰਚ ਨਹੀਂ ਕਿਹਾ ਜਾਂਦਾ ਕਿਉਂਕਿ ਉਹਨਾਂ ਦੇ ਪਤੀਆਂ ਦੇ ਨਾਮ ਤੋਂ ਹੀ ਸਰਪੰਚ ਕਿਹਾ ਜਾਂਦਾ ਹੈ, ਬਸ ਇਹੀ ਆ। ਠੀਕ ਜੀ, ਤੁਸੀਂ ਬਹੁਤ ਵਧੀਆ ਜਿਹੜੀ ਚੇਤਾ ਜਾਹਰ ਕੀਤੀ ਆ ਵੀ ਪਿੰਡ ਦਾ ਸਰਪੰਚ ਆ ਜਿਹੜਾ ਇੱਕ ਔਰਤ ਬਣ ਜਾਂਦੀ ਆ ਤੇ ਉਹਨੂੰ ਕਦੇ ਸਰਪੰਚ ਨਹੀਂ ਕਿਹਾ ਜਾਂਦਾ, ਪਰ ਉਹਦਾ ਜਿਹੜਾ ਪਤੀ ਆ ਉਹ ਸਰਪੰਚੀ ਦਾ ਟੈਗ ਲਾ ਕੇ ਜ਼ਰੂਰ ਘੁੰਮਦਾ। ਹੁਣ ਤਜਿੰਦਰਪਾਲ ਸਿੰਘ ਜੀ, ਤੁਹਾਡੇ ਕੋਲ ਚੱਲਦੇ ਆ ਵੀ 73ਵੀਂ ਸੋਧ ਦੇ ਵਿੱਚ ਨਸ਼ਿਆਂ ਦੇ ਬਾਰੇ ਵੀ ਜਿਹੜੀ ਗੱਲ ਚੱਲੀ ਸੀ ਤੇ ਉਸ ਤੋਂ ਬਿਨਾਂ ਸਿਹਤ ਸਹੂਲਤਾਂ ਬਾਰੇ ਵੀ ਗੱਲ ਹੋਈ ਆ ਵੀ ਪੰਚਾਇਤਾਂ ਕਿੰਨਾ ਕੁ ਨਸ਼ੇਖੋਰੀ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੀ ਰਹੀ, ਕਿਉਂਕਿ ਜ਼ਿਆਦਾਤਰ ਜਿਹੜੇ ਨੌਜਵਾਨ ਨੇ ਪਿੰਡਾਂ ਦੇ ਹੀ ਨਸ਼ੇੜੀ ਮਿਲਦੇ ਨੇ, ਸ਼ਹਿਰਾਂ ਦੇ ਵਿੱਚ ਇਹ ਰੁਝਾਨ ਹੈ ਤਾਂ ਜ਼ਰੂਰ ਪਰ ਫਿਰ ਵੀ ਪਿੰਡਾਂ ਦੇ ਮੁਕਾਬਲੇ ਘੱਟ ਦੇਖਣ ਨੂੰ ਮਿਲਦਾ ਵੀ ਪੰਚਾਇਤਾਂ ਨਸ਼ਾਖੋਰੀ ਦੇ ਉੱਤੇ ਕਿਵੇਂ ਕੰਮ ਕਰ ਰਹੀਆਂ ਨੇ ਤੇ ਸਿਹਤ ਜਿਹੜੀਆਂ ਸਹੂਲਤਾਂ ਨੇ ਉਹਨਾਂ ਦੇ ਉੱਤੇ ਕਿਵੇਂ ਕਰਦੇ ਨੇ, ਕਿਉਂਕਿ ਆਪਾਂ ਵਿਕਾਸ ਦੀਆਂ ਗੱਲਾਂ ਉਸ ਤੋਂ ਬਾਅਦ ਕਰਦੇ ਹਾਂ, ਪਹਿਲਾਂ ਜਿਹੜੇ ਮੁੱਢਲੇ ਗੱਲਾਂ ਨੇ ਉਹਨਾਂ ਦੇ ਉੱਤੇ ਆਪਾਂ ਵਿਚਾਰ ਕਰ ਲਈਏ। ਗੁਰਪ੍ਰੀਤ ਜੀ, ਪੰਚਾਇਤਾਂ ਦੇ ਜੋ ਕੰਮ ਨੇ ਉਹ ਅਸੀਂ ਪਿੰਡਾਂ ਲੈਵਲ ਤੇ ਜਿੱਥੇ ਹੈਗੇ ਆ ਅਸੀਂ ਸਭ ਜਾਣਦੇ ਹਾਂ, ਪਰ ਪ੍ਰੋਬਲਮ ਆ ਇਹ ਵੱਡੀ ਪ੍ਰੋਬਲਮ ਇਹ ਆ ਵੀ ਜਿਹੜੀਆਂ ਪੰਚਾਇਤਾਂ ਚੁਣੀਆਂ ਜਾਂਦੀਆਂ ਨੇ ਉਹਨਾਂ ਦਾ ਚੋਣ ਦਾ ਜਿਹੜਾ ਸਿਸਟਮ ਸਰਕਾਰ ਵੱਲੋਂ ਬਣਾਇਆ ਗਿਆ ਉਹ ਸਾਡੇ ਸਾਹਮਣੇ ਆ, ਪਰ ਜਦੋਂ ਜਿਹੜੀਆਂ ਪਿੰਡਾਂ ਦੇ ਵਿੱਚ ਪਾਰਟੀਬਾਜ਼ੀਆਂ ਨੇ, ਮੈਂ ਤਾਂ ਇਹ ਗੱਲ ਕਹਿੰਦਾ ਵੀ ਹਰੇਕ ਪਿੰਡ ਦੇ ਵਿੱਚ ਸਰਬਸੰਮਤੀ ਨਾਲ ਹੀ ਪੰਚਾਇਤ ਬਣਨੀ ਚਾਹੀਦੀ ਆ, ਕਿ ਕਿਉਂਕਿ ਨਾ ਤਾਂ ਕੋਈ ਉਹਦਾ ਵਿਰੋਧ ਕਰੇ ਤੇ ਨਾ ਹੀ ਉਹ ਪਿੰਡ ਦੇ ਵਿਕਾਸ ਦੇ ਕੰਮ ਦੇ ਵਿੱਚ ਕੋਈ ਅੜਿੱਕਾ ਬਣੇ। ਹੁਣ ਅਸੀਂ ਇਹ ਦੇਖਦੇ ਹਾਂ ਜਿਵੇਂ ਜਿਹਦੀ ਸਰਕਾਰ ਹੁੰਦੀ ਆ ਕੋਈ ਕਿਸੇ ਵੀ ਪਾਰਟੀ ਦੀ ਸਰਕਾਰ ਆ ਉਹ ਆਪਣੇ ਲੈਵਲ ਤੇ ਪੂਰਾ ਜ਼ੋਰ ਲਾ ਕੇ ਕਿਵੇਂ ਨਾ ਕਿਸੇ ਤਰੀਕੇ ਨਾਲ, ਚਾਹੇ ਉਹਦੇ ਤੇ ਉਹਦੇ ਕਾਗਜ਼ ਰੱਦ ਕਰਾਉਣ ਦੂਜੇ ਵਿਰੋਧੀ ਧਿਰ ਦੇ, ਚਾਹੇ ਕਿਵੇਂ ਕਰਨ, ਉਹਨਾਂ ਨੇ ਉਹਨਾਂ ਨੂੰ ਠੇਪੀ ਲਾ ਕੇ ਆਪਣਾ ਬੰਦੇ ਨੂੰ ਪੰਚਾਇਤ ਦੇ ਵਿੱਚ ਮੂਹਰੀ ਲਿਆਉਣਾ ਹੁੰਦਾ। ਇਹ ਬੜੀ ਮੰਦਭਾਗੀ ਗੱਲ ਆ। ਇਸ ਕਰਕੇ ਜਿਹੜੀ ਤੁਸੀਂ ਨਸ਼ੇ ਦੀ ਗੱਲ ਕਰਦੇ ਹੋ, ਜਿਹੜੇ ਕੰਮ ਪੰਚਾਇਤਾਂ ਨੇ ਕਰਨੇ ਆ, ਸਰਪੰਚ ਕਰਨਾ ਚਾਹੁੰਦਾ, ਜੇ ਇਮਾਨਦਾਰ ਸਰਪੰਚ ਆ ਉਹ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦਾ, ਅਸੀਂ ਦੇਖਦੇ ਹਾਂ ਵੀ ਅਸੀਂ ਉਹਨਾਂ ਨੂੰ ਨਹੀਂ ਕੰਮ ਕਰਨ ਦਿੰਦੇ। ਪਰ ਜੇ ਕੰਮ ਉਹ ਜਿਹੜੇ ਨਸ਼ਿਆਂ ਦੇ ਤੇ ਜਾਂ ਹੋਰ ਕੋਈ ਕੰਮ, ਤਾਂ ਹੀ ਸਰਪੰਚ ਕਰ ਸਕਦਾ ਜੇ ਉਹਨੂੰ ਪਿੰਡ ਦਾ ਸਹਿਯੋਗ ਮਿਲੇ, ਪੂਰੀ ਸਾਰਾ ਪਿੰਡ ਵੀ ਸਹਿਯੋਗ ਕਰੇ ਤੇ ਨਾਲ ਉਹਦੇ ਨਾਲ ਜਿਹੜੀ ਉਹਦੀ ਪੰਚਾਇਤ ਮੈਂਬਰ ਆ, ਜਿਹੜੀ ਪੰਚਾਇਤ
ਪੂਰੀ ਮੈਂਬਰ ਪੰਚਾਇਤ ਨੇ ਸਾਰੇ ਉਹਨਾਂ ਦੇ ਨਾਲ ਰਲ ਕੇ ਚੱਲਣ, ਇਹ ਕੰਮ ਤਾਂ ਹੋ ਸਕਦੇ ਨੇ। ਨਹੀਂ ਅਸੀਂ ਦੇਖਦੇ ਹਾਂ ਕੈਂਪ ਵੀ ਜ਼ਰੂਰ ਲਵਾਉਂਦੇ ਹਾਂ, ਪੰਚਾਇਤਾਂ ਸਰਪੰਚ ਕਰਦੇ ਨੇ ਐਫਰਟ ਕਰਦੇ ਨੇ, ਵਧੀਆ ਐਫਰਟ ਕਰਦੇ ਨੇ। ਇਕੱਲੇ ਨਸ਼ਿਆਂ ਦੀ ਨਹੀਂ, ਖੂਨਦਾਨ ਹੋਰ ਵਗੈਰਾ ਐਜੂਕੇਸ਼ਨ ਦੇ ਸੰਬੰਧ ਵਿੱਚ ਬੱਚਿਆਂ ਨੂੰ ਅਸੀਂ ਉਹਨਾਂ ਨੂੰ ਹੌਸਲਾ ਬਜਾਈ ਵੀ ਕਰਦੇ ਹਾਂ। ਪਰ ਜਿਹੜੀ ਨਸ਼ਿਆਂ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ, ਇਹ ਇੱਕ ਗੱਲ ਇਹ ਵੀ ਵੱਡੀ ਪ੍ਰੋਬਲਮ ਇਹ ਵੀ ਆ ਵੀ ਜਿਸ ਘਰ ਦੇ ਪਰਿਵਾਰ ਦਾ ਬੱਚਾ ਨਸ਼ਾ ਕਰਦਾ, ਉਹਦੀ ਮਾਂ, ਉਹਦਾ ਬਾਪ ਜਾਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਉਹ ਲੁਕਾਉਣਗੇ, ਨਾ ਕਿ ਉਹਦਾ ਇਲਾਜ ਕਰਵਾਉਣ ਵਾਸਤੇ ਉਹ ਕਿਸੇ ਕੋਲ ਫਰਿਆਦ ਕਰਨ ਜਾਂ ਉਹਦਾ ਇਲਾਜ ਕਰਵਾਉਣ। ਉਹ ਕਹਿੰਦੇ ਆ ਵੀ ਸਾਡੇ ਪਤਾ ਨਾ ਲੱਗ ਜਾਵੇ ਬੱਚੇ ਦਾ ਵੀ ਸਾਡਾ ਬੱਚਾ ਨਸ਼ਾ ਕਰਦਾ। ਇਹ ਸਾਡੀ ਵੱਡੀ ਪ੍ਰੋਬਲਮ ਆ। ਸਰਪੰਚ ਪੰਚਾਇਤਾਂ ਜ਼ਰੂਰ ਚਾਹੁੰਦੀਆਂ ਨੇ, ਉਹ ਕੰਮ ਕਰਦੀਆਂ ਵੀ ਨੇ, ਪਰ ਆਹ ਪ੍ਰੋਬਲਮ ਆਉਣ ਕਰਕੇ ਇਹ ਸਿਰੇ ਨਹੀਂ ਚੜ੍ਹਦੀ। ਕੈਪਟਨ ਸਰਕਾਰ ਨੇ ਸਾਰੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਉਹਦਾ ਕਿੰਨਾ ਕੁ ਜਿਹੜਾ ਅਸਰ ਪਿਆ ਪਿੰਡਾਂ ਦੀਆਂ ਪੰਚਾਇਤਾਂ ਤੇ? ਦੇਖੋ ਜੀ, ਗੱਲ ਹੈ ਜਿਹੜਾ ਪੰਚਾਇਤਾਂ ਦਾ ਸਿਆਸੀਕਰਨ ਆਪਾਂ ਗੱਲ ਕਰਦੇ ਨਾ, ਜੇਕਰ ਪਿੰਡਾਂ ਦਾ ਪੰਚਾਇਤਾਂ ਦਾ ਸਿਆਸੀਕਰਨ ਬੰਦ ਹੋ ਜਾਵੇ ਤਾਂ ਪਿੰਡਾਂ 'ਚ ਧੜੇਬੰਦੀ ਖਤਮ। ਕੋਈ MLA ਬਣਦਾ ਜਾਂ ਉਹ ਹਲਕਾ ਇੰਚਾਰਜ ਬਣਦਾ, ਉਹ ਸਿੰਘਪੁਰਾ ਦੀ ਗੱਲ ਸਹੀ ਹੈ ਕਿ ਉਹ ਆਪਣੇ ਬੰਦੇ ਨੂੰ ਅੱਗੇ ਲਿਆਉਣ ਦੀ ਖਾਤਰ ਦੂਜਿਆਂ ਨੂੰ ਉਹਨਾਂ ਨੇ ਡਿੱਗਣਾ ਹੁੰਦਾ, ਚਾਹੇ ਉੱਤੇ ਝੂਠੇ ਪਰਚੇ ਦਰਜ ਕਰਾਵੇ, ਚਾਹੇ ਉਹਦੀਆਂ ਇਨਕੁਆਇਰੀਆਂ ਕਰਾਵੇ, ਚਾਹੇ ਜੋ ਮਰਜ਼ੀ ਕਰਾਵੇ। ਉਹ ਚਾਹੇ ਬੰਦਾ ਸਰਪੰਚ ਕਿੰਨਾ ਮਰਜ਼ੀ ਸਹੀ ਹੋਵੇ, ਕਿੰਨਾ ਮਰਜ਼ੀ ਸਹੀ ਕੰਮ ਕੀਤਾ ਹੋਵੇ, ਪਰ ਉਹਨੂੰ ਡਿੱਗਣਗੇ, ਡਿੱਗਣ ਦੀ ਕੋਸ਼ਿਸ਼ ਕਰਨਗੇ, ਕਰਕੇ ਉਹਨੂੰ ਪਿੱਛੇ ਸਿੱਟਣਗੇ। ਸਿਆਸੀ ਕਾਰਨ ਜਦੋਂ ਬੰਦ ਹੋ ਗਿਆ, ਪੰਚਾਇਤਾਂ ਲੀਡਰ ਦੇ ਚੁੰਗਲ ਚੋਂ ਨਿਕਲ ਗਈਆਂ ਤਾਂ ਸਮਝ ਲਓ ਆਜ਼ਾਦ ਆ। ਉਹਨਾਂ ਚਿਰ ਅਸੀਂ ਆਜ਼ਾਦ ਨਹੀਂ ਹੈਗੇ। ਜਿਹੜਾ 3-tier ਸਿਸਟਮ ਆ ਸਾਡਾ, ਉਹ ਸਿਸਟਮ ਜਿਹੜਾ ਸ਼ੁਰੂ ਹੋਵੇ, ਜਿਸ ਜ਼ਿਲ੍ਹਾ ਪ੍ਰੀਸ਼ਦ ਦਾ ਜਿਹੜਾ ਚੇਅਰਮੈਨ ਆ ਉਹ ਬਕਾਇਦਾ ਜਿਹੜੇ ਸਾਡੇ ਫੰਡ ਨੇ ਉਹਦੇ ਕੋਲ ਆਉਣ, ਬਲਾਕ ਸਮਿਤੀ ਮੈਂਬਰ ਜਿਹਦੇ ਜਿੰਨੇ ਉਹਦੇ ਕੋਲ ਪਿੰਡ ਨੇ ਉਹ ਉਹਨਾਂ ਦਾ ਬਕਾਇਦਾ ਕਰੇ, ਉਹਦੇ ਕੋਲ ਜਾਣ, ਉੱਥੋਂ ਫਿਰ ਸਾਡੇ ਕੋਲ ਡਿਵਾਈਡ ਹੋ ਕੇ ਆਉਣ, ਨਾ ਕਿ ਇੱਕ MLA ਜਾਂ ਉਹਦੇ ਚ ਹਲਕਾ ਇੰਚਾਰਜ ਆਣ ਕੇ ਕਵੇ ਕਿ ਮੈਂ ਚੈੱਕ ਦਿੰਦਾ ਜਾਂ ਮੈਂ ਚੈੱਕ ਲੈਂਦਾ ਜਾਂ ਦਿੰਦਾ ਜਾਂ ਮੈਂ ਕੰਮ ਕਰਾਉਂਦਾ। ਇਹ ਜਿਹੜੇ MLA ਬਣਦੇ ਨੇ ਜਾਂ ਇਹ ਦੂਜੀ ਪਾਰਟੀ ਦਾ ਵੀ MLA ਜਾਂ ਮੌਜੂਦਾ ਸਰਕਾਰ ਦਾ MLA, ਉਹਨਾਂ ਦੇ ਕੰਮ ਕੀ ਆ, ਵਿਧਾਨ ਸਭਾ ਚ ਬਹਿ ਕੇ ਕਾਨੂੰਨ ਪਾਸ ਕਰੋ, ਨਾ ਕਿ ਪਿੰਡਾਂ ਦੇ ਵਿੱਚ ਆਣ ਕੇ ਤੁਸੀਂ ਇਹਦੀ ਧੜੇਬੰਦੀ ਪੈਦਾ ਕਰੋ। ਠੀਕ ਹੈ। ਅੱਛਾ ਕੁੰਗੜਾ ਸਾਹਿਬ, ਇੱਕ ਨਾ ਇਹਨਾਂ ਦੀ ਗੱਲ ਦੇ ਵਿੱਚ ਇੱਕ ਗੱਲ ਧੜੇਬੰਦੀ ਸਮਝੀ ਸਾਹਮਣੇ ਆਈ ਆ, ਪੰਚਾਇਤਾਂ ਜਦੋਂ ਬਣਦੀਆਂ ਨੇ ਤਾਂ ਬਹੁਤ ਖੂਨ ਖਰਾਬਾ ਹੁੰਦਾ, ਗੋਲੀਆਂ ਤੱਕ ਚੱਲਦੀਆਂ ਨੇ, ਤੇ ਜੇ ਦੇਖਿਆ ਜਾਵੇ ਤਾਂ ਪਿੰਡਾਂ ਦੀ ਧੜੇਬੰਦੀ ਨੂੰ ਵਧਾਉਂਦੀਆਂ ਹੀ ਪੰਚਾਇਤੀ ਚੋਣਾਂ ਨੇ। ਤੇ ਤੁਸੀਂ ਪੁਰਾਣੇ ਇਸ ਉਹਦੇ ਨਾਲ ਜੁੜੇ ਹੋ, ਤੇ ਧੜੇਬੰਦੀ ਖਤਮ ਕਰਨ ਲਈ ਕੀ ਉਪਰਾਲਾ ਹੋਣਾ ਚਾਹੀਦਾ, ਕਿਉਂਕਿ ਇਹ ਵੀ ਬਹੁਤ ਜ਼ਰੂਰੀ ਆ। ਅੱਜ ਜਿਹੜਾ ਅਸੀਂ ਸਿਲਵਰ ਜੁਬਲੀ ਦੇ ਉੱਤੇ ਇਕੱਠੇ ਹੋਏ ਹਾਂ, ਇਹਦੇ ਤੇ ਇਹ ਵੀ ਵਿਸ਼ਾ, ਇਹ ਵੀ ਜਿਹੜਾ ਸਵਾਲ ਆ, ਇਹਦੇ ਤੇ ਵੀ ਹੱਲ ਕੋਈ ਨਿਕਲਣਾ ਚਾਹੀਦਾ, ਕੀ ਹੋਣਾ ਚਾਹੀਦਾ? ਗੁਰਪ੍ਰੀਤ ਜੀ, ਜਿਹੜਾ ਤੁਸੀਂ ਸਵਾਲ ਪੁੱਛਿਆ ਬੜਾ ਹੀ ਗੰਭੀਰ, ਤੇ ਜ਼ਰੂਰ ਇਹਨੂੰ ਸੁਲਝਾਉਣ ਵਾਲੇ ਯਤਨ ਕਰਦੇ ਆ, ਤੇ ਚਾਹੀਦੇ ਸਾਰੇ ਸਰਪੰਚਾਂ ਨੂੰ। ਇਹ ਇੱਕ ਤਾਂ ਮੈਂ ਇਹ ਸੁਝਾਅ ਦਿੰਦਾ ਵੀ ਜਿੰਨੇ ਮੈਂ ਹੁਣ ਪੰਚਾਇਤਾਂ ਦੇ ਵਿੱਚ, ਤਾਂ ਚਲੋ ਦੋ ਦੋ ਪਾਰਟੀਆਂ ਤਾਂ ਹਰ ਪਿੰਡਾਂ 'ਚ ਹੀ ਹੁੰਦੀਆਂ ਨੇ, ਕੋਈ ਨਾ ਕੋਈ ਹੁੰਦੀ ਆ, ਪਰ ਫਿਰ ਵੀ ਮੈਂ ਕਾਫੀ ਪਿੰਡਾਂ 'ਚ ਕੋਸ਼ਿਸ਼ ਕੀਤੀ ਆ ਵੀ ਜਿੱਥੇ ਧੜੇਬੰਦੀਆਂ ਅੱਜ ਦੀ ਡੇਟ 'ਚ ਖਤਮ ਹੋ ਗਈਆਂ, ਉਹ ਇਸ ਕਰਕੇ ਉਹਨਾਂ ਨੂੰ ਅਵੇਅਰ ਕਰੀਦਾ ਵੀ ਰਲ ਮਿਲ ਕੇ ਪਿੰਡ ਦੀ ਡਿਵੈਲਪਮੈਂਟ ਕਰੋ। ਜਿਹੜਾ ਕਿਸੇ ਵੀ ਪਾਰਟੀ ਨਾਲ ਜੁੜਿਆ, ਕੋਈ ਵੀ ਬੰਦਾ ਜੁੜਿਆ, ਉਹ ਆਪਦਾ ਤਾਂ ਸਥਿਰ ਰਹੋ, ਉਹਨੂੰ ਤੁਸੀਂ ਆਪਦਾ ਮੋਟਿਵ ਨੂੰ ਇਹਦੇ ਵਿੱਚ ਨਾ, ਪੰਚਾਇਤ ਦੇ ਵਿੱਚ ਨਾ ਲੈ ਕੇ ਆਓ ਕਿਸੇ ਵੀ ਕੰਮ ਦੇ ਵਿੱਚ। ਇਹ ਹੋ ਸਕਦਾ ਜਿਵੇਂ ਹੁਣ ਆਪਣੇ ਪ੍ਰਧਾਨ ਜੀ ਨੇ ਕਿਹਾ ਤੇ ਸਿੰਘਪੁਰਾ ਸਾਹਿਬ ਨੇ ਕਿਹਾ ਵੀ ਜਿਹੜੀ ਆ ਨਾ ਸੰਮਤੀ ਨਾਲ ਜਿਹੜੀ ਚੋਣ ਆ, ਉਹਦੇ ਨਾਲ ਇੱਕ ਤਾਂ ਭਾਈਚਾਰਕ ਜਿਹੜੀ ਸਾਂਝ ਆ ਉਹ ਵੱਧਦੀ ਆ, ਫਿਰ ਉਹ ਜੇ ਮੁੱਦਾ ਹੀ ਨਹੀਂ ਰਹਿੰਦਾ ਵਿਰੋਧੀ ਧਿਰ ਵਾਲਾ,
ਨੰਬਰ 2 ਇੱਕ ਹੋਰ ਵੀ ਗੱਲਾਂ ਨੇ, ਕੋਈ ਵੀ ਬੰਦਾ ਜਿੱਦਾਂ ਹੁਣ ਕੋਈ ਸਰਪੰਚ ਬਣਦਾ ਜਾਂ ਪੰਚ ਬਣਦਾ ਮੈਂਬਰ ਪੰਚਾਇਤ ਮਾਰ ਕੋਈ ਕਿਸੇ ਵੀ ਹੈਗਾ, ਉਹਨੂੰ ਲੋਕ ਦੇਖਦੇ ਨੇ ਵੀ ਇਹਨੇ ਕੀ ਕੰਮ ਕੀਤਾ, ਤੇ ਜਿਹੜੇ ਆਉਣ ਵਾਲੀਆਂ ਪੰਚਾਇਤਾਂ ਵੀ ਨੇ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਉਹ ਜਿਹੇ ਬੰਦੇ ਚੁਣਨੇ ਚਾਹੀਦੇ ਨੇ ਜਿਹੜੇ ਪਿੰਡਾਂ ਦੇ ਵਿਚ ਇਹ ਜਿਹੀ ਧੜੇਬੰਦੀ ਤੋਂ ਦੂਰ ਹੋ ਕੇ ਤੇ ਉੱਪਰ ਉੱਠ ਕੇ ਕੰਮ ਕਰ ਸਕਣ। ਅੱਛਾ ਕੁੰਗੜਾ ਸਾਹਿਬ, ਤੁਸੀਂ ਇੱਕ ਸਮਝੀ ਦੀ ਗੱਲ ਕੀਤੀ ਸੀ ਹਰੀਮ ਸ਼ਰਮਾ ਜੀ ਤੁਹਾਡੇ ਤੋਂ ਸਵਾਲ ਕਰਨ ਤੋਂ ਪਹਿਲਾਂ ਅਸੀਂ ਫਿਰ ਤਜਿੰਦਰਪਾਲ ਸਿੰਘ ਜੀ ਸਿੰਘਪੁਰਾ ਕੋਲ ਚੱਲਦੇ ਹਾਂ ਵੀ ਕਿੰਨੀਆਂ ਪੰਚਾਇਤਾਂ ਜਿਹੜੀਆਂ ਸਰਬਸੰਮਤੀ ਨਾਲ ਬਣੀਆਂ ਤੇ ਤੁਸੀਂ ਉਹਦੇ ਤੇ ਚੱਲਣਾ ਪਾਓ ਵੀ ਸਰਕਾਰ ਨੇ ਕਿੰਨੀਆਂ ਨੂੰ ਪੈਸੇ ਦਿੱਤੇ ਨੇ, ਕਿਉਂਕਿ ਲਗਭਗ ਅਸੀਂ ਪੰਚਾਇਤੀ ਜਦੋਂ ਕਵਰੇਜ ਕਰਨ ਜਾਂਦੇ ਹਾਂ ਤਾਂ ਉੱਥੇ ਰੌਲਾ ਇਹ ਆਮ ਸੁਣਦੇ ਹਾਂ ਵੀ ਪੰਚਾਇਤਾਂ ਵਾਸਤੇ ਲਾਖਵਾਂ ਦਾ ਪੈਸਾ ਰੱਖਿਆ ਜਾ ਰਿਹਾ ਵੀ ਐਲਾਨ ਵੀ ਕਰ ਦਿੱਤਾ ਜਾਂਦਾ ਵੀ ਇੰਨੇ ਪੈਸੇ ਅਸੀਂ ਜੇ ਸਰਬਸੰਮਤੀ ਹੋਏਗੀ ਤਾਂ ਦਿੱਤੇ ਜਾਣਗੇ। ਹੁਣ ਤੁਸੀਂ ਇਸ ਸਵਾਲ ਨੂੰ ਜ਼ਰੂਰ ਕਲੀਅਰ ਕਰੋ ਵੀ ਕਿੰਨੀਆਂ ਪੰਚਾਇਤਾਂ ਨੂੰ ਜਿਹੜੇ ਪੈਸੇ ਮਿਲ ਚੁੱਕੇ ਨੇ, ਕਿਉਂਕਿ ਕਾਫੀ ਫਸਿਆ ਮਾਮਲਾ ਹੈ। ਗੁਰਪ੍ਰੀਤ ਜੀ, ਮੈਂ ਮੇਰੀ ਇੱਕ ਪੰਚਾਇਤ ਦੇ ਵਿੱਚ ਚੌਥੀ ਟਰਮ ਆ, ਪਹਿਲੀਆਂ 2 ਟਰਮਾਂ 'ਚ ਮੈਂ ਸਰਬਸੰਮਤੀ ਨਾਲ ਹੀ ਸਰਪੰਚ ਬਣਿਆ ਅਤੇ ਐਕਚੁਲੀ ਚਲੋ ਅਸੀਂ ਚੋਣ 'ਚ ਆਇਆ ਮੈਂ ਸਰਪੰਚ ਫਿਰ ਵੀ ਬਣਾਇਆ ਮੈਨੂੰ ਪਿੰਡ ਨੇ। ਜਿਹੜੀਆਂ ਪਿਛਲੇ ਟਾਈਮ 'ਚ ਜਦੋਂ ਅਨਾਊਂਸਮੈਂਟਾਂ ਹੁੰਦੀਆਂ ਸੀ ਸਰਬਸੰਮਤੀ ਦੀਆਂ ਜਿਹੜੀਆਂ ਪਹਿਲਾਂ ਪੁਰਾਣੀਆਂ ਸਰਕਾਰਾਂ ਨੇ 'ਚ ਆਈਆਂ ਨੇ ਅਤੇ ਉਹਨਾਂ ਨੇ ਜਿਹੜੀਆਂ ਅਨਾਊਂਸਮੈਂਟਾਂ ਕੀਤੀਆਂ ਤਕਰੀਬਨ ਉਹਨਾਂ ਨੇ ਪੈਸੇ ਸਰਬਸੰਮਤੀ ਵਾਲਿਆਂ ਨੂੰ ਦਿੱਤੇ ਨੇ ਜਿਹੜੇ, ਅਤੇ ਆ ਜਿਹੜੀ ਪਿੱਛੇ ਪਿੱਛੇ ਹੁਣ ਸਾਡੀ ਸਰਕਾਰ ਨਿਕਲ ਕੇ ਗਈ ਆ ਉਦੋਂ ਮੈਨੂੰ ਉਮੀਦ ਨਹੀਂ ਵੀ ਮੈਂ ਇਹਦਾ ਹੁਣ ਇਹ ਦੱਸਣਗੇ ਵੀ ਅਸੀਂ ਕਿਉਂਕਿ ਸਰਬਸੰਮਤੀ 'ਚ ਆਏ ਨਹੀਂ ਤਾਂ ਕਰਕੇ ਸਾਨੂੰ ਉਸ ਬਾਰੇ ਨੌਲੇਜ ਨਹੀਂ ਵੀ ਦਿੱਤੇ ਆ ਕਿ ਨਹੀਂ ਦਿੱਤੇ। ਮੈਨੂੰ ਉਮੀਦ ਆ ਵੀ ਪਿਛਲੀ ਵਾਰੀ ਜਿਹੜੀ ਸਰਬਸੰਮਤੀ ਨਾਲ ਬਣੀਆਂ ਉਹਨਾਂ ਨੂੰ ਪੈਸੇ ਨਹੀਂ ਮਿਲੇ। ਅੱਛਾ ਜੀ, ਮੈਂ ਹਰੀਮ ਸ਼ਰਮਾ ਜੀ ਇਸੇ ਕਰਕੇ ਇਸ ਬਾਰੇ ਨੂੰ ਕੀਤਾ ਸੀ ਕਿਉਂਕਿ ਗੇਂਦ ਮੈਂ ਤੁਹਾਡੇ ਕੋਲ ਲੈ ਕੇ ਆਉਣੀ ਸੀ, ਤੁਸੀਂ ਅਕਾਲੀ ਦਲ ਨਾਲ ਜੁੜੇ ਵੀ ਹੋਏ ਹੋ ਤੇ ਅਕਾਲੀ ਦਲ ਦੀ ਸਰਕਾਰ ਨੇ ਪਿਛਲੀ ਵਾਰੀ ਸੰਮਤੀ ਪੰਚਾਇਤ ਜਿਹੜੀਆਂ ਸਰਬਸੰਮਤੀ ਨਾਲ ਪੰਚਾਇਤਾਂ ਬਣੀਆਂ ਸੀ ਉਹਨਾਂ ਨੂੰ ਕਿਸੇ ਨੂੰ ਵੀ ਪੈਸਾ ਨਹੀਂ ਦਿੱਤਾ, ਇਹਦੇ ਬਾਰੇ ਤੁਹਾਡਾ ਕੀ ਕਹਿਣਾ, ਕੀ ਖਿਆਲ ਆ? ਗੁਰਪ੍ਰੀਤ ਜੀ, ਇਹ ਨਹੀਂ ਹੈਗਾ ਵੀ ਦਿੱਤੀਆਂ ਨਹੀਂ ਪੈਸੇ, ਪੈਸੇ ਕਈ ਪੰਚਾਇਤਾਂ ਨੂੰ ਗਏ ਨੇ, ਪਰ ਜਿਹੜੇ ਪੰਚਾਇਤਾਂ ਨੇ ਕੋਈ ਐਕਟ ਨਹੀਂ ਕੀਤੇ ਹੈਗੇ ਸਰਪੰਚਾਂ ਨੇ ਉਹਨਾਂ ਨੂੰ ਕੋਈ ਫੰਡ ਨਹੀਂ ਮਿਲੇ, ਘਰੇ ਬੈਠੇ ਨੂੰ ਕੋਈ ਵੀ ਨਹੀਂ ਉਹਦੇ ਵਿੱਚ ਫੰਡ ਲੈ ਕੇ ਆਉਣੇ ਪੈਂਦੇ ਆ। ਜਦੋਂ ਤੁਸੀਂ ਸਰਕਾਰੀ ਦਰਬਾਰੇ ਜਾਓਗੇ ਤਾਂ ਉੱਥੇ ਤੁਸੀਂ ਐਸਟੀਮੇਟ ਬਣਾਓਗੇ ਆਪਦੇ, ਜਾਂ ਉਹਦੇ ਵਿੱਚ ਲਿਖੋਗੇ ਸਾਡੀ ਜਿਹੜੀ ਸਰਪੰਚ ਆਈ ਆ ਪੰਚਾਇਤ ਚੁਣੀ ਗਈ ਆ ਇਹ ਸਰਬਸੰਮਤੀ ਨਾਲ ਚੁਣੀ ਗਈ ਆ, ਇਹਦਾ ਜਿਹੜਾ ਸਾਡਾ ਬਣਦਾ ਉਹ ਸਾਨੂੰ ਪੈਸਾ ਦਿੱਤਾ ਜਾਵੇ, ਤਾਂ ਨੈਚੁਰਲੀ ਆ ਵੀ ਉਹ ਉਸ ਨੂੰ ਅਫਸਰ ਦੇ ਜਿਹੜੇ ਵੀਡੀਓ ਦੇਓਗੇ, ਵੀਡੀਓ ਅੱਗੇ ADC ਸਾਹਿਬ ਨੂੰ ਭੇਜਣਗੇ, ਡਿਵੈਲਪਮੈਂਟ ਨੂੰ ਉਹ DC ਰਾਹੀਂ ਉੱਪਰ ਭੇਜਣਗੇ, ਉਹ ਤਾਂ ਪੈਸਾ ਆਉਣਾ। ਅੱਛਾ ਸ਼ਰਮਾ ਜੀ, ਹੁਣ ਤੁਹਾਡਾ ਜਿਹੜਾ ਇਹ ਤਾਂ ਤੁਹਾਡੇ ਹਿੱਸੇ ਤੋਂ ਬਾਹਰ ਦਾ ਸਵਾਲ ਸੀ, ਹੁਣ ਤੁਹਾਡੇ ਹਿੱਸੇ ਦਾ ਸਵਾਲ ਆ ਜਿਹੜਾ ਉਹ ਇਹ ਆ ਵੀ ਮੌਜੂਦਾ ਸਮੇਂ ਪੰਚਾਇਤਾਂ ਦਾ ਡਿਜੀਟਲਾਈਜੇਸ਼ਨ ਕੀਤਾ ਜਾ ਰਿਹਾ ਤੇ ਜੇਕਰ ਇੱਕ ਪਾਸੇ ਦੂਜੇ ਪਾਸੇ ਪਿੱਛੇ ਜੇ ਤੁਹਾਨੂੰ ਵੀ ਪਤਾ ਹੀ ਆ ਵੀ ਸੋਸ਼ਲ ਮੀਡੀਆ ਦੇ ਉੱਤੇ ਬੜੀ ਚਰਚਾ ਚੱਲੀ ਸੀ, ਪਲੱਸ 2 ਤੋਂ 10ਵੀਂ ਪਾਸ ਜਿਹੜਾ BA ਪਾਸ ਵਾਲਾ ਪੰਚਾਇਤ ਸਰਪੰਚ ਨਹੀਂ ਬਣ ਸਕੇਗਾ ਤੇ ਉਹਦਾ ਵਿਰੋਧ ਵੀ ਹੋਇਆ ਸੀ ਤੇ ਇਸ ਕਰਕੇ ਮੰਤਰੀ ਨੇ ਵੀ ਉਹਦੇ ਤੇ ਬਿਆਨ ਦਿੱਤਾ ਸੀ ਵੀ ਜੇ 5-7 ਪੜ੍ਹਿਆ ਹੋਇਆ MLA ਬਣ ਸਕਦਾ ਤਾਂ ਕੋਈ ਸਰਪੰਚ ਕਿਉਂ ਨਹੀਂ, ਵੀ ਜੇਕਰ ਪੰਚਾਇਤਾਂ ਦਾ ਡਿਜੀਟਲ ਉਹਨੂੰ ਬਣਾਇਆ ਜਾ ਰਿਹਾ ਤੇ ਜੇਕਰ ਅਨਪੜ੍ਹ ਜਾਂ ਘੱਟ ਪੜ੍ਹੇ ਲਿਖੇ ਜਾਂ ਜਾਣਕਾਰੀ ਤੋਂ ਵਾਂਝੇ ਨੇ ਜਿਹੜੇ ਲੋਕ ਨੇ ਉਹ ਸਰਪੰਚ ਬਣਗੇ ਤਾਂ ਉਹਦਾ ਕੀ ਇਫੈਕਟ ਪਏਗਾ, ਵੀ ਉਹ ਜਿਹੜਾ ਪੰਚਾਇਤੀ ਢਾਂਚਾ ਚੱਲ ਪਾਏਗਾ ਸਹੀ ਤਰੀਕੇ ਨਾਲ? ਦੇਖੋ ਗੁਰਪ੍ਰੀਤ ਜੀ, ਇਹ ਸਵਾਲ ਤੁਸੀਂ ਬੜਾ ਵਧੀਆ ਕੀਤਾ, ਇਹਦੇ ਵਿੱਚ ਇਹ ਆ ਜੋ ਅੱਜ ਦੀ ਟੈਕਨੋਲੋਜੀ ਆ ਗਈ ਆ, ਕੰਪਿਊਟਰਾਈਜ਼ ਯੁੱਗ ਹੋ ਗਿਆ, ਉਹਦੇ ਵਿੱਚ ਪੜ੍ਹਿਆ ਲਿਖਿਆ ਇਨਸਾਨ ਹੀ ਅੱਗੇ ਵੱਧ ਸਕਦਾ, ਅਨਪੜ੍ਹ ਬੰਦਾ ਨਹੀਂ ਵੱਧ ਸਕਦਾ, ਕਿਉਂਕਿ ਅਫਸਰਸ਼ਾਹੀ ਇੰਨੀ ਜ਼ਿਆਦਾ ਹਾਵੀ ਹੋ ਚੁੱਕੀ ਆ, ਉਹ ਬੰਦੇ ਨੂੰ ਅਨਪੜ੍ਹ ਤੋਂ ਬੂਠਾ ਲਵਾ ਲੈਂਦੇ ਨੇ, ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਮੈਂ ਕਿੰਨੇ ਪੈਸੇ ਨਿਕਲ ਗਏ, ਕਿੰਨੇ ਕਿੱਥੇ ਖਰਚੇ ਨੇ, ਉਹ ਵਿਚਾਰਾ ਇਹ ਚੱਕਰਾਂ 'ਚ ਫਸ ਗਏ। ਪੁਰਾਣੇ ਜਿਹੜੇ ਪਿੰਡਾਂ ਦੇ ਵਿੱਚ ਸਰਪੰਚ ਨੇ ਅਜੇ ਵੀ ਤਰੀਕਾ ਭੁਗਤਲੇ ਫਿਰਦੇ ਨੇ ਕੋਰਟਾਂ ਦੇ ਵਿੱਚ, ਉਹਨਾਂ ਦੇ ਵਿਜੀਲੈਂਸ ਦੇ ਪਰਚੇ ਇਸੇ ਕਰਕੇ ਹੁੰਦੇ ਸੀ ਵੀ ਉਹਨਾਂ ਨੂੰ ਅਨਪੜ੍ਹਤਾ ਕਰਕੇ ਪਤਾ ਨਹੀਂ ਹੁੰਦਾ ਸੀ ਵੀ ਮੈਂ ਕਿੱਥੇ ਸਾਈਨ ਕਰਾਇਆ ਜੇ ਕਿੱਥੇ ਅੰਗੂਠਾ ਲਵਾਇਆ, ਤੇ ਜੇ ਅੱਜ ਦੇ ਯੁੱਗ 'ਚ ਆਪਾਂ ਦੇਖੀਏ
ਤੇ ਕੰਪਿਊਟਰ ਹੀ ਹੋ ਰਿਹਾ ਸਾਰਾ ਯੁੱਗ, ਉਹ ਸਾਰਾ ਜੋ ਰਿਕਾਰਡ ਹੈ ਉਹ ਆਨਲਾਈਨ ਹੋ ਰਿਹਾ, ਆਨਲਾਈਨ ਦੇ ਨਾਲ ਸਾਰਾ ਆਲ ਓਵਰ ਵਰਲਡ ਜਿੱਥੇ ਮਰਜ਼ੀ ਤੁਸੀਂ ਜਿਹੜੀ ਮਰਜ਼ੀ ਪੰਚਾਇਤ ਦਾ ਕੱਟ ਕੇ ਦੇਖ ਸਕਦੇ ਹੋ ਵੀ ਕਿੱਥੇ ਪੈਸਾ ਕਿੰਨਾ ਲੱਗਿਆ ਕਿੰਨਾ ਆਇਆ। ਉਸ ਕਰਕੇ ਇਹ ਜ਼ਰੂਰ ਹੋਣਾ ਚਾਹੀਦਾ, ਇਕੱਲੇ ਸਰਪੰਚਾਂ ਪੰਚਾਂ ਚ ਨਹੀਂ, ਇਹ MLA MPਆਂ ਦੇ ਵਿੱਚ ਵੀ ਹੋਣਾ ਚਾਹੀਦਾ ਵੀ ਇੰਨੀ ਯੋਗਤਾ ਪੱਕੀ ਹੋਣੀ ਚਾਹੀਦੀ ਆ, ਉਹ ਤਾਂ ਹੀ ਅੱਗੇ ਸਾਡਾ ਦੇਸ਼ ਵੱਧ ਸਕਦਾ, ਨਹੀਂ ਸਾਡੇ ਦੇਸ਼ ਦੀ ਤਰੱਕੀ ਨਾ ਹੋਣ ਦਾ ਕਾਰਨ ਵੀ ਇਹ। ਦਰਬਾਰ ਸਿੰਘ ਜੀ ਅਗਲੇ ਸਵਾਲ ਲਈ ਤੁਸੀਂ ਤਿਆਰ ਰਹੋ, ਪਰ ਉਹ ਤੋਂ ਪਹਿਲਾਂ ਆਪਾਂ ਪੰਚਾਇਤਾਂ ਜਿਹੜੀਆਂ ਚੁਣੀਆਂ ਗਈਆਂ ਨੇ ਵਰਿੰਦਰ ਨੂੰ ਸਵਾਲ ਕਰ ਲਈਏ ਵੀ ਪੰਚਾਇਤਾਂ ਜਿਹੜੀਆਂ ਚੁਣੀਆਂ ਜਾਂਦੀਆਂ ਜਿੱਥੇ ਔਰਤ ਸਰਪੰਚ ਬਣੀ ਜਾਂਦੀ ਆ, ਉਹ ਕਿੰਨੇ ਕੁ ਫੈਸਲੇ ਨੇ ਜਿਹੜੇ ਉਹ ਆਪ ਕਰਦੀ ਆ, ਖਾਸ ਕਰਕੇ ਔਰਤਾਂ ਦੇ ਜਿੱਥੇ ਜ਼ਿਆਦਾ ਜ਼ਰੂਰਤ ਹੁੰਦੀ ਆ ਵੀ ਔਰਤ ਔਰਤ ਦੀ ਸੁਣਵਾਈ ਕਰੇ। ਦੇਖੋ ਅੱਜ ਕੱਲ੍ਹ ਤਾਂ ਲੇਡੀਜ਼ ਆ ਰਹੀਆਂ ਸਰਪੰਚ ਤਾਂ ਬਣ ਜਾਂਦੀਆਂ ਨੇ, ਪਰ ਉਹ ਫੈਸਲੇ ਖੁਦ ਨਹੀਂ ਕਰ ਸਕਦੀਆਂ ਕਿਉਂਕਿ ਜਿਹੜੀ ਮੋਹਰ ਸਿਰਫ ਉਹ ਮੋਹਰ ਤੱਕ ਆਪਣੇ ਸਾਈਨ ਤੱਕ ਹੀ ਸੀਮਤ ਰਹਿ ਗਈ ਆ। ਸਟੈਂਪ ਲੱਗ ਜਾਂਦੀ ਆ, ਸਾਈਨ ਕੌਣ ਕਰਦਾ? ਉਹਨਾਂ ਦੇ ਹਸਬੈਂਡ ਪਤੀ ਕਰਦੇ ਨੇ, ਕਿਉਂਕਿ ਉਹਨਾਂ ਨੂੰ ਬਾਹਰ, ਮੈਂ ਤਾਂ ਇਹ ਚਾਹੁੰਦੀ ਹਾਂ ਕਿ ਉਹ ਬਾਹਰ ਨਿਕਲਣ, ਆਪਣੇ ਆਪ ਨੂੰ ਥੋੜੀ ਜਿਹੀ ਐਕਟਿਵ ਬਣਾਉਣ, ਕਿਉਂਕਿ ਕੁਛ ਐਸੀ ਸਮੱਸਿਆਵਾਂ ਹੁੰਦੀਆਂ ਨੇ ਜਿਹੜੀਆਂ ਕਿ ਉਹਨਾਂ ਦੇ ਪਤੀਆਂ ਨੂੰ ਨਹੀਂ ਦੱਸੀਆਂ ਜਾ ਸਕਦੀਆਂ, ਕੁਛ ਲੇਡੀਜ਼ ਪ੍ਰੋਬਲਮ ਹੁੰਦੀਆਂ ਨੇ, ਇਸ ਤਰ੍ਹਾਂ ਉਹਨਾਂ ਨੂੰ ਆਪ ਬਾਹਰ ਨਿਕਲਣਾ ਚਾਹੀਦਾ ਜੇਕਰ ਉਹਨਾਂ ਚ ਕੁਛ ਕਾਬਲੀਅਤ ਆ। ਮੈਂ ਤਾਂ ਇਹ ਸ਼ਾਇਦ ਸੋਚਦੀ ਹਾਂ ਕਿ ਸ਼ਾਇਦ ਉਹਨੂੰ ਘਰ ਤੋਂ ਤਵੱਜੋ ਹੀ ਨਹੀਂ ਦਿੱਤੀ ਜਾਂਦੀ ਕਿ ਉਹ ਬਾਹਰ ਨਿਕਲ ਕੇ ਕੋਈ ਕੰਮ ਕਰਨ, ਕਿਉਂਕਿ ਦੇਖਿਆ ਗਿਆ ਹੈ ਮੈਕਸੀਮਮ ਨਾ ਤਾਂ ਉਹ ਮੀਟਿੰਗਾਂ ਚ ਸ਼ਾਮਿਲ ਹੁੰਦੀਆਂ ਹਨ। ਦੇਖੋ ਗੱਲ ਇਹਨਾਂ ਦੀ ਨਾਲ ਮੈਂ ਸਹਿਮਤ ਹਾਂ ਕਿ ਜਿਹੜੇ ਸਾਡੇ ਸਰਪੰਚ ਬਣ ਜਾਂਦੀਆਂ ਨੇ ਲੇਡੀਜ਼, ਉਹਨਾਂ ਦੇ ਜਿਹੜੇ ਕੰਮ ਨੇ ਉਹਨਾਂ ਦੇ ਪਤੀ ਵੀ ਕਰਦੇ ਨੇ, ਇਸੇ ਤਰ੍ਹਾਂ ਹੀ ਸਾਡੀ ਜਿਹੜੀ ਯੂਨੀਅਨ ਆ ਉਹਦੇ ਵਿੱਚ ਪਿੱਛੇ ਇੱਕ ਲੇਡੀ ਸੀਗੀ ਸਾਡੀ ਮੈਂਬਰ ਡੇਰਾਬਸੀ ਤੋਂ, ਤੇ ਵਰਨਣ ਦੀ ਕੋਈ ਹੋਰ ਨਹੀਂ। ਹਾਂ ਮੀਟਿੰਗ ਚ ਆਉਂਦੇ ਰਹੇ ਨੇ, ਇੱਕ ਇਧਰੋਂ ਜਗਰਾਵਾਂ ਤੋਂ ਵੀ ਸੀ, ਉਹ ਵੀ ਆਉਂਦੇ ਰਹੇ ਮੀਟਿੰਗ ਦੇ ਵਿੱਚ। ਅਸੀਂ ਆਪ ਚਾਹੁੰਦੇ ਹਾਂ ਕਿ ਲੇਡੀਜ਼ ਜੋ ਆ, ਲੇਡੀਜ਼ ਦੀ ਗੱਲ ਇਹਨਾਂ ਨਾਲ ਸਹਿਮਤ ਆ ਵੀ ਉਹ ਉਹਨਾਂ ਨੂੰ ਦੱਸਣ ਦੇ ਵਿੱਚ ਕਾਫ਼ੀ ਮੁਸ਼ਕਲ ਆਉਂਦੀ ਆ, ਵੀ ਚੈਂਟਸ ਨੂੰ ਦੱਸਣ ਦੇ ਵਿੱਚ ਮੁਸ਼ਕਲ ਆਉਂਦੀ ਆ, ਤੇ ਜੇ ਲੇਡੀਜ਼ ਲੇਡੀਜ਼ ਨਾਲ ਗੱਲ ਕਰ ਸਕਦੀ ਆ, ਜਾਂ ਅੱਜ ਕੱਲ੍ਹ ਜਿਹੜੇ ਮਾਮਲੇ ਨੇ ਸਾਡੇ ਜ਼ਿਆਦਾਤਰ ਉਹ ਲੇਡੀਜ਼ ਦੇ ਹੀ ਨੇ, ਕਿ ਕਈ ਵਾਰੀ ਬੱਚਿਆਂ ਦਾ ਛੱਡ ਛਡਾ, ਕਈ ਇਹੋ ਜਿਹੇ ਮਾਮਲੇ ਸਾਹਮਣੇ ਆ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਔਰਤ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੀ। ਵਰਿੰਦਰ ਜੀ ਤੁਸੀਂ ਆਪਣੀ ਗੱਲ ਨੂੰ ਹੁਣ ਪੂਰੀ ਕਰੋ ਤੇ ਉਸ ਤੋਂ ਬਾਅਦ ਵਿੱਚ ਫਿਰ ਸਰਪੰਚ ਦਰਬਾਰ ਸਿੰਘ ਜੀ ਕੋਲ ਜਾਣਗੇ। ਮੈਂ ਚਾਹੁੰਦੀ ਹਾਂ ਕਿ ਲੇਡੀਜ਼ ਨੂੰ ਆਉਣਾ ਚਾਹੀਦਾ, ਆਪਣੇ ਘਰੋਂ ਨਿਕਲਣਾ ਚਾਹੀਦਾ, ਕਿਉਂਕਿ ਉਹਨਾਂ ਦਾ ਹੱਕ ਆ ਇਹ, ਕਿਉਂਕਿ ਉਹਨਾਂ ਨੂੰ ਇੱਕ ਅਧਿਕਾਰ, ਇੱਕ ਡੈਜੀਨੇਸ਼ਨ ਮਿਲ ਚੁੱਕੀ ਆ ਕਿ ਉਹ ਵੀ ਸਰਪੰਚ ਨੇ, ਮਤਲਬ ਜਿਵੇਂ ਕਹਿੰਦੇ ਆ ਕਿ ਕਿਹਾ ਗਿਆ ਪਹਿਲਾਂ ਕਿ ਸਰਪੰਚ ਹੀ ਕਿਹਾ ਜਾਂਦਾ ਹੈ, ਉਹਨਾਂ ਦੇ ਪਤੀਆਂ ਦੇ ਨਾਮ ਹੀ ਦਿੱਤਾ ਜਾਂਦਾ, ਜਦਕਿ ਉਹਨਾਂ ਨੂੰ ਸਰਪੰਚ ਨਹੀਂ ਕਿਹਾ ਜਾਂਦਾ, ਉਹਨਾਂ ਨੂੰ ਬਾਹਰ ਨਿਕਲ ਕੇ ਆਉਣਾ ਚਾਹੀਦਾ ਕਿ ਲੇਡੀਜ਼ ਦੀਆਂ ਕੁਛ ਇੰਨੀਆਂ, ਅੱਜ ਕੱਲ੍ਹ ਇੰਨਾ ਮਤਲਬ ਮਾਹੌਲ ਹੀ ਇੰਨਾ ਖਰਾਬ ਹੋ ਰਿਹਾ ਕਿ ਲੇਡੀਜ਼ ਦੀਆਂ ਪ੍ਰੋਬਲਮ ਸਭ ਤੋਂ ਵੱਧ ਹਨ, ਉਹਨਾਂ ਨੂੰ ਲੇਡੀਜ਼ ਦੀਆਂ ਪ੍ਰੋਬਲਮ ਸੁਣੀਆਂ ਜਾਂਦੀਆਂ ਨੇ, ਉਹਨਾਂ ਨੂੰ ਸੋਲਵ ਕਰਨਾ ਚਾਹੀਦਾ ਹੈ। ਮੈਂ ਤਾਂ ਕਹਿੰਦੀ ਉਹਨਾਂ ਦੇ ਖੁਦ ਕਹਿ ਦੋ, ਉਹਨਾਂ ਦੇ ਪਤੀਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਉਹਨਾਂ ਨੂੰ ਬਾਹਰ ਨਿਕਲਣ ਦੇਣ, ਥੋੜਾ ਜਿਹਾ ਉਹਨੂੰ ਹਰ ਮੀਟਿੰਗ ਅਟੈਂਡ ਕਰ ਦੇਣ, ਤਾਂ ਕਿ ਉਹ ਆਪਣੇ ਪਿੰਡਾਂ ਚ ਵਿਚਰਨ, ਉਹਨਾਂ ਦੀਆਂ ਪ੍ਰੋਬਲਮਾਂ ਸੁਣਨ, ਉਹਨਾਂ ਦਾ ਹੱਲ ਹੋਵੇ, ਤਾਂ ਕਿ ਉਹਨਾਂ ਨੂੰ ਕੁਛ ਮਤਲਬ ਸੌਖਾ ਮਹਿਸੂਸ ਹੋਵੇ ਵੀ ਸਾਡੇ ਵੀ ਕੋਈ ਪ੍ਰੋਬਲਮ ਸੁਣਨ ਵਾਲਾ ਹੈਗਾ। ਅੱਛਾ ਗੁਰਿੰਦਰ ਜੀ, ਤੁਹਾਡੀ ਗੱਲ ਤੋਂ ਬਾਅਦ ਅਸੀਂ ਕਦਿੰਦਰਪਾਲ ਸਿੰਘ ਪੁਰਾ ਸਾਹਿਬ ਤੁਹਾਨੂੰ ਇੱਕ ਬਹੁਤ ਹੀ ਅਹਿਮ ਸਵਾਲ ਆ ਜਿਹੜਾ, ਕਿਉਂਕਿ ਤੁਸੀਂ ਅਨੁਸੂਚਿਤ ਜਾਤੀ ਜਨਜਾਤੀ ਨਾਲ ਜਾਤੀ ਨਾਲ ਸੰਬੰਧਿਤ ਰੱਖਦੇ ਹੋ, ਤੇ ਪੰਜ ਪੰਜ ਮਰਲੇ ਪਲਾਟਨੇ ਦਾ ਰੌਲਾ ਬਹੁਤ ਦੇਰ ਤੋਂ ਸਰਕਾਰਾਂ ਦਾ ਚੱਲ ਰਿਹਾ, ਤੇ ਇਹ ਹਲੇ ਤੱਕ ਇਹਦੇ ਤੇ ਅਮਲੀ ਜਾਮਾ ਕਿਉਂ ਨਹੀਂ ਪੈਣਾ ਹੈਗਾ? ਗੁਰਪ੍ਰੀਤ ਜੀ, ਮੈਂ
ਪ੍ਰਧਾਨ ਵੀ ਰਿਹਾ ਮੈਂ ਪੰਜਾਬ ਲੈਵਲ ਤੇ ਵੀ ਇਸੇ ਰਾਊਂਡ ਲਾਇਆ ਸਾਰੇ ਅਸੀਂ ਬੜੀ ਤਕੜੀ ਵਧੀਆ ਸਾਡੀ ਯੂਨੀਅਨ ਚੱਲਦੀ ਰਹੀ ਆ ਪਰ ਇਹ ਗੱਲਾਂ ਹੀ ਨੇ ਜੀ ਸਾਰੀਆਂ ਜੋ ਵੀ ਕਹਿ ਰਹੇ ਇੱਕ ਮਗਰ ਲਾ ਕੇ ਲੋਲੀਪੋਪ ਨੇ ਸਾਰੇ ਸਰਕਾਰਾਂ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਪਾਰਟੀਆਂ ਨੇ ਉਹ ਆਪੋ ਆਪਦੇ ਉਹਨੂੰ ਡੱਬੀਆਂ ਵਜਾਉਂਦੇ ਨੇ ਆਪਣੇ ਤਰੀਕੇ ਦੇ ਨਾਲ ਉਹ ਲੋਕਾਂ ਨੂੰ ਮਗਰ ਲਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਉਹਨਾਂ ਨੂੰ ਲਾਲਚ ਦਿੰਦੇ ਨੇ ਅਸੀਂ ਤਾਂ ਇਹ ਵੀ ਕਹਿੰਦੇ ਹਾਂ ਜਿਹੜੇ ਆਟਾ ਦਾਲ ਸਕੀਮਾਂ ਵੀ ਦਿੱਤੀਆਂ ਜਾ ਰਹੀਆਂ ਨੇ ਉਹ ਮਿਲਦੀਆਂ ਤਾਂ ਚਲੋ ਜਿਸ ਇਸ ਤਰ੍ਹਾਂ ਹੈਗੀਆਂ ਮਿਲਦੀਆਂ ਵੀ ਨੇ ਨਹੀਂ ਵੀ ਮਿਲਦੀਆਂ ਪਰ ਉਹ ਵੀ ਅਸੀਂ ਕਹਿੰਦੇ ਵੀ ਉਹਨਾਂ ਨੇ ਆਟਾ ਦਾਲ ਦੇਣ ਦੀ ਬਜਾਏ ਵੀ ਜੇ ਇਹਨਾਂ ਨੂੰ ਅਸੀਂ ਰੁਜ਼ਗਾਰ ਦਈਏ ਵੀ ਇਹਨਾਂ ਨੂੰ ਅਸੀਂ ਇੱਕ ਕਿਸਮ ਦਾ ਭਿਖਾਰੀ ਵੀ ਬਣਾਉਂਦੇ ਹਰੇਕ ਪਾਰਟੀ ਆ ਕੇ ਇਹਨਾਂ ਨੂੰ ਰੌਲਾ ਪਾਉਂਦੀ ਆ ਵੀ ਅਸੀਂ ਤੁਹਾਨੂੰ ਆਟਾ ਦਿੰਦੇ ਹਾਂ ਇਹ ਦਿੰਦੇ ਹਾਂ ਦਿੰਦੇ ਹਾਂ ਪਰ ਅਸੀਂ ਤਾਂ ਕਹਿੰਦੇ ਵੀ ਇਹਨਾਂ ਨੂੰ ਰੁਜ਼ਗਾਰ ਦਿਓ ਹਰੇਕ ਪਰਿਵਾਰ ਦੇ ਮੈਂਬਰ ਦੇ ਵਿੱਚ ਕਿਸੇ ਕੋਲ ਨੌਕਰੀ ਹੋਵੇ ਕਿਸੇ ਕਿਸਮ ਦੀ ਵੀ ਹੋਵੇ ਚਾਹੇ ਉਹ ਆਪਦਾ ਬਿਜ਼ਨਸ ਕਰੇ ਚਾਹੇ ਫੈਕਟਰੀਆਂ ਦੇ ਵਿੱਚ ਕੰਮ ਕਰਨ ਵੀ ਉਹਨਾਂ ਨੂੰ ਰੁਜ਼ਗਾਰ ਮਿਲਣ ਤਰੀਕੇ ਨਾਲ ਆਪਦਾ ਕੰਮ ਕਰਨ ਤੇ ਆਪਣੇ ਘਰ ਦਾ ਰੁਜ਼ਗਾਰ ਆਪਦਾ ਘਰ ਦਾ ਦੇਖਭਾਲ ਸਾਰੀ ਆਪ ਕਰਨ ਇਸ ਕਰਕੇ ਵੀ ਇਹੋ ਜਿਹੇ ਤਰੀਕੇ ਨਾਲ ਪੰਜਾਬ ਦੇ ਵਿੱਚ ਕੋਈ ਲੋੜ ਨਹੀਂ ਹੈਗੀ ਅਸੀਂ ਸਕੂਲਾਂ ਦੇ ਵਿੱਚ ਵੀ ਦਿੰਦੇ ਹਾਂ ਹੁਣ ਇਹ ਮਿਡ ਡੇ ਮੀਲ ਚੱਲ ਰਹੀ ਹੈ ਸਕੂਲਾਂ ਦੇ ਵਿੱਚ ਪਰ ਉਹਨਾਂ ਨੂੰ ਪਹੁੰਚਦੀ ਨਹੀਂ ਹੋਣਾ ਟੀਚਰਾਂ ਅੱਜ ਵੀ ਮੇਰੀ ਮੀਟਿੰਗ ਸੀ ਮੈਂ ਪਸਪਾ ਕਮੇਟੀ ਦਾ ਮੈਂ ਚੇਅਰਮੈਨ ਹਾਂ ਅੱਜ ਵੀ ਮੀਟਿੰਗ ਚੱਲਦੀ ਸੀ ਪਰ ਪੈਸੇ ਨਹੀਂ ਆ ਰਹੇ ਮਿਡ ਡੇ ਮੀਲ ਦੇ ਵੀ ਪੈਸੇ ਨਹੀਂ ਆ ਰਹੇ ਟੀਚਰ ਆਪਦੇ ਕੋਲੋਂ ਇਕੱਠੇ ਕਰਦੇ ਵੀ ਸਾਨੂੰ ਕਹਿੰਦੇ ਆ ਮੋਹਤਵਾਰਾਂ ਨੂੰ ਪਿੰਡਿਆਂ ਨੂੰ ਵੀ ਉਹ ਕਹਿੰਦੇ ਨੇ ਵਿਚਾਰੇ ਉਹਨਾਂ ਨੂੰ ਵੀ ਉਹਨਾਂ ਦਾ ਸਟੇਟਸ ਕੀ ਆ ਉਹਨਾਂ ਨੂੰ ਜਾ ਕੇ ਸਗੋਂ ਕਹਿਣਾ ਪੈਂਦਾ ਹੈ ਇਹ ਸ਼ਰਮ ਵਾਲੀ ਗੱਲ ਆ ਜਿਹੜੀ ਹੱਲ ਪਰ ਉਹ ਕਾਹਨੂੰ ਮਿਲਿਆ ਜੀ ਕਿਸੇ ਨੂੰ ਨੀ ਮਿਲ ਰਹੇ ਮਰਲੇ ਦੇ ਜਿਹੜੇ ਇਹਨਾਂ ਨੇ ਪਲਾਟ ਦੇਣੇ ਆ ਦੇਣ ਦੀ ਗੱਲ ਕਰਦੇ ਆ ਉਹ ਜੇ ਪੰਚਾਇਤ ਦੀਆਂ ਇਹ ਕਹਿੰਦੇ ਵੀ ਪੰਚਾਇਤਾਂ ਕੋਲ ਜ਼ਮੀਨਾਂ ਨੇ ਜੇ ਪੰਚਾਇਤਾਂ ਕੋਲ ਜ਼ਮੀਨਾਂ ਨੇ ਸਾਰੀਆਂ ਪਿੰਡਾਂ ਪੰਚਾਇਤਾਂ ਕੋਲ ਜ਼ਮੀਨਾਂ ਵੀ ਹੈ ਨੀ ਤੇ ਦੇਣਗੇ ਕਿੱਥੋਂ ਇਹਨਾਂ ਨੂੰ ਸਾਨੂੰ ਤਾਂ ਨਹੀਂ ਕੁਛ ਤਸਦੀ ਕੇਸ ਹੀ ਚੱਲਦੇ ਨੇ ਉਹਨਾਂ ਦੇ ਜਿੰਨੇ ਦੇਖ ਲਓ ਕਹਿੰਦੇ ਆ ਬਲੀਪੁਰ ਆ ਇੱਥੇ ਚੱਲਦਾ ਰੌਲਾ ਕਿੰਨਾ ਸਾਰੇ ਇਹਨਾਂ ਦੇ ਕੇਸ ਹੀ ਚੱਲਦੇ ਬਣਾਈ ਮਰਾਲਾ ਕਰੀਏ ਜੇ ਇਹਨਾਂ ਨੂੰ ਉਹ ਦੇਣਾ ਸਾਨੂੰ ਤਾਂ ਨੀਂਦਾ ਹਨੇਰਾ ਹੀ ਨੇਰਾ ਵਾ ਅੱਛਾ ਗਿਰ ਸਾਹਿਬ ਤੁਸੀਂ ਦੱਸੋ ਇੱਕ ਵੀ ਪੰਚਾਇਤਾਂ ਦੇ ਉੱਤੇ ਸਰਪੰਚਾਂ ਦੇ ਉੱਤੇ ਜਿਵੇਂ ਲਹਿਰਾਂ ਤੋਂ ਸਰਪੰਚ ਜੀ ਸਰਕਾਰੀ ਪੈਸਾ ਖਾਵਾਂਗੇ ਗਾਣੇ ਵੀ ਬਣੇ ਹੋਏ ਨੇ ਸਰਪੰਚ ਘਬੜੇ ਕਰਦੇ ਸੀ ਉਹਨੂੰ ਲੁਕਾਉਣ ਦੇ ਲਈ ਤੁਸੀਂ ਆਡਿਟ ਦੇ ਖਿਲਾਫ ਜਿਹੜਾ ਐਡਾ ਵੱਡਾ ਸ਼ਿਕਾਇਤ ਕੀਤਾ ਬਾਦਲ ਸਰਕਾਰ ਦੇ ਨੱਕ ਦੇ ਵਿੱਚ ਤੁਸੀਂ ਦਮ ਕਰੀ ਰੱਖੇ ਆ ਤੇ ਜਦੋਂ ਕੈਪਟਨ ਸਰਕਾਰ ਆਈ ਤੇ ਉਦੋਂ ਵੀ ਤੁਸੀਂ ਝੰਡਾ ਲੈ ਕੇ ਉਹਨਾਂ ਦੇ ਮੂਹਰੇ ਪਹਿਲਾਂ ਹੀ ਖੜ ਗਏ ਵੀ ਬਾਕੀ ਜਿਹੜੇ ਸਰਪੰਚ ਨੇ ਘੁਟਾਲਾ ਕਰ ਰਹੇ ਨੇ ਉਹਨਾਂ ਨੂੰ ਪੰਚਾਇਤ ਯੂਨੀਅਨ ਆ ਜਿਹੜੀ ਉਹ ਛਤਰੀ ਦੇਣ ਲਈ ਅੱਗੇ ਆ ਗਈ ਨਹੀਂ ਇਹ ਆਡਿਟ ਮਾਮਲਾ ਵੀ ਦੱਸ ਦਿਓ ਕੀ ਹੈ ਗੁਰਪ੍ਰੀਤ ਜੀ ਗੱਲ ਤੁਹਾਡਾ ਸਵਾਲ ਵਧੀਆ ਤੁਸੀਂ ਪੁਰਾਣੇ ਸਮੇਂ ਨੂੰ ਫਿਰ ਜਾਗਰਤ ਕੀਤਾ ਗੱਲ ਇਹ ਆ ਵੀ ਸਰਪੰਚ ਕੋਈ ਘਪਲਾ ਨਹੀਂ ਕਰ ਸਕਦਾ ਅੱਜ ਤੁਸੀਂ ਪਿੰਡ ਦੇ ਵਿੱਚ ਇੱਕ ਇੱਟਾਂ ਦੀ ਗੱਡੀ ਸਟਾ ਕੇ ਦੇਖੋ 50 ਬੰਦੇ ਉਸ ਗੱਡੀ ਦਾ ਆਡਿਟ ਕਰ ਦਿੰਦੇ ਕਿਸੇ ਨੇ ਕਹਿਣਾ ਇੱਟ ਵਿੰਗੀ ਆ ਕਿਸੇ ਨੇ ਕਹਿਣਾ ਇੱਟ ਪਿੱਲੀ ਆ ਜੇਕਰ ਇੱਟ ਤੋਂ ਹਟੀਏ ਬਜਰੀ ਸਟਾ ਲਓ ਰੇਤਾ ਸਟਾ ਲਓ ਉਹਨੂੰ ਜੇ ਕੋਈ ਦੋ ਕੜਾਹੀਏ ਚੱਕ ਕੇ ਲੈ ਗਿਆ ਸਰਪੰਚ ਰੋਕ ਨਹੀਂ ਸਕਦਾ ਜੇ ਕੋਈ 20 ਇੱਟਾਂ ਚੱਕ ਕੇ ਲੈ ਗਿਆ ਸਰਪੰਚ ਰੋਕ ਨਹੀਂ ਸਕਦਾ ਸਰਪੰਚ ਨੂੰ ਤਾਂ ਇਹੀ ਘਾਟਾ ਨਹੀਂ ਪੂਰਾ ਹੁੰਦਾ ਖਾਣਾ ਤੇ ਕੀ ਦੂਜੀ ਗੱਲ ਇਹ ਰਹਿ ਗਈ
ਸਰਕਾਰ ਦੇ ਕੋਲੇ ਅਸੀਂ ਬੜੀ ਇਸ ਚੀਜ਼ ਤੇ ਸਾਡੇ ਨਾਲ ਮੇਰੇ ਸਾਥੀ ਰਹੇ ਨੇ, ਹੁਣ ਵੀ ਨੇ ਮੇਰੇ ਸਾਥੀ ਇਹ, ਅਸੀਂ ਇਸ ਚੀਜ਼ ਤੇ ਵੀ ਸੰਘਰਸ਼ ਬੜਾ ਕੀਤਾ ਪਹਿਲਾਂ ਦੇ 2009 ਦੇ ਵਿੱਚ ਵੀ, ਵੀ ਸਰਕਾਰ ਸਾਡੇ ਜਿਹੜੇ ਰੇਟ ਨੇ ਉਹ ਮਾਰਕੀਟ ਰੇਟ ਕਰੇ। ਅੱਜ ਜਿਵੇਂ ਇੱਟਾਂ ਦਾ ਰੇਟ 3400 ਰੁਪਈਆ, 400 ਕਿਰਾਇਆ ਪਾ ਕੇ 3800 ਹੋ ਗਿਆ, ਪਰ 3800 ਨੂੰ ਇੱਟ ਨਹੀਂ ਮਿਲ ਰਹੀ, ਇੱਟ ਮਹਿੰਗੀ ਮਿਲਦੀ ਆ। ਅੱਜ ਜਿਹੜੀ ਮਜ਼ਦੂਰ ਦੀ ਦਿਹਾੜੀ 205 ਰੁਪਈਏ ਦੇ ਰਹੇ ਨੇ, 205 ਕਿੱਥੇ ਆਪਾਂ ਨੂੰ ਮਜ਼ਦੂਰ ਮਿਲਦਾ, 350 ਨੂੰ ਮਿਸਤਰੀ ਦਿਹਾੜੀ ਆ। ਇਸੇ ਤਰ੍ਹਾਂ ਸੀਮੈਂਟ ਆ, ਰੇਤਾ, ਸਾਨੂੰ ਜਿਹੜੇ ਸਾਡੇ ਸਭ ਤੋਂ ਪਹਿਲਾਂ 205 ਜੇ ਆਪਾਂ ਗੱਲ ਕਰੀਏ ਤਾਂ ਨਰੇਗਾ ਵਾਲੇ ਜਿਹੜੇ ਉਹਨਾਂ ਦੇ ਵੀ ਇੰਨੇ ਕੇ ਲਗਭਗ, ਅਤੇ ਉੱਥੋਂ ਕਿਹਾ 230 ਰੁਪਏ ਹੋ ਗਈ, ਪਹਿਲਾਂ 219 ਰੁਪਏ ਸੀ, ਉਹਨਾਂ ਦੀ ਵਾਧਾ। ਜੇ ਦੂਜੀ ਗੱਲ, ਜਿਹੜੇ ਮਾਸਟਰ ਰੋਡ ਪਾਉਣੇ ਇੰਨੇ ਜੀ ਪਾਉਣੇ ਅਸੀਂ, ਸਾਨੂੰ ਪਾਉਣੇ ਪੈਂਦੇ ਆ ਸਰਕਾਰ ਦੀਆਂ ਹਦਾਇਤਾਂ ਮੁਤਾਬਕ। ਮੈਂ ਇਹ ਕਹਿਣਾ ਚਾਹੁੰਦਾ ਵੀ ਸਰਕਾਰ ਜਿਹੜੇ ਆਪਣੇ ਰੇਟ ਨੇ ਉਹ ਮਾਰਕੀਟ ਰੇਟ ਕਰੇ, ਸਰਪੰਚ ਨੂੰ ਕੰਮ ਕਰਾਉਣਾ ਸੌਖਾ ਰਹੇ, ਉਹਦੇ ਲਈ ਕੁਛ ਵੀ ਲੁਕਾਉਣ ਦੀ ਫਿਰ ਲੋੜ ਨਹੀਂ ਪੈਂਦੀ। ਅਸੀਂ ਜਿਹੜਾ ਸੰਘਰਸ਼ ਕੀਤਾ, ਜਿਹੜਾ ਤੁਸੀਂ ਛਤਰੀ ਵਾਲੀ ਗੱਲ ਕਰਦੇ, ਛਤਰੀ ਵਾਲੀ ਗੱਲ ਨਹੀਂ, ਇਹ 'ਚ ਕੋਈ ਵੀ ਜਦੋਂ ਜਿੱਦਣ ਇਹ ਆਡਿਟ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਆਡਿਟ ਹੋਇਆ ਪ੍ਰਾਈਵੇਟ ਸੀ ਇਹਦਾ, ਉਹਦੇ 'ਚ ਸਾਨੂੰ ਸਾਡੇ ਕੋਲ 21 ਰਜਿਸਟਰ ਮੰਗ ਲਏ ਉਹਨਾਂ ਨੇ। ਜਦ ਕਿ ਉਹ ਸਾਡੇ ਕੋਲ ਜਿਹੜੇ 21 ਰਜਿਸਟਰ ਮੰਗੇ, ਉਹ ਸਾਡੇ ਤੇ ਬਲਾਕ ਅਫਸਰ ਕੋਲ ਵੀ ਹੈ ਨਹੀਂ, ਜਿਹੜਾ ਸਾਡਾ ਬਲਾਕ ਪੰਚਾਇਤ ਅਫਸਰ ਆ, BDPO ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੇ ਕੋਲ ਵੀ ਮੁਹੱਈਆ ਨਹੀਂ ਸੀ, ਸਰਕਾਰ ਕੋਲ ਵੀ ਹੈ ਨਹੀਂ ਸੀ। ਫਿਰ ਸਾਨੂੰ ਪੱਕੇ ਬਿੱਲ ਮੈਨਿਕ ਬਣਦਾ, ਅੱਜ ਤੱਕ ਅਸੀਂ DC ਸਾਹਿਬ ਨੂੰ ਮਿਲੇ ਵੀ ਸਾਨੂੰ ਪੰਚਾਇਤਾਂ ਦੇ ਕੰਮ ਕਰਨ ਲਈ ਕੋਈ ਰੇਤੇ ਦਾ ਪ੍ਰਬੰਧ ਦਿਓ ਕਰਕੇ, ਰੇਤਾ ਨਹੀਂ ਮਿਲਦਾ ਪੰਚਾਇਤਾਂ ਦੇ ਕੰਮ ਰੋਕੇ, ਸਾਡੀ ਕੋਈ ਸੁਣਵਾਈ ਨਹੀਂ, ਸਾਡੀ ਗੱਲ ਨਹੀਂ ਸੁਣੀ ਜਾਂਦੀ ਕਿਤੇ ਵੀ। ਇੱਟਾਂ ਪਾਉਣੇ ਰੁਕਦੇ ਨੇ ਕੰਮ ਸਾਰੇ, ਪਰ ਸਰਪੰਚ ਆਪਣੇ ਲੈਵਲ ਤੇ, ਸਰਪੰਚ ਆਪਣੀ ਪਹੁੰਚ ਤੇ ਆਪਣੇ ਲੈਵਲ ਤੇ ਰੇਤਾ ਦਾ ਅਰੇਂਜਮੈਂਟ ਕਰਕੇ ਦੇ ਦਿੰਦੇ ਨੇ। ਹਰੇਕ ਸਰਪੰਚ ਦੀ ਇੰਨੀ ਬਣੀ ਹੁੰਦੀ ਹੈ ਵੀ ਉਹ ਕਿਤੇ ਨਾ ਕਿਤੇ ਅਰੇਂਜਮੈਂਟ ਕਰ ਦਿੰਦਾ ਮਹਿੰਗਾ ਸਸਤਾ ਕਰਕੇ, ਚੱਲ ਸਰਪੰਚ ਨੇ ਕਿਉਂਕਿ ਵੱਡਾ ਮਸਲਾ, ਕਿਉਂਕਿ ਪਿੰਡ ਦੀ ਗਲੀ ਦੇ ਵਿੱਚੋਂ ਸਰਪੰਚ ਨੇ ਲੰਘਣਾ, ਨਾ ਕਿ ਉੱਥੋਂ DC ਨੇ ਲੰਘਣਾ, ਨਾ MLA ਨੇ ਲੰਘਣਾ, ਕਿਉਂਕਿ ਉਹ ਲੋਕਾਂ ਨੇ ਸਰਪੰਚ ਨੂੰ ਘੇਰਨਾ ਕਿ ਇਹ ਗਲੀ ਕੱਚੀ ਹੈ, ਚ ਪਾਣੀ ਖੜਾ ਵਾ, ਜੋ ਕੁਛ ਵੀ ਆ, ਉਹ ਆਪਣਾ ਆਪ ਉਹਨੂੰ ਸਾਫ਼ ਕਰਨ ਲਈ ਉਹਨੂੰ ਫਿਰ ਇਹ ਉਪਰਾਲੇ ਜਿਹੜੇ ਕਰਨੇ ਪੈਂਦੇ ਆ। ਉਹ ਜਿਹੜੇ ਜਿੱਥੇ ਮੈਂ ਗੱਲ ਕਰ ਰਿਹਾ ਸੀਗਾ ਕਿ ਉਹ ਜਿਹੜੇ ਮਟੀਰੀਅਲ ਸੀਗਾ ਉਹ ਸਰਕਾਰ ਕੋਲ ਵੀ ਉਸ ਟਾਈਮ ਨਹੀਂ ਸੀਗਾ, ਅਤੇ ਕੀ ਕਰਦੇ ਸੀਗੇ, ਸਾਡਾ ਆਡਿਟ ਸ਼ੁਰੂ ਹੋ ਗਿਆ ਪਿੰਡਾਂ ਦੇ ਵਿੱਚ, CA ਆ ਗਏ ਟੀਮਾਂ ਲੈ ਕੇ, ਉਸ ਤੋਂ ਬਾਅਦ ਸਾਡਾ ਇੰਜੀਨੀਅਰਿੰਗ ਕਾਲਜਾਂ ਦੀਆਂ ਟੀਮਾਂ ਆ ਗਈਆਂ, ਫਿਰ ਇਹ PWD ਵਾਲੇ ਆ ਗਏ, ਮਤਲਬ ਪਿੰਡ ਦਾ ਸਰਪੰਚ ਨੂੰ ਇਹਨਾਂ ਨੇ, ਸਰਕਾਰਾਂ ਨੇ ਚੋਰ ਬਣਾ ਕੇ ਰੱਖਤਾ। ਪਿੰਡ ਦੇ ਵਿੱਚ ਨੁਮਾਇੰਦਾ ਜਿਹੜਾ ਸਾਡੇ ਪਿੰਡ ਦੀ 2000 ਦੀ ਆਬਾਦੀ ਆ, 2000 ਦੀ ਆਬਾਦੀ ਆ, ਦੇਖੋ ਪਰਮਾਤਮਾ ਪੰਚ ਪ੍ਰਵਾਨ ਪੰਚ ਪ੍ਰਧਾਨ ਬਾਣੀ 'ਚ ਵੀ ਲਿਖਿਆ, ਸਰਪੰਚ ਨੂੰ ਇੰਨੀ ਮਹਾਨਤਾ ਦਿੱਤੀ ਗਈ ਆ, ਇੱਕ ਮੈਜਿਸਟਰੇਟ ਦੀ ਪਾਵਰ ਦਿੱਤੀ ਗਈ ਆ, ਪਰ ਇਹਨਾਂ ਨੇ, ਸਰਕਾਰਾਂ ਨੇ ਕੀ ਕੀਤਾ, ਉਹਨੂੰ ਇਹ ਆਡਿਟ ਕਰਾ ਕੇ ਉਹਨਾਂ ਨੂੰ ਚੋਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਸਾਡੇ ਮਹਿਕਮੇ ਵਿੱਚ ਵੀ ਆਡਿਟ ਵਾਲੇ ਹੈਗੇ ਆ, 1952 ਤੋਂ ਲੈ ਕੇ ਹੁਣ ਤੱਕ ਆਡਿਟ ਹੁੰਦਾ, ਉਹਨਾਂ ਤੋਂ ਆਡਿਟ ਕਿਉਂ ਨਹੀਂ ਕਰਾਉਂਦੇ, ਕੀ ਗੱਲ ਇਹਨਾਂ ਨੂੰ ਕੀ ਗੱਲ ਵੀ ਉਹਨਾਂ 'ਤੇ ਵਿਸ਼ਵਾਸ ਨਹੀਂ ਗਾ, ਉਹਨਾਂ ਦੀਆਂ ਤਨਖਾਹਾਂ 1,00,000 ਰੁਪਈਆ, 50,000 ਤੋਂ ਉੱਪਰ 1,00,000 ਦੇ ਵਿੱਚ ਤਨਖਾਹਾਂ ਨੇ ਸਾਰਿਆਂ ਦੀਆਂ, ਉਹਨਾਂ ਤੋਂ ਕਿਉਂ ਨਹੀਂ ਆਡਿਟ ਕਰਾਉਂਦੇ, ਉਹਨਾਂ ਤੋਂ ਆਡਿਟ ਕਰਾਉਣ, ਜਿਹੜਾ ਸਾਡਾ ਸਿਸਟਮ ਬਣਿਆ ਉਸ ਹਿਸਾਬ ਨਾਲ ਕਰਨ। ਜੇ ਅਗਰ ਇਹਨਾਂ ਅਸੀਂ ਆਡਿਟ ਤੋਂ ਨਹੀਂ ਭੱਜਦੇ, ਬੇਸ਼ੱਕ ਜੇ ਤੋਂ ਮਰਜ਼ੀ ਕਰਾ ਲੈਣ, ਪਰ ਪਹਿਲਾਂ ਸਾਡਾ ਸਿਸਟਮ ਸਹੀ ਕਰਨ। ਅੱਛਾ ਜੀ, ਅੱਛਾ ਤੁਸੀਂ ਨਾ ਤਨਖਾਹ ਦੀ ਗੱਲ ਕੀਤੀ ਤੇ ਤੁਹਾਡੇ ਸਵਾਲ ਦੇ ਵਿੱਚ ਸਵਾਲ ਆ ਜਿਹੜਾ ਉਹ ਨਿਕਲਿਆ ਆ ਵੀ ਸਰਪੰਚਾਂ ਨੂੰ ਤੁਸੀਂ ਬੈਠੇ ਹੋ, ਖੰਗੂੜਾ ਸਾਹਿਬ ਤੁਸੀਂ ਦੱਸੋ ਵੀ ਜਿਹੜੀ ਸਰਪੰਚਾਂ ਨੂੰ ਕਿੰਨੇ ਕੁ ਮਹੀਨੇ ਹੋ ਗਏ ਤਨਖਾਹ ਮਿਲੀ, ਤੇ ਜਿਹੜੀ ਇਸ ਚਰਮ ਦੀ ਤਨਖਾਹ ਮਿਲੀ ਕਿ ਨਹੀਂ ਮਿਲੀ? ਦੇਖੋ ਜੀ, ਅਸੀਂ ਬੜਾ
ਸੰਘਰਸ਼ ਪ੍ਰਧਾਨ ਜੀ ਨਾਲ ਲੱਗ ਕੇ ਕੀਤਾ ਤੇ ਆ ਹੁਣ ਪਿਛਲੇ ਮਹੀਨੇ ਸਿਰਫ 13,200 ਰੁਪਇਆ, ਹਾਲਾਂਕਿ ਸਰਪੰਚੀ ਦੇ 2 ਮਹੀਨੇ ਰਹਿ ਗਏ ਨੇ, ਇਹ ਤਾਂ ਹੁਣ ਜਾਂ ਤਾਂ 5 ਸਾਲ ਦੇ ਉਹਨਾਂ ਨੇ ਦਿੱਤੇ ਜਾਂ ਰਹਿੰਦੇ ਹਜੇ 4 ਸਾਲਾਂ ਦੇ ਵਿੱਚ ਨਹੀਂ ਦਿੱਤੇ, ਲਾਸਟ ਵਿੱਚ ਆ ਕੇ ਲਾਸਟ 'ਚ ਆ ਕੇ 13,200 ਰੁਪਇਆ। ਨਾਲੇ ਸ਼ਰਮ ਵਾਲੀ ਗੱਲ ਹੀ ਹੈ ਜੀ, 600 ਰੁਪਇਆ ਸਰਪੰਚ ਜਿਹੜਾ ਜਿਹੜੇ ਤੁਸੀਂ ਸਰਪੰਚ ਦੇ ਜੇ ਕੰਮ ਗਿਣ ਲਓ, ਜੋ ਸਰਪੰਚ ਨੇ ਪਿੰਡ 'ਚ ਬਹਿ ਕੇ ਕਰਨਾ ਉਹ ਇੱਕ MLA ਤੇ ਕੌਂਸਲਰ ਨਾਲੋਂ ਵੀ ਔਖਾ। ਮੇਰੇ ਹਿਸਾਬ ਨਾਲ ਸਰਪੰਚ ਦੀ ਘੱਟੋ ਘੱਟ ਤਨਖਾਹ 30,000 ਰੁਪਇਆ ਮਹੀਨਾ ਚਾਹੀਦੀ। ਕੇਰਲਾ ਪੈਟਰਨ ਦੇ ਆਧਾਰ ਤੇ ਸਾਡੀ ਕਰ ਦਿਓ 11,000 ਰੁਪਇਆ ਕਰ ਦਿਓ ਤੇ 3,500 ਰੁਪਇਆ ਸਾਡਾ ਮੈਂਬਰ ਪੰਚਾਇਤ ਦਾ ਹੋ ਜਾਵੇ। ਅਸੀਂ ਤਾਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਨੂੰ ਵੀ ਨਾਲ ਲੈ ਕੇ ਚੱਲਦੇ ਹਾਂ ਵੀ ਇਹਨਾਂ ਦੀਆਂ ਵੀ ਤਨਖਾਹਾਂ ਕਰੋ, ਇਹਨਾਂ ਨੂੰ ਪਾਵਰਾਂ ਦਿਓ, ਇਹ ਕੰਮ ਕਰਨ। ਇਹ ਵਿਚਾਰਿਆਂ ਨੂੰ ਬਲਾਕ ਸੰਮਤੀ ਮੈਂਬਰ ਨੂੰ ਤੇ ਕੋਈ ਸਕੂਟਰ ਤੇ ਜਾਂਦਾ ਹੋਵੇ ਨਾ ਬਲਾਕ ਸੰਮਤੀ ਮੈਂਬਰ, ਉਹਨੂੰ ਪੁਲਿਸ ਵਾਲਾ ਘੇਰ ਲਿਓ ਕਿ ਮੈਂ ਬਲਾਕ ਸੰਮਤੀ ਮੈਂਬਰ ਆ, ਉਹ ਪੁਲਿਸ ਵਾਲਾ ਕਹਿੰਦਾ ਉਹ ਕੀ ਹੁੰਦਾ, ਉਹਨਾਂ ਨੂੰ ਪਤਾ ਹੀ ਨੀਗਾ। ਬਾਕੀ ਮੈਂ ਥੋੜੀਆਂ ਤੁਹਾਡੇ ਨਾਲ ਹੋਰ ਵੀ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਜੋ ਬੀਬੀ ਨੇ ਗੱਲਾਂ ਕੀਤੀਆਂ ਨੇ ਮਹਿਲਾਵਾਂ ਬਾਰੇ। ਉਹਨਾਂ ਅੱਗੇ ਨੂੰ ਕਾਫੀ ਜਾਗਰੂਕਤਾ, ਕਿਉਂਕਿ ਮੈਂ ਦੇਖਦਾ ਮੈਂ ਤਕਰੀਬਨ 26 ਜਾਂ 28 ਤਰੀਕ ਨੂੰ ਹਰ ਮਹੀਨੇ ਦੀ ਬਲਾਕ ਮੀਟਿੰਗ ਲੈਂਦਾ। ਕਾਫੀ ਜਿਹੜੇ ਆ ਮਹਿਲਾ ਸਰਪੰਚ ਨੇ ਬੜੇ ਵਧੀਆ ਢੰਗ ਨਾਲ ਆਉਂਦੇ ਆ, ਫੋਨਾਂ ਤੇ ਗੱਲਾਂ ਕਰਦੇ ਆ ਜਾਂ ਉਹਨਾਂ ਦੇ ਪਿੰਡਾਂ ਦੇ ਮਸਲੇ ਜਿਹੜੇ ਉਹ ਲੈ ਜਾਂਦੇ ਨੇ। ਪਰ ਥੋੜੇ ਜੇ ਮੈਂ ਇਸ ਕਰਕੇ ਇੱਕ ਸੁਝਾਅ ਵੀ ਦੇਣਾ ਚਾਹੁੰਦਾ ਵੀ ਜਿਹੜੀ ਲੇਡੀ ਸਰਪੰਚ ਆ ਥੋੜਾ ਜਿਹਾ ਕੋਈ ਜ਼ਮੀਨੀ ਵਿਵਾਦ ਹੁੰਦੇ ਨੇ ਜਿਹੜੇ ਪਿੰਡਾਂ ਦੇ ਵਿੱਚ, ਕਈ ਵਾਰੀ ਉਹਨਾਂ ਨੂੰ ਉੱਥੇ ਜਾਣਾ ਪੈਂਦਾ। ਉੱਥੇ ਨਾ ਫਿਰ ਆਪਦੀ ਸੇਫਟੀ ਨੀ ਹੈ, ਉਹਨਾਂ ਨੂੰ ਜਾਣ ਕੇ ਉਹ ਮਹਿਸੂਸ ਕਰਦੇ ਸਾਡੀ ਸੇਫਟੀ ਨੀ, ਇਸ ਕਰਕੇ ਥੋੜਾ ਜਿਹਾ ਘਰਾਂ ਚ ਰਹਿ ਕੇ ਕੰਮ ਕਰਕੇ ਜਾ ਕੇ ਪੁੱਛਿਆ। ਘਰੇ ਕਈ ਗੱਲਾਂ ਦੇ ਵਿੱਚ ਉੱਥੇ ਜਾਣਾ ਪੈਂਦਾ, ਕਿਤੇ ਜ਼ਮੀਨ ਦੀ ਮਿਹਨਤੀ ਹੁੰਦੀ ਆ। ਸਰਕਾਰ ਨੂੰ ਵੀ ਚਾਹੀਦਾ ਜੇ ਕਿਤੇ ਮਹਿਲਾ ਜਾਂਦੀ ਆ ਜਾਂ ਇਹੋ ਜਿਹੇ ਕੰਮਾਂ ਦੇ ਵਿੱਚ ਇੱਕ ਕਾਨੂੰਨ ਹੀ ਬਣਾ ਦੇਣਾ ਚਾਹੀਦਾ ਤੇ ਉਹਨਾਂ ਨੂੰ ਕੋਈ ਨਾ ਕੋਈ ਇੱਕ ਵਧੀਆ ਨਾਲ ਜਾਣੀ ਕਿ ਸੇਫਟੀ ਦੇ ਤੌਰ ਤੇ ਜਾਂ ਪੁਲਿਸ ਮੁਲਾਜ਼ਮ ਜਾਂ ਕੋਈ ਨਾਲ ਜਾਣਾ ਚਾਹੀਦਾ ਕਿਤੇ ਵੀ। ਪਰ ਅੱਗੇ ਨਾਲੋਂ ਕਾਫੀ ਫਰਕ ਪੈ ਰਿਹਾ ਚੀਜ਼ਾਂ ਤੇ ਬਾਕੀ ਗੱਲਾਂ ਰਹੀਆਂ ਜਿਹੜੀਆਂ ਤਨਖਾਹਾਂ ਦੀਆਂ ਨੇ ਜਾਂ ਹੁਣ ਆਪਾਂ ਕੀਤੀਆਂ ਨੇ, ਇਹ ਸਰਕਾਰ ਨੂੰ ਚਾਹੀਦਾ ਵੀ ਸਰਪੰਚਾਂ ਨੂੰ ਪੂਰੇ ਬਣਦੇ ਮਾਲ ਪੱਤੇ ਦੇਣੇ ਚਾਹੀਦੇ। ਠੀਕ ਜੀ, ਜੋ ਸਰਪੰਚਾਂ ਦਾ ਕੰਮ ਬਹੁਤ ਜ਼ਿਆਦਾ। ਠੀਕ ਜੀ, ਅੱਛਾ ਅਗਰਦਰ ਜੀ ਤੁਹਾਨੂੰ ਸਵਾਲ ਆ ਵੀ ਇਸ ਮੁੱਦੇ ਦੇ ਨਾਲ, ਕਿਉਂਕਿ ਇਸ ਮੁੱਦੇ ਦਾ ਜਿਹੜਾ ਅਗਲਾ ਸਵਾਲ ਆ ਉਹਦੇ ਨਾਲ ਇਹ ਜੁੜਿਆ ਹੋਇਆ ਵੀ ਵਾਤਾਵਰਨ ਬੜਾ ਖਰਾਬ ਚੱਲ ਰਿਹਾ, ਇਹਦੀ ਪੋਜੀਸ਼ਨ ਕੀ ਚੱਲ ਰਹੀ ਹੈ ਜੀ ਇਸ ਵਕਤ? ਪਿੰਡਾਂ ਚ ਬੜਾ ਵਾਤਾਵਰਨ ਖਰਾਬ ਹੀ ਸਮਝ ਲਓ ਚੱਲ ਰਿਹਾ, ਥਾਂ ਤਾਂ ਸੜਕਾਂ ਬੜੀ ਟੁੱਟੀਆਂ ਹੋਈਆਂ ਨੇ ਜਾਂ ਪਾਣੀ ਦਾ ਕੋਈ ਸਿਸਟਮ ਨਹੀਂ ਹੈ ਉੱਥੇ ਕੋਈ ਏਦਾਂ ਦਾ, ਮਤਲਬ ਵਾਤਾਵਰਨ ਸਮਝ ਲਓ ਗੰਦਾ, ਜੇ ਵਾਤਾਵਰਨ ਮਾਹੌਲ ਹੀ ਖਰਾਬ ਹੋਏਗਾ ਸਮਝ ਲਓ ਤਾਂ ਫਿਰ ਲੋਕ ਕਿੱਦਾਂ ਉਹ ਬਿਮਾਰੀਆਂ ਤੋਂ ਜਾਣੀ ਕਿ ਬਚਾਅ ਹੋਏਗਾ ਉਹਨਾਂ ਦਾ। ਤੇ ਜਿਹੜੇ ਖੇਤਾਂ ਦੇ ਵਿੱਚ ਵਰਤੇ ਜਾਂਦੇ ਨੇ ਤੇ ਦੂਸਰੇ ਖੇਤਾਂ ਚ ਕੀਟਨਾਸ਼ਕ ਦੀ ਜਿਹੜੀ ਵਰਤੋਂ ਹੋਣੀ ਚਾਹੀਦੀ ਹੈ ਉਹਦਾ ਪਰਾਲੀ ਸਾੜੀ ਜਾਂਦੀ ਹੈ ਜਿਹਦੇ ਕਾਰਨ ਵਾਤਾਵਰਨ ਬੜੀ ਦੂਸ਼ਿਤ ਹੋ ਜਾਂਦਾ ਹੈ, ਉਸ ਬਿਮਾਰੀਆਂ ਵੀ ਲੱਗ ਸਕਦੀਆਂ। ਤੁਹਾਨੂੰ ਪਤਾ ਹੀ ਹੈ ਬੜੇ ਕਾਨੂੰਨ ਬਣੇ ਹੋਏ ਨੇ ਪਰਾਲੀ ਸਾੜਨ ਬਾਰੇ, ਏਦਾਂ ਦੇ ਹਰ ਘਰਾਂ ਯਾਨੀ ਕਿ ਬਿਮਾਰੀ ਫੈਲ ਸਕਦੀ ਹੈ ਨਾਲ। ਅੱਛਾ ਜੀ ਸ਼ਰਮਾ ਜੀ ਤੁਹਾਨੂੰ ਸਵਾਲ ਹੈ ਕਿਉਂਕਿ ਤੁਸੀਂ ਸ਼ਹਿਰੀ ਤੇ ਪੇਂਡੂ ਦੋਨੋਂ ਹਲਕਿਆਂ ਦੇ ਨਾਲ ਦੋਨੋਂ ਚੀਜ਼ਾਂ ਦੇ ਵਿਚਕਾਰ ਨੂੰ, ਤੁਹਾਡੇ ਇਲਾਕੇ ਦੇ ਵਿੱਚ ਤਾਂ ਜਿਹੜੀ ਕੀਟਨਾਸ਼ਕਾਂ ਦੀ ਜਿਵੇਂ ਉਹਨਾਂ ਨੇ ਕਿਹਾ ਵਰਤੋਂ ਹੋ ਰਹੀ ਆ ਤੇ ਪਲੱਸ ਧੂੰਆਂ ਦਾ ਤੁਹਾਡੇ ਸਾਹਮਣੇ ਪਰਾਲੀ ਵੀ ਨਹੀਂ ਹੈ ਜੀ, ਪਰ ਇਸ ਕਰਕੇ ਤੁਹਾਨੂੰ ਸਵਾਲ ਆ ਵੀ ਸ਼ਹਿਰ ਦੇ ਵਿੱਚ ਪੋਲਿਊਸ਼ਨ ਬਹੁਤ ਜ਼ਿਆਦਾ ਔਰ ਤੁਸੀਂ ਉਸ ਹੱਦ ਤੇ ਬੈਠੇ ਹੋ ਜਿੱਥੇ ਨਾ ਤਾਂ ਕੀਟਨਾਸ਼ਕਾਂ ਦੀ ਵਰਤੋਂ ਹੋ ਰਹੀ ਆ, ਥੋੜਾ ਜਿਹਾ ਤੁਹਾਡੇ ਕੋਲ ਏਰੀਆ ਹੈਗਾ ਜ਼ਰੂਰ, ਤੇ ਨਾ ਹੀ ਉੱਥੇ ਜ਼ਿਆਦਾਤਰ ਜਿਵੇਂ ਪਰਾਲੀ ਸਾੜੀ ਜਾਂਦੀ ਆ, ਤੇ ਫਿਰ ਵੀ ਜਿਹੜੇ ਇਹ ਜਿਹੜੇ ਵਾਤਾਵਰਨ ਖਰਾਬ ਹੋ ਰਿਹਾ ਇਹ ਲਗਭਗ ਸਾਰੇ ਹੀ ਜਿਹੜੇ ਸਰਪੰਚ ਸਾਹਿਬ ਬੈਠੇ ਨੇ ਇਹਦੇ ਤੇ ਜਵਾਬ ਦੇ ਦੇਣ ਤਾਂ ਚੰਗੀ ਗੱਲ ਆ, ਕਿਉਂਕਿ ਇਹ ਬਹੁਤ ਹੀ ਅਹਿਮ ਤੇ ਸੰਵੇਦਨਸ਼ੀਲ ਜਿਹੜਾ ਮੁੱਦਾ ਬਣਿਆ ਹੋਇਆ ਵੀ
ਪੰਚਾਇਤਾਂ ਨੇ ਜਿਹੜੀਆਂ ਕੀਟਨਾਸ਼ਕਾਂ ਦੀ ਵਰਤੋਂ ਕਰਨ ਦੇ ਲਈ ਕਿਉਂ ਨਹੀਂ ਕੋਈ ਉਪਰਾਲਾ ਕਰਦੀਆਂ? ਪਿੱਛੇ ਜੇ ਪਰਾਲੀ ਸਾੜ ਦਾ ਮੁੱਦਾ ਆਇਆ ਸੀਗਾ, ਉਹਦੇ ਤੇ ਪੰਚਾਇਤਾਂ ਖੜੀਆਂ ਹੋ ਗਈਆਂ ਸੀ ਵੀ ਉਹ ਸ਼ਹਿਰ ਹੈ ਵੀ ਜ਼ਿਆਦਾ ਪ੍ਰਦੂਸ਼ਣ ਕਰਦੇ ਨੇ, ਉਹਨਾਂ ਨੂੰ ਕੋਈ ਪੁੱਛਣਾ ਨੀ, ਫੈਕਟਰੀਆਂ ਨੀ ਬੰਦ ਕਰ ਰਹੇ, ਤੇ ਇਹੋ ਜਿਹੇ ਜਿਹੜੇ ਉਪਰਾਲੇ ਨੇ, ਹਰਿਓਮ ਜੀ ਤੁਸੀਂ ਦੱਸੋ ਪਹਿਲਾਂ ਵੀ ਇਹੋ ਜਿਹੇ ਉਪਰਾਲਿਆਂ ਦੇ ਸੰਬੰਧ ਦੇ ਵਿੱਚ ਪੰਚਾਇਤਾਂ ਕੁਛ ਕਰਦੀਆਂ ਨੇ? ਕਿਉਂਕਿ ਪਾਣੀ ਵੀ ਖਰਾਬ ਹੋ ਰਿਹਾ, ਜੇ ਅਸੀਂ ਬਠਿੰਡੇ ਸਾਈਡ ਦੀ ਗੱਲ ਕਰੀਏ ਤਾਂ ਉੱਥੇ ਕੈਂਸਰ ਆ ਜਿਹੜਾ ਜ਼ਿਆਦਾਤਰ ਦੂਸ਼ਿਤ ਪਾਣੀ ਦੇ ਨਾਲੇ ਜ਼ਿਆਦਾ ਹੋ ਰਿਹਾ। ਤੇ ਗੁਰਪ੍ਰੀਤ ਜੀ ਗੱਲ ਤੁਹਾਡੀ ਠੀਕ ਆ, ਮੇਰਾ ਜਿਹੜਾ ਪਿੰਡ ਆ ਨਿਊ ਰਾਜ ਨਗਰ, ਉਹ ਲੁਧਿਆਣੇ ਦੇ ਬਿਲਕੁਲ ਫਿਰੋਜ਼ਪੁਰ ਰੋਡ ਤੇ ਜੁਆਇਨਿੰਗ ਕਾਰਪੋਰੇਸ਼ਨ ਦੇ ਨਾਲ। ਸਾਡੇ ਕੋਲ ਪਿੰਡ ਦੇ ਵਿੱਚ ਜੋ ਪੰਚਾਇਤ ਰੂਪ ਤਾਂ ਪੰਚਾਇਤ ਨੂੰ ਦੇ ਦਿੱਤਾ, ਕਿਉਂਕਿ ਕੋਲੋਨਾਈਜ਼ਰ ਕਲੋਨੀਆਂ ਕੱਟ ਕੇ ਜਾਈ ਜਾਂਦੇ ਆ, ਨਾਲ ਦੇ ਪਿੰਡ ਨੇ ਜਿਹੜੇ ਸ਼ਹਿਰ ਦੇ ਲੁਧਿਆਣੇ ਦੇ ਵਾਸਤੇ ਆ ਜਾਂ ਹੋਰ ਪਿੰਡ ਨੇ, ਉੱਥੇ ਦੀ ਫਿਰ ਵਸੋਂ ਵਧਣ ਕਰਕੇ ਉੱਥੇ ਪੰਚਾਇਤਾਂ ਬਣਾਉਣੀਆਂ ਪੈਂਦੀਆਂ। ਸਾਡੇ ਕੋਲ ਜਿਹੜੀ ਮੇਨ ਪੰਚਾਇਤਾਂ ਦੀ ਹੁੰਦੀ ਆ ਵੀ ਇਹਦੇ ਨਾਲ ਪੰਚਾਇਤ ਬਚੂਗੀ, ਨਾ ਟੋਭਾ ਨਾ ਬਰੋਟਾ ਨਾ ਝੋਟਾ, ਸਾਡੇ ਕੋਲ ਨਾ ਕੋਈ ਸਰਕਾਰੀ ਜ਼ਮੀਨ ਆ ਨਾ ਸਾਡੇ ਕੋਲ ਕੁਛ ਹੋਰ ਆ, ਜਿਹਦੇ ਵਿੱਚ ਅਸੀਂ ਸਾਡੇ ਪਿੰਡ ਦਾ ਛੱਪੜਾਂ ਦਾ ਪਾਣੀ ਪਾ ਸਕੀਏ। ਸਾਡੇ ਮੇਨ ਪ੍ਰੋਬਲਮ ਸੀਗੀ ਜਿਹੜਾ ਸੀਵਰੇਜ ਆ, ਸਾਡੇ ਸੀਵਰੇਜ ਸਿਸਟਮ ਆ, ਸਾਡੇ ਥੱਲੇ ਖੂਹੀਆਂ ਪੁੱਟ ਕੇ ਸਾਰਾ ਸਿਸਟਮ ਥੱਲੇ ਸਿੱਟਿਆ ਲੋਕਾਂ ਨੇ ਪਾਣੀ, ਉਹਦੇ ਨਾਲ ਅਸੀਂ ਲਿਖ ਲਿਖ ਕੇ ਸਰਕਾਰਾਂ ਨੂੰ ਪਿਛਲੇ 10 ਸਾਲ ਤੋਂ ਭੇਜੀ ਜਾ ਰਹੇ ਹਾਂ ਵੀ ਇਹਦੇ ਨਾਲ ਥੱਲੇ ਜਿਹੜਾ ਪਾਣੀ ਆ ਉਹ ਖਰਾਬ ਹੋ ਰਿਹਾ, ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਭਿਆਨਕ ਬਿਮਾਰੀਆਂ ਦਾ ਰੂਪ ਧਾਰਨ ਕਰ ਸਕਦਾ ਲੁਧਿਆਣਾ ਸ਼ਹਿਰ ਵੀ, ਕਿਉਂਕਿ ਜਿਹੜਾ ਫੈਕਟਰੀਆਂ ਦਾ ਪਾਣੀ ਆ ਲੁਧਿਆਣੇ ਦਾ ਉਹ ਸਾਡਾ ਸਤਲੁਜ ਦਰਿਆ ਦੇ ਵਿੱਚ ਜਾਂ ਬੁੱਢੇ ਨਾਲੇ ਚ ਪੈ ਕੇ ਜਿਹੜਾ ਤੁਸੀਂ ਬਠਿੰਡੇ ਵੱਲ ਦੀ ਗੱਲ ਕੀਤੀ ਆ ਉਧਰ ਨੂੰ ਜਾਂਦਾ, ਉਧਰ ਇਹ ਚੀਜ਼ ਕੈਂਸਰ ਫੈਲ ਰਿਹਾ। ਉਹੀ ਸਿਸਟਮ ਸੇਮ ਲੁਧਿਆਣੇ ਦੇ ਨਾਲ ਜਿੰਨੀਆਂ ਕਲੋਨੀਆਂ ਵਸੀਆਂ ਹੋਈਆਂ ਨੇ ਉੱਥੇ ਸੀਵਰੇਜ ਨਾ ਹੋਣ ਕਰਕੇ ਸਭ ਨੇ ਕੂਹੀਆਂ ਪੱਟ ਕੇ ਥੱਲੇ ਪਾਣੀ ਆਪਦਾ ਟੋਇਲਟ ਪਾਣੀ ਜਾਂ ਜੋ ਵੀ ਪਾਣੀ ਆ ਸਾਰਾ ਥੱਲੇ ਸਿੱਟਿਆ। ਅੱਛਾ ਸ਼ਰਮਾ ਜੀ, ਤੁਸੀਂ ਸੀਵਰੇਜ ਦੀ ਗੱਲ ਕੀਤੀ, ਸੀਵਰੇਜ ਦੇ ਕਰਕੇ ਤੁਸੀਂ ਬੜੇ ਚਰਚਾ ਦੇ ਵਿੱਚ ਆਏ ਸੀ, ਤੁਹਾਡੇ ਉੱਤੇ ਪਰਚਾ ਵੀ ਹੋ ਗਿਆ ਸੀਗਾ ਵੀ ਉਹ ਤੁਹਾਡਾ ਜਿਹੜਾ ਸੀਵਰੇਜ ਪ੍ਰੋਜੈਕਟ ਸੀ, ਕਿਉਂਕਿ ਮੁੱਦੇ ਤੋਂ ਭਾਵੇਂ ਥੋੜਾ ਜਿਹਾ ਬਾਹਰ ਦੀ ਗੱਲ ਆ, ਪਰ ਇੱਕ ਸਾਰੇ ਜਿਹੜੇ ਸਰਪੰਚ ਨੇ ਉਹਨਾਂ ਨੂੰ ਜਾਗਰੂਕ ਕਰਨ ਵਾਲਾ ਜ਼ਰੂਰ ਵਿਸ਼ਾ ਹੈ ਕਿ ਤੁਸੀਂ ਬੜਾ ਸਸਤੇ ਤਰੀਕੇ ਦੇ ਨਾਲ ਜਿਹੜਾ ਸੀਵਰੇਜ ਪਾਇਆ ਸੀ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਰਸ਼ਕਾਂ ਨੂੰ ਜ਼ਰੂਰ ਦਿਓ। ਇਹ ਚ ਗੁਰਪ੍ਰੀਤ ਜੀ ਇਹ ਆ ਵੀ ਚਲੋ ਜਦੋਂ ਅਸੀਂ ਜਨਹਿਤ ਦੇ ਵਿੱਚ ਪਬਲਿਕ ਲਈ ਕੰਮ ਕਰਦੇ ਹਾਂ ਤਾਂ ਪਰਚੇ ਕੋਈ ਏਡੇ ਬਾਹਲੇ ਅਹਿਮੀਅਤ ਨਹੀਂ ਰੱਖਦੇ, ਸਭ ਨੂੰ ਪਤਾ ਹੁੰਦਾ ਵੀ ਇਹ ਕਿਸ ਢੰਗ ਨਾਲ ਹੋਇਆ, ਕਿਹਨੇ ਕਰਾਇਆ, ਕਿਉਂ ਹੋਇਆ। ਥੋੜੇ ਦਿਨ ਪਹਿਲਾਂ ਹੀ ਮਿਲ ਕੇ ਜੇ 10 ਦਿਨ ਪਹਿਲਾਂ ਵੀ ਇੱਕ ਪਰਚਾ ਹੋਇਆ ਗਲੀ ਬਣਾਉਂਦੇ ਤਾਂ, ਡਿਵੈਲਪਮੈਂਟ ਦੇ ਕੰਮ ਨੇ ਚੱਲਦੇ ਰਹਿੰਦੇ ਨੇ, ਇੱਦਾਂ ਦੇ ਪ੍ਰੋਬਲਮ ਆਉਂਦੀਆਂ ਰਹਿੰਦੀਆਂ ਨੇ, ਜਿਹੜਾ ਇੱਦਾਂ ਦੀਆਂ ਪ੍ਰੋਬਲਮਾਂ ਚ ਭਰ ਜਾਂਦਾ ਉਹ ਪਿੱਛੇ ਹਟ ਜਾਂਦਾ, ਨਹੀਂ ਜਿਹੜਾ ਵੱਧਦਾ ਜਾਂਦਾ ਉਹ ਉੱਪਰ ਵੱਧਦਾ ਜਾਂਦਾ। ਇਹਦੇ ਵਿੱਚ ਸੀਵਰੇਜ ਦਾ ਜਿਹੜਾ ਸਾਡੇ ਪਿੰਡ ਦਾ ਪ੍ਰੋਜੈਕਟ ਸੀਗਾ ਉਹ ਵਾਟਰ ਸਪਲਾਈ ਸੈਨੀਟੇਸ਼ਨ ਮਹਿਕਮੇ ਨੇ 6,37,00,000 ਦਾ ਬਜਟ ਬਣਾਇਆ ਸੀ। ਜਦੋਂ ਮੈਂ ਸਰਪੰਚ ਬਣਿਆ ਤਾਂ ਉਦੋਂ ਮੈਂ ਸੀਐਮ ਸਾਹਿਬ ਕੋਲੇ, ਬਾਦਲ ਸਾਹਿਬ ਕੋਲੇ ਲੈ ਕੇ ਗਿਆ ਇਸ ਪ੍ਰੋਜੈਕਟ ਨੂੰ। ਉਹਨਾਂ ਨੇ ਕਿਹਾ ਵੀ ਕਾਕਾ ਜੀ ਅਜੇ ਇੰਨੇ ਪੈਸਿਆਂ ਦਾ ਵਾਸਤਾ ਕਰਦੇ ਹਾਂ ਆਪਾਂ, ਤੇ ਮੈਂ ਜਦ ਦੇਖਿਆ ਵੀ ਇਹ ਪੈਸੇ ਇੰਨੇ ਨਹੀਂ ਮਿਲਣੇ ਮਹਿਕਮੇ ਨੂੰ, ਮੈਂ ਪਿੰਡ ਦਾ ਇਕੱਠ ਕੀਤਾ, ਆਮ ਇਜਲਾਸ ਕੀਤਾ, ਆਮ ਇਜਲਾਸ ਦੇ ਵਿੱਚ ਇਹ ਗੱਲ ਡਿਕਲੇਅਰ ਕੀਤੀ ਵੀ ਆਪਾਂ ਜੇ ਚਾਹੀਏ ਤਾਂ ਆਪਾਂ ਸੀਵਰੇਜ ਦਾ ਕੰਮ ਆ ਜਿਹੜਾ ਆਪ ਕਰ ਸਕਦੇ ਹਾਂ, ਕਿਉਂਕਿ ਜਿਹੜੀ ਅਸੀਂ ਕੂਹੀ ਪੁੱਟਦੇ ਹਾਂ ਉਹਦੇ ਤੇ ਸਾਡਾ 20-22,000-25,000 ਰੁਪਇਆ ਲੱਗ ਜਾਂਦਾ ਵੀ ਜੇ ਪਾਰ ਘਰ ਅਸੀਂ ਆਪਦਾ ਸਾਡੇ ਵਾਟਰ ਸਪਲਾਈ ਆ ਜਿਹੜਾ ਸਿਸਟਮ ਆ 2009 ਤੋਂ ਉਹਨੂੰ ਮੈਂ ਪਹਿਲਾਂ ਸੈਕਟਰੀ ਹੁੰਦਾ ਸੀ, ਸਰਪੰਚ ਦੂਜੇ ਹੁੰਦੇ ਸੀ, ਉਹਨੂੰ ਚਲਾਉਂਦੇ ਆ ਰਿਹਾ, ਸਾਡੇ ਟੋਟਲੀ ਕੰਪਿਊਟਰਾਈਜ਼ਡ ਰਿਕਾਰਡ ਆ, ਸੀਏ ਤੋਂ ਆਡਿਟ ਕਰਾਉਣੇ ਅਸੀਂ ਸਾਰਾ, ਟੋਟਲੀ ਪਾਰਦਰਸ਼ੀ ਸਾਡਾ ਰਿਕਾਰਡ ਆ। ਜਦੋਂ ਸਾਡਾ ਕੋਈ ਵੀ ਬਿੱਲ ਭਰਦਾ ਪਾਣੀ ਦਾ ਉਹਦਾ ਬਕਾਇਦਾ SMS ਆਉਂਦਾ, ਜਿਹਦਾ ਪਾਣੀ ਦਾ ਬਿੱਲ ਡਿਊ ਹੁੰਦਾ ਉਹਨੂੰ SMS ਆਉਂਦਾ, ਜਿਸ ਦਿਨ ਪਾਣੀ ਦੀ ਸਪਲਾਈ ਬੰਦ ਹੋਵੇ ਉਹ ਵੀ SMS ਆਉਂਦਾ ਵੀ ਅੱਜ ਪਾਣੀ ਦੀ ਸਪਲਾਈ ਇੰਨੇ ਤੋਂ ਇੰਨੇ ਨਹੀਂ ਆਉਣੀ ਡਿਊ ਟੂ ਕਿਸੇ ਵੀ ਪ੍ਰੋਬਲਮ। ਠੀਕ ਠੀਕ, ਤੇ ਜਦੋਂ ਅਸੀਂ ਇਹ ਚੀਜ਼ ਲਾਈ ਵੀ ਸਾਡੇ ਕੋਲ ਪਾਣੀ ਦੇ ਕਨੈਕਸ਼ਨ ਇੰਨੇ ਨੇ
ਤਾਂ ਅਸੀਂ ਇਹ ਚੀਜ਼ ਨੂੰ ਲਾ ਲਿਆ ਕੈਲਕੂਲੇਸ਼ਨ ਵਿੱਚ, ਅਸੀਂ ਜੇ 20-30 ਹਜ਼ਾਰ ਰੁਪਏ ਵੀ ਘਰਾਂ ਤੋਂ ਲੈ ਲਈਏ ਤਾਂ ਅਸੀਂ ਸੀਵਰੇਜ ਆਪਣੇ ਤੌਰ ਤੇ ਪਾ ਸਕਦੇ ਹਾਂ, ਬੜੇ ਆਰਾਮ ਨਾਲ ਪਾ ਸਕਦੇ। ਗੱਲ ਆ ਗਈ ਉੱਥੇ ਵੀ ਇਹ ਸੀਵਰੇਜ ਤਾਂ ਪਾ ਲਾਂਗੇ, ਸਾਡੇ ਕੋਲ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਆ ਵੀ ਟੋਭੇ ਨੂੰ ਜਗ੍ਹਾ ਨੀ, ਕੋਈ ਨੀ ਟ੍ਰੀਟਮੈਂਟ ਪਲਾਂਟ ਕਿੱਥੇ ਲਾਵਾਂਗੇ, ਉਹ ਅਸੀਂ ਕਾਰਪੋਰੇਸ਼ਨ ਸੀਵਰੇਜ ਦੇ ਨਾਲ ਬਸ ਜੀ ਟੀ ਰੋਡ ਪੱਟ ਕੇ ਆਪਦੇ ਰਿਸਕ ਤੇ ਜੋੜਿਆ। ਪਹਿਲਾ ਪਿੰਡ ਹੋਏਗਾ ਮੇਰਾ ਖਿਆਲ ਹੈ ਇੰਡੀਆ ਦੇ ਵਿੱਚੋਂ ਜਿਹੜਾ ਸਿੱਧਾ ਕਾਰਪੋਰੇਸ਼ਨ ਦੇ ਵਿੱਚ ਸੀਵਰੇਜ ਦੇ ਨਾਲ ਅਸੀਂ ਧੱਕੇ ਨਾਲ ਪਾਇਆ ਸੀਵਰੇਜ, ਸੀਵਰੇਜ ਜਿਹੜਾ ਸਾਡਾ ਪਾਇਆ ਗੌਰਮੈਂਟ ਦਾ ਜਿਹੜਾ ਸੀਗਾ ਐਸਟੀਮੇਟ 6,37,00,000 ਰੁਪਏ ਦਾ ਸੀ, ਅਸੀਂ 2 ਕਰੋੜ ਦੇ ਵਿੱਚ ਸੀਵਰੇਜ ਪਾਤਾ। ਕੁਛ ਏਰੀਆ ਸਾਡਾ ਰਹਿੰਦਾ ਜਿਹਦਾ ਕਿ 50 ਲੱਖ ਚ ਹੋਰ ਪੈ ਜੂ, 2.5 ਕਰੋੜ ਦੇ ਵਿੱਚ 2.5 ਤੋਂ 3 ਕਰੋੜ ਦੇ ਵਿੱਚ ਅਸੀਂ ਸੀਵਰੇਜ ਪਾਤਾ, ਮਤਲਬ 50% ਤੋਂ ਵੀ ਘੱਟ ਦੇ ਵਿੱਚ ਪਾਤਾ। ਜਦੋਂ ਇਹ ਗੱਲ ਅਖਬਾਰਾਂ ਰਾਹੀਂ ਸਰਕਾਰ ਦੇ ਤੁਹਾਡੇ ਮੀਡੀਆ ਰਾਹੀਂ ਪਹੁੰਚੀ ਸਰਕਾਰ ਕੋਲ, ਤਾਂ ਮੈਨੂੰ ਸੀਐਮ ਸਾਹਿਬ ਨੇ ਬਾਦਲ ਸਾਹਿਬ ਨੇ ਬੁਲਾਇਆ, ਉਹਨਾਂ ਨੇ ਕਿਹਾ ਵੀ ਇਹ ਕੰਮ ਵਧੀਆ ਕੀਤਾ। ਸੁਰੇਸ਼ ਕੁਮਾਰ ਜੀ ਜਿਹੜੇ ਅੱਜ ਕੱਲ ਪ੍ਰਿੰਸੀਪਲ ਸੈਕਟਰੀ ਨੇ ਸੀਐਮ ਸਾਹਿਬ ਦੇ, ਕੈਪਟਨ ਸਾਹਿਬ ਦੇ, ਉਹਨਾਂ ਨੇ ਬੜੀ ਸ਼ਾਬਾਸ਼ ਦਿੱਤੀ ਵੀ ਬਹੁਤ ਵਧੀਆ ਕੰਮ ਕੀਤਾ, ਇਮਾਨਦਾਰੀ ਦੀ ਇਹ ਮਿਸਾਲ ਹੁੰਦੀ ਹੈ। ਉਹਨੂੰ ਦੇਖ ਕੇ ਮੈਨੂੰ ਪਿੰਡ ਵਿੱਚ ਰੋਡਾਂ ਬਣਾਉਣ ਲਈ ਫਿਰ ਬਾਦਲ ਸਾਹਿਬ ਨੇ ਪੈਸੇ ਦਿੱਤੇ, ਜਿਹੜੀਆਂ ਕਿ ਸਾਡੇ ਰੋਡਾਂ ਵੀ ਆਲਮੋਸਟ ਕੰਪਲੀਟ, ਜਿੱਥੇ ਜਿੱਥੇ ਸੀਵਰੇਜ ਪੈ ਗਿਆ ਉੱਥੇ ਬਣ ਚੁੱਕੀਆਂ ਨੇ 1-2 ਰੋਡਾਂ ਚ। ਤੇ ਇਸ ਕਰਕੇ ਜੇ ਸਾਡੇ ਪੰਚਾਇਤਾਂ ਨੂੰ ਜਿਵੇਂ ਸਿੰਘਪੁਰਾ ਸਾਹਿਬ ਨੇ ਕਿਹਾ, ਗਿੱਲ ਸਾਹਿਬ ਨੇ ਕਿਹਾ, ਬੁੱਢਾ ਸਾਹਿਬ ਨੇ ਕਿਹਾ ਵੀ ਜੇ ਸਾਡੀਆਂ ਪੰਚਾਇਤਾਂ ਨੂੰ ਖੁਦ ਮੁਖਤਿਆਰੀ ਦਿੱਤੀ ਜਾਵੇ, ਜਾਂ ਜਦੋਂ ਪੰਚਾਇਤਾਂ ਚੁਣੀਆਂ ਜਾਂਦੀਆਂ ਨੇ ਇਹ ਪੰਚਾਇਤਾਂ ਨੇ ਜਿਹੜੀਆਂ ਸਾਡੀਆਂ ਇਹ ਚੁਣੀਆਂ ਚੋਣ ਨਾਲੋਂ ਲੜਾਈ ਭੜਾਈ ਨਾਲੋਂ ਜੇ ਸਰਬਸੰਮਤੀ ਹੋਵੇ, ਜਾਂ ਜਿਹੜੀ ਗੌਰਮੈਂਟ ਆ ਉਹਦੀ ਨੋਮੀਨੇਸ਼ਨ ਨਾਲ ਵੀ ਸਾਡੇ ਆ ਉਹਨਾਂ ਦੀ ਹੋਣ, ਤਾਂ ਪਿੰਡਾਂ ਦੀ ਡਿਵੈਲਪਮੈਂਟ ਹੋਰ ਵੀ ਵਧੀਆ ਹੋਊ। ਕਿਉਂਕਿ 1947 ਤੋਂ ਅਸੀਂ ਲੱਗੇ ਹੋਏ ਪਿੰਡਾਂ ਦੀ ਡਿਵੈਲਪਮੈਂਟ ਕਰਨ, ਉਹੀ ਗਲੀਆਂ ਤੇ ਨਾਲੀਆਂ ਤੇ ਕੰਮ ਖੜਾ ਹੁੰਦਾ। ਜੇ ਅਸੀਂ ਅੰਕੜੇ ਕੱਢ ਲਈਏ ਜਿੰਨੇ ਪਿੰਡਾਂ ਨੂੰ ਗਰੰਟ ਆਈਆਂ ਨੇ, ਜੇ ਗਲੀਆਂ ਨਾਲੀਆਂ ਦਾ ਅਸੀਂ ਕੱਢ ਵੀ ਅੰਕੜੇ ਵੀ ਆਹ ਪਿੰਡ ਨੂੰ 1947 ਤੋਂ ਲੈ ਕੇ ਹੁਣ ਤੱਕ ਇੰਨੇ ਪੈਸੇ ਆਏ ਨੇ, ਤਾਂ ਮੇਰਾ ਜਿਹੜਾ ਸੋਨੇ ਦੀਆਂ ਗਲੀਆਂ ਬਣ ਜਾਣ। ਅੱਛਾ ਗੁਰੂ ਸਾਹਿਬ, ਆਪਣਾ ਸਵਾਲ ਹੀ ਲਈਏ ਦੁਬਾਰਾ ਵੀ ਜਿਹੜੇ ਪੰਚਾਇਤਾਂ ਜਿਹੜੀਆਂ ਵੱਖ ਵੱਖ ਪ੍ਰਕਾਰ ਦੇ ਕੀਟਨਾਸ਼ਕ ਜਾਂ ਹੋਰ ਵਾਤਾਵਰਣ ਨੂੰ ਦੂਸ਼ਿਤ ਕਰਨ ਵਾਲੇ, ਚਾਹੇ ਹਵਾ ਹੋਵੇ ਚਾਹੇ ਪਾਣੀ ਹੋਵੇ, ਇਹ ਚਾਹੇ ਮਿੱਟੀ ਹੋਵੇ, ਉਹਨੂੰ ਦੂਸ਼ਿਤ ਰੋਕਣ ਵਾਸਤੇ ਤੁਹਾਡੇ ਵੱਲੋਂ ਕੀ ਉਪਰਾਲੇ ਕੀਤੇ ਜਾਂਦੇ? ਦੇਖੋ ਜੀ, ਮੈਂ ਆਪਣੇ ਪਿੰਡ ਪੱਧਰ ਦਿੱਤੇ, ਮੇਰੇ ਮੈਡਮ ਤੁਸੀਂ ਮੇਰੇ ਸਰਪੰਚ ਨੇ, ਅਸੀਂ ਪਿੰਡ ਦੇ ਵਿੱਚ ਇੰਨਾ ਵੇਰ ਕੀਤਾ ਵੀ ਮੇਰੇ ਪਿੰਡ ਨੂੰ ਮਾਡਰਨ ਪਿੰਡ ਬਣਦਾ, ਇੱਕ ਆਪਣੇ ਬਲਾਕ ਚੋਂ ਪਹਿਲਾ ਪਿੰਡ ਆ। ਮੈਂ ਆਪਣੇ ਤੌਰ ਤੇ ਉੱਥੇ ਬੜਾ ਕੀਤਾ, ਲੋਕਾਂ ਨੂੰ ਬਹੁਤ ਅਵੇਅਰ ਕੀਤਾ, ਜਿਹੜੇ ਪਾਣੀ ਵਗੈਰਾ ਬਾਹਰ ਕੋਏ ਪੱਟ ਕੇ ਕਰਦੇ ਸੀ, ਅਸੀਂ ਸਾਰਾ ਸੀਵਰੇਜ ਤਬਦੀਲ ਕਰਤਾ, ਸਾਰਾ ਕੁਛ ਸੀਵਰੇਜ ਸਾਡੇ ਕੋਲ ਹੀ, ਅਸੀਂ ਮੇਨ ਸੀਵਰੇਜ ਨਾਲ ਜਾਂਦਾ ਜਿਹੜਾ ਗੌਰਮੈਂਟ ਦਾ ਪਿਆ। ਜਿਹੜੇ ਲੋਕ ਗੋਹਾ ਕੂੜਾ ਵਗੈਰਾ ਉਹਦੇ ਨਾਲ ਵੀ ਪ੍ਰਦੂਸ਼ਣ ਵੱਧਦਾ, ਉਹ ਬਾਹਰ ਸਾਡੇ ਪਲਾਟ ਨਹੀਂ ਸੀਗੇ, ਅਸੀਂ ਜਦੋਂ ਸੀਵਰੇਜ ਪਾਇਆ ਉਹਨਾਂ ਦੇ ਘਰਾਂ ਚ ਹੌਦੀਆਂ ਬਣਾਈਆਂ, ਬਕਾਇਦਾ ਹੌਦੀਆਂ ਤੋਂ ਜਿਹੜਾ ਪਾਣੀ ਫਿਲਟਰ ਹੋ ਕੇ ਜਾਵੇ, ਉਹ ਹੌਦੀਆਂ ਦੀ ਗੋਹਾ ਰਹਿ ਜਾਂਦਾ, ਉਹ ਫਿਰ ਬਾਹਰ ਸਿੱਟਣ ਦੇ ਲਈ ਉਹਨਾਂ ਨੂੰ ਜਗ੍ਹਾ ਦਿੱਤੀ ਇੱਕ, ਉਹ 2 ਜਗ੍ਹਾ ਦੇ ਉੱਤੇ ਅਸੀਂ ਪੰਚਾਇਤ ਵੱਲੋਂ ਬਕਾਇਦਾ ਸਿਸਟਮ ਕਰਕੇ ਸਾਰਿਆਂ ਨੂੰ ਉੱਥੇ ਟੋਏ ਪਟਾਏ, ਟੋਏ ਪਟਾ ਕੇ ਉੱਥੇ ਗਿਆ ਵੀ ਇੱਧਰ ਜਿਹੜਾ ਗਿੱਲਾ ਕੂੜਾ ਤੁਹਾਡਾ ਕੋਈ ਵੀ ਆ, ਇੱਕ ਉਧਰ ਜਿਹੜਾ ਸੁੱਕਾ ਇੱਕ ਤਰਫ, ਇੱਕ ਜਿਹੜਾ ਹਰੀਆਂ ਕੋਈ ਸਬਜ਼ੀਆਂ ਸੁਬਜ਼ੀਆਂ ਨੇ ਜਿਹੜੇ ਆਪਾਂ ਕਰਦੇ ਨੀ, ਆਲੂ ਜਿਹੜਾ ਕਰਦੇ ਉਹਦੇ ਪਿਆਜ਼ਾਂ ਦੇ ਛਿਲਕੇ ਹੋ ਗਏ, ਦੂਜੇ ਹੋ ਗਏ, ਉਹ ਵੀ ਉਹਨਾਂ ਨੂੰ ਇੱਕ ਸਾਈਡ ਤੇ ਕਰਕੇ ਰੱਖਿਆ ਵੀ 3 ਤਰ੍ਹਾਂ ਦੀਆਂ ਅਸੀਂ ਉੱਥੇ ਬਣਾਈਆਂ ਗਈਆਂ, ਮਤਲਬ ਖਾਦੇ ਦੇ ਬਾਅਦ ਕੰਮ ਆਏ। ਹਾਂਜੀ ਹਾਂ, ਉਹ ਫਿਰ ਆਪਣੇ ਆਪਣੇ ਜਿਵੇਂ ਜਿਹੜੇ ਉਹ ਕਰਦੇ ਰਲ ਮਿਲ ਕੇ ਉਹ ਕੱਢ ਕੇ ਆਪਣੇ ਖਾਤੇ ਚ ਪਾ ਲੈਂਦੇ ਆ, ਉਹ ਸਾਰੇ ਪਾਸੇ ਕੰਮ ਆਉਂਦਾ। ਬਾਕੀ ਗੱਲ ਰਹੀ ਜਿਹੜੀ ਆਪਾਂ ਗੱਲਾਂ ਕਰਦੇ ਆ ਵੀ ਜਿਹੜੀ ਤੂੜੀ ਆਪਣੇ ਪਰਾਲੀ ਨੂੰ ਝੋਨੇ ਨੂੰ ਜਿਹੜੀ ਜ਼ਿਆਦਾ ਉਹਦੇ ਨਾਲ ਜ਼ਿਆਦਾ ਹੁੰਦਾ, ਕਣਕ ਨੂੰ ਤਾਂ ਚਲੋ ਲੋਕ ਬਹੁਤ ਘੱਟ ਲਾਉਂਦੇ। ਹਾਂਜੀ ਤੇ ਉਹ ਕਣਕ ਵਾਲਾ ਜਿਹੜਾ ਹੈਗਾ ਸਿਸਟਮ ਆ, ਇੱਕ ਨਾ ਪਿੰਡਾਂ ਦੇ ਵਿੱਚ ਕਮੇਟੀਆਂ
ਜਿਵੇਂ ਸਾਰੇ ਸਰਪੰਚ ਹੋ ਗਿਆ, ਹੋਰ ਨਾਲ ਪੰਚ ਹੋ ਗਏ, ਬਹੁਤ ਵਾਰ ਬੰਦੇ ਹੋ ਗਏ, ਕਿਉਂਕਿ ਪੰਚਾਇਤ ਪੰਚਾਂ ਦੇ ਇਕੱਠੇ ਹੋਏ ਬੈਠੀ ਬਣ ਜਾਂਦੀ ਹੈ ਸਾਰਿਆਂ ਦੀ। ਜੇ ਆਪਾਂ ਸਾਰੇ ਜਾਣੇ ਇਹ ਚੀਜ਼ ਨੂੰ ਵੇਖ ਕਰਦੇ ਹਾਂ, ਇਹ ਚੀਜ਼ਾਂ ਤੇ ਕਾਫੀ ਹੱਦ ਤੱਕ ਕੰਟਰੋਲ ਹੋ ਸਕਦਾ। ਐਤਕੀ ਮੈਂ ਦੇਖਿਆ ਜਿੰਨੀਆਂ ਅੱਗਾਂ ਲੱਗੀਆਂ, ਜੇ ਕੋਈ ਆਮ ਆਪਣੇ ਆਪ ਲੱਗੀ ਤਾਂ ਲੱਗੀ, ਪਰ ਲੋਕਾਂ ਨੇ ਬਹੁਤ ਘੱਟ ਲੱਗੀ। ਸਿੰਘੋਰਾ ਸਾਹਿਬ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜੇ ਤੁਸੀਂ ਤੁਹਾਡੇ ਵੱਲੋਂ ਕੋਈ ਉਪਰਾਲਾ ਕੀਤਾ ਗਿਆ, ਕਿਉਂਕਿ ਸਮਾਂ ਥੋੜਾ ਜਿਹਾ ਆਪਣੇ ਕੋਲ ਘੱਟ ਆਉਣ ਤੇ ਆਪਣੇ ਸਵਾਲ, ਦੋ ਅਹਿਮ ਸਵਾਲ ਨੇ ਜਿਹੜੇ ਉਹ ਆਪਣੇ ਪੈਨਲ ਦੇ। ਇਹ ਜਿਹੜੀ ਆਪਣੀ ਗੱਲ ਕਰੀ ਆਪਾਂ ਵੀ ਪਰਾਲੀ ਨੂੰ ਅੱਗ ਲੱਗਦੀ ਹੈ ਜਾਂ ਹੋਰ, ਇਹ ਘਟਣੀ ਹੈ, ਘਟਣਾ ਕਿਸਾਨ ਚਾਹੁੰਦਾ, ਕੋਈ ਕਿਸਾਨ ਨਹੀਂ ਚਾਹੁੰਦਾ ਵੀ ਮੈਂ ਵੀ ਅਸੀਂ ਅੱਗ ਲਾਈਏ ਫਲਕ ਫੋਕੀਏ। ਤੇ ਪ੍ਰੋਬਲਮ ਇਹ ਆ ਵੀ ਜਿਹੜੀ ਮੰਡੀਕਰਨ, ਇਹਨਾਂ ਨੂੰ ਮੁੱਲ ਨਹੀਂ ਮਿਲਦੇ ਪੂਰੇ। ਜਿਹੜੀ ਜਿਹੜੀ ਫਸਲ ਆ ਨਾ, ਫਸਲ ਤੇ ਖਰਚੇ ਵੱਧ ਨੇ, ਸਪਰੇਆਂ ਅਸੀਂ ਬਾਹਰ ਜਿਹੜੀ ਗੱਲ ਰੋਕਣੀਆਂ ਚਾਹੁੰਦੀਆਂ ਨੇ, ਉਹਨਾਂ ਨੂੰ ਸਗੋਂ ਉਹ ਜ਼ਿਆਦਾ ਹੋ ਰਹੀਆਂ ਨੇ ਸਪਰੇਆਂ ਫਸਲ ਤੇ। ਕਦੇ ਕੋਈ ਕੋਈ ਬਿਮਾਰੀ ਆ ਗਈ, ਕਦੇ ਕੋਈ ਬਿਮਾਰੀ, ਦੇਣਾ ਚਾਹੁੰਦੀਆਂ ਨੇ, ਪਰ ਪੰਚਾਇਤਾਂ ਤਾਂ ਦੇਣਗੀਆਂ, ਜ਼ਿਮੀਦਾਰੀ ਚਾਹੁੰਦਾ ਵਾ, ਪਰ ਉਹਨਾਂ ਨੂੰ ਜਦੋਂ ਉਹਨਾਂ ਨੂੰ ਮੁੱਲ ਨੀ ਮਿਲਦਾ ਤਾਂ ਫਿਰ ਉਹ ਕਰਨਗੀ, ਤਾਂ ਹੀ ਕਰਕੇ ਉਹ ਇਹ ਸਾਰੀਆਂ ਪ੍ਰੋਬਲਮ ਆ ਰਹੀਆਂ ਨੇ। ਕੀਤਾ ਗਿਆ ਵੀ ਵਾਤਾਵਰਨ ਜਿਹੜਾ ਸਾਫ਼ ਸੁਥਰਾ ਰਹੇ, ਵੀ ਚੀਜ਼ਾਂ ਦੀ ਵਰਤੋਂ ਘੱਟ ਹੋਵੇ, ਤੁਸੀਂ ਜਾਗਰੂਕ ਕਰਾਓ ਲੋਕਾਂ ਨੂੰ ਫਸਲਾਂ? ਅਸੀਂ ਪੰਚਾਇਤੀ ਤੌਰ ਤੇ ਇਹ ਚੀਜ਼ ਪਿੰਡਾਂ ਚ ਕਹਿੰਦੇ ਆ ਵੀ ਹੁਣ ਜਿਵੇਂ ਅੱਗੇ ਮੌਸਮ ਆ ਜਾਣਾ, ਵੀ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਦਰਖਤ ਲਗਾਓ। ਜਿਹੜਾ ਦਰਖਤ ਲੱਗਣ ਨਾਲ ਵੀ ਪਿੰਡ ਦੇ ਵਿੱਚ ਜਿਹੜਾ ਵਾਤਾਵਰਨ ਆ, ਜਿਹੜਾ ਪ੍ਰਦੂਸ਼ਣ ਆ, ਧੂੰਆਂ ਵਗੈਰਾ ਹੈਗਾ, ਇਹ ਦਰਖਤਾਂ ਨਾਲ ਵੀ ਇੱਥੇ ਲੋਕ ਬਿਮਾਰੀਆਂ ਤੋਂ ਬਚ ਜਾਂਦੇ ਨੇ। ਸਾਡੇ ਜਿਹੜੇ ਸਾਡੇ ਪਿੰਡ ਬਣੇ ਨੇ, ਪਿੰਡਾਂ ਹੁਣ ਜਿਵੇਂ ਜਗੀਰਪੁਰ ਪਿੰਡ, ਇਹਦੀਆਂ 7 ਪੰਚਾਇਤਾਂ ਬਣ ਗਈਆਂ, ਜਿਵੇਂ ਇਹਨਾਂ ਨੇ ਦੱਸਿਆ ਕਿ ਕੋਲੋਨਾਈਜ਼ਰ ਕਲੋਨੀਆਂ ਕੱਟ ਕੇ ਚੱਲ ਜਾਂਦੇ ਨੇ ਅਤੇ ਮਗਰੋਂ ਦੀਆਂ ਛੋਟੀਆਂ ਛੋਟੀਆਂ ਪੰਚਾਇਤਾਂ ਬਣ ਜਾਂਦੀਆਂ ਨੇ। ਇਸ ਕਰਕੇ ਸਾਡੇ ਕੋਈ ਪੰਚਾਇਤੀ ਜਗ੍ਹਾ ਨਹੀਂ ਹੁੰਦੀ, ਪੰਚਾਇਤੀ ਜਗ੍ਹਾ ਕੋਈ ਨਹੀਂ ਗੀ, ਇਤਰਾ ਹੀ ਅਸੀਂ ਜਿਹੜੇ ਪਾਣੀ ਦਾ ਸਿਸਟਮ ਸਾਡਾ ਉਹ ਵੀ ਐਂ ਚੱਲਦਾ। ਅੱਛਾ ਜੀ, ਇਸ ਵਾਰ ਦਾ ਜਿਹੜਾ 2 ਸਵਾਲ ਨੇ ਅਹਿਮ, ਜਿਹਨਾਂ ਦੇ ਵਿੱਚੋਂ ਵੀ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਪਿਛਲੇ ਨਾਲੋਂ ਪਿਛਲੀ ਜਿਹੜੀ ਸਾਲ ਦਾ ਬਜਟ ਸੀਗਾ 16,005 ਕਰੋੜ ਦਾ ਸੀਗਾ ਤੇ ਹੁਣ ਡਬਲ ਹੋ ਗਿਆ, ਉਸ ਤੋਂ 3,020 ਕਰੋੜ ਦਾ ਜਿਹੜਾ ਬਜਟ ਹੋ ਗਿਆ। ਕਵਿੰਦਰ ਸਿੰਘਪੁਰਾ ਸਾਹਿਬ, ਤੁਹਾਨੂੰ ਹੀ ਕਿਉਂਕਿ ਇੱਕ ਇੱਕ ਲਾਈਨ ਦੇ ਵਿੱਚ ਸਾਰੇ ਜਿਹੜੇ ਮਹਿਮਾਨ ਇਹਦਾ ਜਵਾਬ ਦੇ ਦੇਣ ਵੀ ਇਹਦਾ ਕੀ ਫਾਇਦਾ ਮਿਲ ਜਾਏਗਾ, ਕੀ ਇਹ ਰੱਖਿਆ ਹੀ ਗਿਆ ਜਾਂ ਇਹ ਮਿਲੇਗਾ ਵੀ, ਤੇ ਜੇ ਮਿਲੇਗਾ ਤਾਂ ਪਿੰਡਾਂ ਦਾ ਜਿਹੜਾ ਕਿੰਨਾ ਵਿਕਾਸ ਹੋਏਗਾ? ਮਿਲਣਾ ਤਾਂ ਹੁਣ ਸਾਨੂੰ ਦੇਣਾ ਹੀ ਹੈ ਜੀ, ਸਰਕਾਰਾਂ ਤਾਂ ਪਹਿਲੇ ਹੱਥ ਖੜੇ ਕਰੀ ਜਾਂਦੀਆਂ, ਸਾਡੇ ਖਜ਼ਾਨੇ ਖਾਲੀ ਨੇ, ਖਜ਼ਾਨੇ ਖਾਲੀ ਨੇ, ਇਹਨਾਂ ਨੂੰ ਪਹਿਲੀ ਗੱਲ ਤਾਂ ਇਹਨਾਂ ਨੇ ਖਜ਼ਾਨੇ ਭਰਨਗੇ ਤਾਂ ਹੀ ਇਹ ਕਿਸੇ ਪਾਸੇ ਆਉਣੀ ਆ ਗੱਲ। ਦੂਜੀ ਪਾਸੇ ਮੈਂ ਗੁਰਪ੍ਰੀਤ ਜੀ, ਮੈਂ ਤੁਹਾਡਾ ਇਸ ਤੋਂ ਹਟ ਕੇ ਥੋੜ੍ਹੀ ਜਿਹੀ ਇੱਕ ਹੋਰ ਗੱਲ ਕਰਨੀ ਚਾਹੁੰਦਾ ਵੀ ਜਿਹੜੀ ਆਪਾਂ ਪੰਚਾਇਤਾਂ ਦੀ ਗੱਲ ਕਰਦੇ ਹਾਂ, ਆਪਣੀ ਇਸ ਮੁੱਦੇ 'ਤੇ ਗੱਲ ਨਹੀਂ ਹੋਈ ਕਿ 34% SC ਰਿਜ਼ਰਵ ਸਰਪੰਚ ਨੇ, JDB ਨੇ, ਅਤੇ ਆਪਣੇ ਉਹਦੇ 'ਤੇ ਉਸ ਵਿਸ਼ੇ 'ਤੇ ਗੱਲ ਨਹੀਂ ਹੋਈ ਕਿ ਜਿਹੜੀ ਉੱਧਰ ਵੀ ਜਿਹੜੇ ਉਹ ਵੀ ਸਾਡੇ ਸਰਪੰਚ ਪਿੰਡਾਂ 'ਚ ਬਣਦੇ ਨੇ। ਸਾਨੂੰ ਉੱਥੇ ਵੀ ਮੈਂ ਇਹ ਸੁਝਾਅ ਦੇਣਾ ਚਾਹੁੰਦਾ ਵੀ ਉਹੀ ਵੀ ਅੱਗੇ ਆਉਣ, ਜਿਹੜੇ ਮਾੜਾ ਮੋਟਾ ਜਿਹਨਾਂ ਕੋਲ ਟਾਈਮ ਆ ਜਾਂ ਉਹਨਾਂ ਦੀ ਕੋਈ ਉਹ ਸੋਚੀ ਰੱਖਦੇ ਨੇ ਵੀ ਜਿਹੜੇ ਸਾਡੇ ਡੰਮੀ ਸਰਪੰਚ ਬਣਦੇ ਨੇ, ਚਾਹੇ ਉਹ ਲੇਡੀ ਨੇ, ਚਾਹੇ SC ਸਰਪੰਚ ਜੈਂਟਸ ਆ, ਵੀ ਉਹਨਾਂ ਨੂੰ ਮੂਹਰੇ ਨਹੀਂ ਆਉਣਾ ਚਾਹੀਦਾ, ਕਿਉਂਕਿ ਆਮ ਕਰਕੇ ਜਿਹਨਾਂ ਦੀ ਮੈਡਮ ਜੀ ਨੇ ਗੱਲ ਕੀਤੀ ਆ ਵੀ ਉਹੀ ਹਾਲਤ ਆ ਉਹਨਾਂ ਦੀ ਵੀ, ਉਹ ਇੱਕ ਸਰਪੰਚ ਮੋਹਰ ਹੀ ਬਣੇ ਹੋਏ ਨੇ ਸਰਪੰਚੀ ਦਾ। ਕਿਸੇ ਮੈਂ ਜਦੋਂ ਯੂਨੀਅਨ ਦੇ ਵਿੱਚ ਕੰਮ ਕਰਿਆ ਸੀ ਤੇ ਮੈਂ ਜਾਂਦਾ ਰਿਹਾ ਮੈਂ ਪਿੰਡਾਂ ਦੇ ਵਿੱਚ ਸਰਪੰਚਾਂ ਨੂੰ SC ਸਰਪੰਚਾਂ ਵਾਸਤੇ ਵੀ ਤੁਹਾਡੀਆਂ ਕੀ ਪ੍ਰੋਬਲਮਾਂ ਨੇ, ਤੁਹਾਡੀਆਂ ਸੋਲਵ ਕਰਨ ਵਾਸਤੇ ਅਸੀਂ ਖੜੀਏ। ਮੈਂ ਖਾਲਸਾ ਜੀ ਨਾਲ ਨੈਸ਼ਨਲ ਕਮਿਸ਼ਨ SC/ST ਦੇ ਖਾਲਸਾ ਜੀ ਮੈਂਬਰ ਆਏ ਨੇ, ਮੈਂ ਉਹਨਾਂ ਨਾਲ ਸੈਕਟਰੀ ਰਿਹਾ ਪੰਜਾਬ ਦੇ ਵਿੱਚ, ਜਿੱਥੇ ਵੀ ਇਹਨਾਂ ਨੂੰ ਕੋਈ ਐਸੀ ਸਰਪੰਚ ਪੰਚ ਨੂੰ ਜਾਂ ਕੋਈ ਪ੍ਰੋਬਲਮ ਆਉਂਦੀ ਸੀ ਅਸੀਂ ਉਹਨਾਂ ਦੇ ਨਾਲ ਮਦਦ ਕਰਨ ਵਾਸਤੇ ਮੈਂ ਜਾਂਦਾ ਰਿਹਾ। ਪਰ ਜਦੋਂ ਮੈਂ ਜਾ ਕੇ ਪਿੰਡ ਦੇ ਵਿੱਚ ਇਹ ਪਤਾ ਕਰਨਾ ਤੇ ਵੀ ਇੱਥੇ ਵੀ ਸਰਪੰਚ ਦੇ ਘਰ ਜਾਣਾ, ਤਾਂ ਆਮ ਕਰਕੇ ਜਿਹੜਾ ਬੰਦਾ ਪਿੰਡ ਦੇ ਵਿੱਚ ਪੁਰਾਣਾ ਸਰਪੰਚ ਜੀ ਜਨਰਲ ਕੈਟਾਗਰੀ ਸੰਬੰਧ ਰੱਖਦਾ ਜਿਹੜਾ, ਉਹ ਆਮ ਸਾਨੂੰ ਉੱਧਰ ਹੀ ਭੇਜਦੇ ਸੀ
ਵੀ ਸਰਪੰਚ ਦਾ ਘਰ ਉੱਧਰ ਆ, ਉਹਨੂੰ ਫਿਰ ਜਦੋਂ ਅਸੀਂ ਉੱਥੇ ਜਾ ਵੜਨਾ ਤੇ ਉਹਨਾਂ ਨੇ ਕਹਿਣਾ ਵੀ ਆਹ ਸਰਪੰਚ ਆ, ਉਹ ਨਹੀਂ ਜੀ ਉਹ ਤਾਂ ਜੀ ਉੱਧਰ ਆ, ਉਹਦਾ ਤਾਂ ਘਰ ਪਰਲੇ ਪਾਸੇ, ਫਿਰ ਉਹਨੂੰ ਪੁੱਛਣਾ ਤਾਂ ਫਿਰ ਉਹਨੂੰ ਵੀ ਮਿਲਣਾ, ਉਹਨੇ ਵੀ ਇਹੀ ਗੱਲ ਕਹਿਣੀ ਸੀ ਕੋਈ ਨੀ ਬਸ ਵੀ ਤੇਰੀ ਮੋਹਰ ਕਿੱਥੇ ਆ, ਉਹ ਕਹਿੰਦਾ ਜੀ ਫਲਾਣੇ ਦੇ ਘਰੇ ਆ ਮੋਹਰ, ਵੀ ਬਸ ਆਹ ਹਾਲਤ ਆ, ਵੀ ਮੈਂ ਤਾਂ ਇਹ ਸੰਦੇਸ਼ ਦੇਣਾ ਚਾਹੁੰਦਾ ਵੀ ਇਹ ਜੇ ਬੰਦੇ ਨਾਲ ਸਰਕਾਰ ਕਬੀਰ ਕਰਾਇਆ ਤੇ ਗੁਰਿੰਦਰ ਕੋਲ ਚੱਲਦੇ ਆ, ਗੁਰਿੰਦਰ ਤੁਸੀਂ ਦੱਸੋ ਵੀ ਜਿਹੜੇ ਡੰਮੀ ਔਰਤਾਂ ਸਰਪੰਚ ਬਣਦੇ ਨੇ ਇਹਨਾਂ ਨੂੰ ਰੋਕਣ ਲਈ ਕੋਈ ਮਾਪਦੰਡ ਹੋਣਾ ਚਾਹੀਦਾ? ਮੈਂ ਤਾਂ ਕਹਿੰਦੀ ਇਹਨਾਂ ਨੂੰ ਬਕਾਇਦਾ ਤੌਰ ਤੇ ਟ੍ਰੇਨਿੰਗ ਹੋਣੀ ਚਾਹੀਦੀ ਇਹਨਾਂ ਦੀ, ਜੇ ਸਰਪੰਚ ਬਣਦੀਆਂ ਵੀ ਹੈ ਨਾ ਇਹਨਾਂ ਦੇ ਵਾਸਤੇ ਟ੍ਰੇਨਿੰਗ ਹੋਣੀ ਚਾਹੀਦੀ ਤਾਂ ਕਿ ਇਹ ਤਰੱਕੀ ਕਰ ਦੇ ਉਦੋਂ ਪਹਿਲਾਂ ਐਕਟਿਵ ਹੋਣ, ਤਾਂ ਕਿ ਚੋਣਾਂ ਦੇ ਵਿੱਚ ਹੀ ਉਸ ਆਉਣ ਕੋਈ ਏਦਾਂ ਦਾ ਸੁਝਾਅ ਬਣ ਕੋ ਹੈ? ਮੈਂ ਤਾਂ ਇਹ ਕਹਿੰਦੀ ਪਹਿਲਾਂ ਤਾਂ ਉਹ ਪੜ੍ਹੀਆਂ ਲਿਖੀਆਂ ਹੋਣੀਆਂ ਚਾਹੀਦੀਆਂ ਨੇ ਉਹਨਾਂ ਨੂੰ, ਤਾਂ ਹੀ ਉਹ ਤੋਂ ਮਤਲਬ ਟਿਕਟ ਮਿਲਣੀ ਚਾਹੀਦੀ ਹੈ ਸਰਪੰਚੀ ਚੋਣ ਵਾਸਤੇ, ਜੇਕਰ ਉਹ ਪੜ੍ਹੀਆਂ ਲਿਖੀਆਂ ਹੋਣਗੇ ਤਾਂ ਹੀ ਅੱਗੇ ਉਹਨਾਂ ਦਾ ਪਿੰਡ ਮਤਲਬ ਸਹੀ ਚੱਲੇਗਾ, ਸਹੀ ਦਿਸ਼ਾ ਦੇਣਗੇ। ਗੱਲ ਹੈ ਜੀ, ਸਰਕਾਰ ਬਣੀ ਨੂੰ ਸਾਲ ਹੋ ਚੱਲਿਆ, ਅਸੀਂ ਇਸ ਚੀਜ਼ ਨੂੰ ਉਡੀਕਦੇ ਆ ਰਹੇ ਹਾਂ ਕਦੋਂ ਸਾਨੂੰ ਕੋਈ ਪੈਸਾ ਖਰਚਣ ਨੂੰ ਮਿਲੇ। ਸਰਕਾਰ ਨੇ ਬਜਟ ਡਬਲ ਕਰ ਦਿੱਤਾ ਪਰ ਖਜ਼ਾਨਾ ਖਾਲੀ ਆ। ਅਸੀਂ ਸਰਪੰਚਾਂ ਨੂੰ ਵੀ ਇਹ ਸੁਝਾਅ ਦਿੰਦੇ ਹਾਂ, ਬੇਨਤੀ ਵੀ ਕਰਦੇ ਹਾਂ ਵੀ ਇੱਕ ਤੇ ਆਪਣੀ ਪਾਵਰ ਨੂੰ ਪਹਿਚਾਣੋ, ਪਹਿਲੇ ਨੰਬਰ ਤੇ ਤੁਹਾਡੀ ਪਾਵਰ ਕੀ ਆ ਉਹਨੂੰ ਪਾਵਰ ਨੂੰ ਪਹਿਚਾਣੋ। ਇਹਨਾਂ MLA ਮੰਤਰੀਆਂ ਦੇ ਝੋਲਾ ਚੁੱਕ ਨਾ ਛੱਡ ਦਿਓ, ਇਹ ਚੱਲ ਕੇ ਖੁਦ ਤੁਹਾਡੇ ਕੋਲ ਆਉਣ ਨਾ ਕਿ ਤੁਸੀਂ ਇਹਨਾਂ ਕੋਲ ਜਾਓ। ਦੇਖੋ ਜਿਹੜਾ ਗੱਲ ਹੀ ਮੈਂ ਸਹਿਮਤ ਇਹਨਾਂ ਮੇਰੇ ਸਾਥੀਆਂ ਨਾਲ ਵੀ ਜਦੋਂ ਸਾਲ ਹੋ ਗਿਆ ਅਜੇ ਤੱਕ ਬਜਟ ਦੇ ਵਿੱਚੋਂ ਕੋਈ ਰੁਪਈਆ ਇੱਕ ਰੁਪਈਆ ਪਿੰਡਾਂ ਜਾਂ ਪੰਚਾਇਤਾਂ ਨੂੰ ਨਾ ਆਇਆ। ਜਿੱਥੇ ਕਿਤੇ ਪੰਚਾਇਤਾਂ ਦੇ ਵਿੱਚ ਕੰਮ ਚੱਲ ਰਿਹਾ ਉਹ ਸਿਰਫ ਇਹ ਕੰਮ ਚੱਲ ਰਿਹਾ ਵੀ ਨਰੇਗਾ ਦੇ ਪੈਸਿਆਂ ਨਾਲ ਕੰਮ ਚੱਲ ਰਿਹਾ। ਨਰੇਗਾ ਦੇ ਪੈਸਿਆਂ ਨਾਲ ਵੀ ਤਾਂ ਹੀ ਕੰਮ ਚੱਲੂਗਾ ਜੇ ਕੋਈ ਸਰਕਾਰ ਦੀ ਪੰਜਾਬ ਸਰਕਾਰ ਦੀ ਗਰਾਂਟ ਆਉਂਦੀ ਉੱਥੇ ਕੰਮ ਕਾਰ ਚੱਲੂ। ਹੁਣ ਸਾਡੇ ਪਿੰਡਾਂ ਪਿਛਲੇ ਇੱਕ ਸਾਲ ਤੋਂ ਪਹਿਲਾਂ ਮੈਂ 40 ਲੱਖ ਰੁਪਏ ਦਾ ਕੰਮ ਨਰੇਗਾ ਚ ਕੀਤਾ, ਨਰੇਗਾ ਦੀ ਲੇਬਰ ਨੂੰ ਤਕਰੀਬਨ 80-85 ਲੱਖ ਰੁਪਇਆ ਮੈਂ ਦਵਾ ਚੁੱਕਿਆ। ਉਹ ਤਾਂ ਹੀ ਹੋਇਆ ਜੇ ਸਰਕਾਰ ਦਾ ਪੈਸਾ ਆਇਆ, ਪਰ ਹੁਣ ਜਦੋਂ ਸਾਲ ਹੋ ਚੁੱਕਿਆ ਗੌਰਮੈਂਟ ਬਣੀ ਨੂੰ ਉਹਨਾਂ ਦੀ ਕੋਈ ਗ੍ਰਾਂਟ ਨਹੀਂ ਆ ਰਹੀ, MP ਗ੍ਰਾਂਟ ਆ ਰਹੀ ਆ, MP ਗ੍ਰਾਂਟ ਦੇ ਵਿੱਚ ਵੀ ਨਾਲ ਨਰੇਗਾ ਦਾ ਪੈਸਾ ਐਡ ਹੋਊਗਾ ਤਾਂ ਫਿਰ ਲੱਗੂਗਾ। ਸਾਹਿਬ ਤੁਹਾਡਾ ਕੀ ਕਹਿਣਾ? ਜੋ ਮੇਰੀ ਸੋਚ ਹੈ ਜੀ, ਜਿੱਥੇ ਤੱਕ ਮੈਂ ਪਿੰਡਾਂ ਚ ਵੇਚਦਾ ਵੀ ਜਿਹੜਾ ਜਿਵੇਂ ਪਹਿਲਾਂ ਵੀ ਡਿਵੈਲਪਮੈਂਟ ਕੋਈ ਵੀ ਸਰਕਾਰਾਂ ਰਹੀਆਂ ਚੱਲਦਾ ਰਿਹਾ, ਪੈਸਾ ਆਉਂਦਾ ਰਿਹਾ, ਹੁਣ ਵੀ ਜੇ ਜਿੱਦਾਂ ਇਹਨਾਂ ਨੇ ਐਲਾਨ ਕੀਤਾ ਸਰਕਾਰਾਂ ਨੇ ਤੇ ਕੰਮ ਤਾਂ ਉਦੋਂ ਵਧੀਆ ਹੋਣਗੇ, ਪਰ ਇਹਨਾਂ ਨੂੰ ਆਪਣੇ ਜੋ ਵੀ ਲੋਕਾਂ ਨਾਲ ਵਾਧੇ ਜਾਂ ਪੰਚਾਇਤਾਂ ਨਾਲ ਵਾਧੇ ਹੋ ਗਏ ਅਸੀਂ ਇੰਨੇ ਨੇ ਫੰਡ ਜਾਂ ਜਿਵੇਂ ਹੁਣ ਨਵੀਂ ਇੱਕ ਨੀਤੀ ਬਣਾ ਰਹੇ ਹਾਂ ਵੀ ਜਿਹੜੀ ਕੋਈ ਵੀ ਗ੍ਰਾਂਟ ਆ ਸਰਪੰਚ ਨੂੰ ਸਿੱਧੇ ਤੌਰ ਤੇ ਦਿੱਤੀ ਜਾਊਗੀ, ਹਰੇਕ ਅਫਸਰ ਨੂੰ ਹਰੇਕ ਲੀਡਰ ਨੂੰ ਸੰਭਾਲਦਾ ਜਾਂ ਉਹਦੇ ਘਰੇ ਮੇਲਾ ਲੱਗਿਆ ਰਹਿੰਦਾ ਹੋਰ ਪਿੰਡ ਦੇ ਦੁੱਖ ਸੁੱਖ ਦੇ ਲਈ, ਉਹਨੇ ਚਾਹ ਪਾਣੀ ਵੀ ਪਾਉਣਾ, ਉਹਨੇ ਹੋਰ ਕੰਮ ਵੀ ਕਰਨੇ ਨੇ, ਜਾਂ ਕਿਤੇ ਗੱਡੀ ਲੈ ਕੇ ਸਕੂਟਰ ਮੋਟਰਸਾਈਕਲ ਲੈ ਕੇ ਜਾਣਾ, ਉਹਨੇ ਤੇਲ ਵੀ ਖਰਚ ਕਰਨਾ, ਉਹਨੂੰ ਫੋਟੋ ਕਾਪੀਆਂ ਵੀ ਕਰਾਉਣੀਆਂ ਨੇ, ਉਹਨੂੰ ਦੇਣ ਨੂੰ ਪੈਸੇ ਨਹੀਂ ਹੈਗੇ, ਪਰ ਜਿਹੜੇ ਸਾਬਕਾ ਫੌਜੀ ਲਾਤੇ ਨੇ ਉਹਨਾਂ ਨੂੰ ਦੇਣ ਨੂੰ 10-12 ਹਜ਼ਾਰ ਰੁਪਇਆ ਗੌਰਮੈਂਟ ਕੋਲ ਪੈਸਾ ਹੈ।
ਅਸੀਂ ਇਹਨਾਂ ਦੇ ਵਿਰੋਧੀ ਨਹੀਂ ਪਹੁੰਚੇ ਦੇ। ਦੇਖੋ ਇਹਨਾਂ ਨੇ ਜੰਗਾਂ ਲੜੀਆਂ ਨੇ, ਇਹਨਾਂ ਨੇ ਸਾਡੀ ਰਾਖੀ ਕੀਤੀ, ਅਸੀਂ ਇਹਨਾਂ ਦੇ ਵਿਰੋਧੀ ਨਹੀਂ। ਪਰ ਇਹਨੂੰ ਗੌਰਮੈਂਟ ਨੂੰ ਚਾਹੀਦਾ ਇਹਨਾਂ ਨੂੰ ਉਹੋ ਜਿਹਾ ਕੰਮ ਦੇਣ ਜਿਹੜਾ ਇਹ ਜਾਣਦੇ ਨੇ। ਪੰਚਾਇਤਾਂ ਬਾਰੇ ਇਹਨਾਂ ਨੂੰ ਕੋਈ ਨੌਲੇਜ ਨਹੀਂ, ਕਿਉਂਕਿ ਇਹ ਤਾਂ ਖੁਦ ਘਰੋਂ ਬਾਹਰ ਰਹੇ। ਘਰ ਤੇ ਇਹਨਾਂ ਦੇ ਇਹਨਾਂ ਦੀਆਂ ਔਰਤਾਂ ਨੇ ਬਣਾਏ ਹੁੰਦੇ ਆ, ਕੰਮ ਘਰੇ ਬੱਚਿਆਂ ਨੇ ਕੀਤੇ, ਇਹਨਾਂ ਨੂੰ ਘਰ ਬਾਰੇ ਕੋਈ ਨੌਲੇਜ ਨਹੀਂ। ਪਰ ਇਹਨਾਂ ਨੂੰ ਬਾਰਡਰ ਤੇ ਇਹਨਾਂ ਦੀ ਸੇਵਾਵਾਂ ਲੈਣ, ਉੱਥੇ ਇਹਨਾਂ ਦਾ ਸਤਿਕਾਰ ਹੋਊਗਾ। ਸਾਡੇ ਪਿੰਡਾਂ ਦੇ ਵਿੱਚ ਮੈਂ ਨਾ ਸਰ ਇਹੀ ਚਾਹੁੰਦਾ ਵੀ ਸਰਪੰਚਾਂ ਨੂੰ ਵੀ ਥੋੜਾ ਜਿਹਾ ਨਾ, ਜਾਣੀ ਕਿ ਕੋਈ ਲਿੰਕ ਐਮ ਪੀ ਆ ਜਿਹੜਾ ਵੀ ਮਿਲਦਾ, ਐਮ ਪੀ ਦੀ ਕਾਫੀ ਗ੍ਰਾਂਟਾਂ ਆਈਆਂ ਨੇ, ਉਹਨਾਂ ਨੂੰ ਲਿੰਕ ਜੇ ਹੋਣਾ ਚਾਹੀਦਾ, ਆਪਣੇ ਕੰਮਾਂ ਬਾਰੇ ਦੱਸਣਾ ਚਾਹੀਦਾ, ਸੁਝਾਓ। ਇਸ ਕਰਕੇ ਕਈ ਸਰਪੰਚ ਹੁਣ ਨਹੀਂ ਜਾਂਦੇ, ਜਾਂ ਪਹਿਲੀਆਂ ਗ੍ਰਾਂਟਾਂ ਆਈਆਂ ਹੀ ਲਾ ਨਹੀਂ ਹੋਈਆਂ, ਉਹ ਦੁਬਾਰਾ ਤਾਂ ਜਿੰਨੇ ਜੂਸੀ ਜਾਂਦਾ ਉਹਨਾਂ ਜਿਹੜਾ ਗ੍ਰਾਂਟ ਜਾਰੀ ਨਹੀਂ ਹੋਣੀ। ਅੱਛਾ, ਹੁਣ ਚਾਰਾਂ ਪੰਚਾਇਤ ਜੋ ਸਾਡੇ ਬੈਠੇ ਨੇ ਇੱਕ ਤਰ੍ਹਾਂ ਦੇ, ਇਹਨਾਂ ਨੂੰ ਇੱਕ ਵੱਡਾ ਸਵਾਲ ਆ ਜਿਹੜਾ ਹੁਣ, ਕਿਉਂਕਿ ਤੁਹਾਡੇ ਕਾਬਲੀਅਤ ਵੀ ਪੱਕ ਲਈ ਹੁਣ, ਤੁਸੀਂ ਕਿੰਨੇ ਕਿਰਤਪਾਲ ਸਿੰਘਪੁਰਾ ਸਾਹਿਬ, ਤੁਸੀਂ ਦੱਸ ਦਿਓ ਵੀ ਗ੍ਰਾਮ ਸਭਾ ਜਿਹੜੀ ਹੋਣੀ ਜ਼ਰੂਰੀ ਆ, ਜਿਹਨੂੰ ਆਪਾਂ ਆਮ ਇਜਲਾਸ ਕਹਿ ਦਿੰਦੇ ਹਾਂ, ਜੂਨ ਤੇ ਦਸੰਬਰ ਦੇ ਵਿੱਚ ਹੁੰਦੀ ਆ, ਤੁਸੀਂ ਆਪਣੇ ਇੰਨੇ ਸਮੇਂ ਦੇ ਵਿੱਚ ਕਿੰਨੀ ਵਾਰ ਜਿਹੜੀ 2 ਸਾਲ ਦੀ ਟਰਮ ਬਣਦੀ ਆ, ਦੋ ਇੱਕ ਬਜਟ ਦੀ ਤੇ ਆਮ ਜਿਹੜਾ ਹੁੰਦਾ ਇਜਲਾਸ, ਉਹਦੇ ਵਿੱਚ ਦੋਨੋਂ ਆਮ ਇਜਲਾਸ ਕੀ ਬੁਲਾਉਂਦੇ ਰਹੇ? ਅਸੀਂ ਬੁਲਾਉਂਦੇ ਰਹੇ ਹਾਂ, ਇਹ ਤਕਰੀਬਨ ਪੰਚਾਇਤਾਂ ਬੁਲਾਉਂਦੀਆਂ ਨੇ, ਕਾਫੀ ਪੰਚਾਇਤਾਂ ਨਹੀਂ ਵੀ ਬੁਲਾਉਂਦੀਆਂ ਜਿਹਨਾਂ ਨੂੰ ਨਹੀਂ ਜਾਣਕਾਰੀ, ਆਮ ਕਰਕੇ ਬੁਲਾਉਂਦੇ ਆ। ਜਿਵੇਂ ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ ਜਿਹੜੇ ਕੋਈ ਵਿਰੋਧੀ ਧਿਰੀ ਬਣ ਜਾਂਦੀ ਆ ਉਹ ਆਉਂਦੀ ਨੀ, ਸਗੋਂ ਦੂਜਿਆਂ ਨੂੰ ਵੀ ਰੋਕ ਲੈਂਦੇ ਨੇ, ਫਿਰ ਉਸ ਕਰਕੇ ਪ੍ਰੋਬਲਮ ਆਉਂਦੀ ਆ। ਅਸੀਂ ਬੁਲਾਈ ਆ, ਸਾਡੇ ਤਾਂ ਤੁਹਾਡੇ ਅਖਬਾਰਾਂ ਚ ਪਹਿਲੇ ਪਹਿਲੇ ਅਖਬਾਰ ਦੇ ਵਿੱਚ ਫੋਟੋਆਂ ਛਪੀਆਂ ਹੋਈਆਂ, ਅਸੀਂ ਤਾਂ ਜਿਹੜੀਆਂ ਬੁਲਾ ਕੇ ਅਖਬਾਰ ਚ ਲਾਈਆਂ। ਚਲੋ ਤੁਸੀਂ ਸੰਪਰਕ ਰਹੇ, ਹੁਣ ਤਾਂ ਚਲੋ ਦੁਨੀਆਂ ਤੇ ਤੁਸੀਂ ਲੀਡਰ ਹੋ, ਤੁਸੀਂ ਆਪਣੇ ਸਮੇਂ ਦੇ ਵਿੱਚ ਆਮ ਇਜਲਾਸ ਜਿਹੜੇ ਦੋਏ ਨੇ ਉਹ ਬੁਲਾਏ ਜੀ? ਬੁਲਾਏ ਜੀ, ਬਿਲਕੁਲ। ਅਸੀਂ ਆਮ ਇਜਲਾਸ ਕਰਕੇ ਪਿੰਡ ਨੂੰ ਪਹਿਲਾਂ ਦੱਸਦੇ ਸੀ ਵੀ ਆਹ ਕੰਮ ਕਰਨ ਵਾਲਾ ਹੋਣ ਵਾਲਾ, ਠੀਕ ਜੀ। ਪਰ ਕਈ ਵਾਰੀ ਇਹੋ ਜਿਹਾ ਮਾਹੌਲ ਬਣ ਜਾਂਦਾ ਕਿ ਆਮ ਇਜਲਾਸ ਵੀਡੀਓ ਦਫ਼ਤਰ ਵਿੱਚ ਵੀ ਪਾਏ ਜਾਂਦੇ ਆ, ਅਸੀਂ ਕਹਿੰਦੇ ਇਹ ਬੰਦ ਹੋਣੇ ਚਾਹੀਦੇ ਆ, ਆਮ ਇਜਲਾਸ ਜਨਤਾ ਵਿੱਚ ਕਾਗਜ਼ੀ ਕਾਰਵਾਈ ਨਹੀਂ। ਸ਼ਰਮਾ ਜੀ ਤੁਸੀਂ ਦੱਸੋ ਜੀ। ਦੇਖੋ ਸਾਡੇ, ਅਸੀਂ ਆਮ ਇਜਲਾਸ ਕਰਕੇ ਹੀ ਮੈਂ ਪੈਸੇ ਲੈ ਲਏ, ਜਦੋਂ ਵੀ ਬਜਟ ਬਣਦਾ ਜਿਹੜਾ ਹਾੜੀ ਸਾਉਣੀ ਦਾ ਆਉਂਦਾ ਉਹਦੇ ਵਿੱਚ ਬਜਟ ਪਾਸ ਕਰਦੇ ਸੀ, ਉਹ ਬਜਟ ਨੂੰ ਵੀ ਲਾ ਕੇ ਅੱਗੇ ਡੀਸੀ ਸਾਹਿਬ ਕੋਲ ਭੇਜ ਦਿੰਦੇ ਸੀ, ਮੇਰਾ ਬਕਾਇਦਾ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਨਾਲ ਨਾਲ। ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ? ਆਮ ਇਜਲਾਸ ਤਾਂ ਜੀ ਜ਼ਰੂਰੀ ਆ, ਮੈਂ ਨੀ ਕਹਿੰਦਾ ਦੋ, ਕਿਤੇ ਵੀ ਕੋਈ ਵੀ ਆਪਾਂ ਨਵਾਂ ਕੰਮ ਸ਼ੁਰੂ ਕਰਦੇ ਹਾਂ, ਪਿੰਡਾਂ ਦੇ ਜਿਹੜੇ ਲੋਕ ਨੇ ਜੇ ਆਪਾਂ ਉਹਨਾਂ ਦਾ ਸੰਜੋਗ ਲਵਾਂਗੇ, ਇੱਕ ਤਾਂ ਧੜੇਬੰਦੀ ਖਤਮ ਹੁੰਦੀ ਹੈ, ਵੀ ਸਾਡੀ ਸਲਾਹ ਹੋ ਗਈ, ਠੀਕ ਹੈ। ਕੋਈ ਵੀ ਇਹੋ ਜਿਹਾ ਹੋਊਗਾ, ਹੁਣ ਕਾਫੀ ਅਵੇਅਰ ਹੋ ਗਏ, ਅੱਗੇ ਹੁੰਦਾ ਸੀ ਵੀ ਪਹਿਲਾਂ ਲੱਗਦੀ ਸੀ ਉਹਦਾ, ਮੈਂ ਉਹਦੇ ਜਾਣਾ ਨੀ ਜੀ, ਹੁਣ ਤਾਂ ਸਾਡੇ ਇੱਕ ਦੂਜੇ ਦੇ ਜਾਣ ਦਿੰਦੇ ਆ ਬੰਦੇ, ਆਪਾਂ ਵਧੀਆ ਢੰਗ ਨਾਲ ਉਹਨੂੰ ਇਕੱਠੇ ਕਰਦੇ ਹਾਂ, ਵਧੀਆ ਢੰਗ ਨਾਲ ਸੋਚ ਨਾਲ ਉਹਨੂੰ ਦੱਸਦੇ ਹਾਂ, ਤੇ ਲੋਕਾਂ ਦਾ ਸਹਿਯੋਗ ਵੀ ਹੁੰਦਾ ਤੇ ਕਾਫੀ ਪਿੰਡ ਦਾ ਵਧੀਆ। ਜੇ ਆਮ ਇਜਲਾਸ ਤੁਹਾਡੇ ਵੱਲੋਂ ਕਰਵਾਏ ਜਾਂਦੇ ਨੇ ਤਾਂ ਪੰਚਾਇਤਾਂ ਦੇ ਉੱਤੇ ਜਿਹੜੇ ਭ੍ਰਿਸ਼ਟਾਚਾਰ ਦੇ ਕਿਉਂ ਰੋਕ ਲੱਗਦੇ ਨੇ? ਕਿਉਂਕਿ 6 ਮਹੀਨੇ ਬਾਅਦ ਤਾਂ ਸਾਰਾ ਕੁਝ ਡਿਜੀਟਲ ਹੋ ਜਾਂਦਾ ਇੱਕ ਦੂਜੇ ਦੇ ਲੋਕਾਂ ਦੇ ਵਿੱਚ, ਡਿਜੀਟਲ ਹੋ ਜਾਂਦਾ। ਇਹ ਸਵਾਲ ਦਾ ਜਵਾਬ ਵੀ ਕਿਤੇ ਤਰਪੁਰ ਸਾਹਿਬ ਤੁਸੀਂ ਕੀ ਦਾ ਸਵਾਲ ਹੈ, ਸਵਾਲ ਦੇ ਵਿੱਚੋਂ ਸਵਾਲ ਨਿਕਲਿਆ, ਸਿਰਫ ਇਹਦੇ ਬਾਰੇ ਦੱਸ ਦੋ, ਫਿਰ ਇਲਜ਼ਾਮ ਕਿਉਂ ਲੱਗਦੇ ਨੇ ਪੰਚਾਇਤਾਂ ਦੇ ਉੱਤੇ ਵੀ ਭ੍ਰਿਸ਼ਟ ਵੀ ਇਹਨਾਂ ਨੇ ਘੁਟਾਲੇ ਕੀਤੇ? ਘੁਟਾਲੇ ਵਾਲੀ ਤਾਂ ਕੋਈ ਗੱਲ ਨਹੀਂ ਆਈ ਵੀ ਘੁਟਾਲੇ ਵਾਲੀ ਤਾਂ ਹਜੇ ਉਸ ਤਰੀਕੇ ਦਾ ਕੋਈ ਨਹੀਂ ਆਈ। ਇਹ ਤਾਂ ਹੁਣ ਜਿਵੇਂ ਵੀਡੀਓ ਕੋਲ ਸਾਰਾ ਕਾਰਵਾਈ ਜਿਹੜੀ ਵੀ ਹੁੰਦੀ ਆ ਉਹ ਸਾਰੀ ਵੀਡੀਓ ਸਾਹਿਬ ਵੀ ਚੈੱਕ ਕਰਦੇ ਨੇ, ਉਹਨਾਂ ਕੋਲ ਜਾਂਦੀ ਆ ਤੇ ਘੁਟਾਲੇ ਸਿਰਫ ਪਿੰਡ ਦੀ ਧੜਾਬੰਦੀ ਕਰਕੇ ਜਿਹੜੇ ਪਰਚੇ ਹੁੰਦੇ ਆ, ਸਰਪੰਚ ਨੇ ਕੁਛ ਨੀ ਕਹਤਾ। ਦੇਖੋ ਇਹ ਜਿਹੜਾ ਹੈਗਾ ਜਿਵੇਂ ਸਾਥੀਆਂ ਦੱਸਿਆ, ਇਹ ਸਿਰਫ ਪਿੰਡਾਂ ਦੇ ਵਿੱਚ ਧੜੇਬੰਦੀ ਕਰਕੇ ਉਹ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੇ ਲਈ, ਇਹੀ ਹੁੰਦਾ ਵੀ ਉਹਨੂੰ ਨੀਵਾਂ ਦਿਖਾਈਏ ਕਿ ਅਸੀਂ ਉੱਤੇ ਆ ਜਾਈਏ, ਤੇ ਉਹਦੇ ਕੰਮ ਨੀ ਗਿਣੇ ਜਾਂਦੇ, ਉਹਦੇ ਔਗਣ ਨੀ ਗਿਣਦੇ, ਕਿੱਥੇ ਖੜਾ ਕਿਹਨੇ ਕਿੰਨਾ ਕੰਮ ਕੀਤਾ ਤੇ ਕਿਹੜਾ ਕੰਮ ਹੋ ਨੀ ਸਕਦਾ। ਲੋਕਾਂ ਨੂੰ ਜ਼ਿਆਦਾ ਮੌਕਾ ਮਿਲ ਗਿਆ ਜਦੋਂ ਜਿਹੜੇ ਪਿੰਡਾਂ ਦੀ ਧੜੇਬੰਦੀ ਆ ਜਾਂ ਕੋਈ ਵੀ ਆ, ਜਦੋਂ ਇਹਨਾਂ ਨੇ ਪ੍ਰਾਈਵੇਟ ਆਡਿਟ ਕੀਤੇ ਨਾ, ਚਲੋ ਕੀਤੇ ਵੀ ਅਸੀਂ ਇੱਦਾਂ ਕਰਨਾ, ਉਹਦੇ ਵਿੱਚ ਬੰਦੇ ਪਹਿਲਾਂ ਹੀ ਉਹਨਾਂ ਨੂੰ ਮਿਲ ਲੈਂਦੇ ਆ ਵੀ ਅਸੀਂ ਆਹ ਕਰਨਾ, ਉੱਥੇ ਰੌਲਾ ਪੈ ਗਿਆ, ਇਹਨੇ ਆਹ ਨੀ ਕੀਤਾ,
ਕਿਉਂਕਿ ਸਰਪੰਚ ਦਾ ਜਿਵੇਂ ਪ੍ਰਧਾਨ ਜੀ ਨੇ ਕਿਹਾ ਆਡਰ ਤਾਂ ਤੁਸੀਂ ਇੱਕ ਇੱਟ ਸੁਟਾ ਕੇ ਦੇਖ ਲਓ ਪਿੰਡ ਦੇ ਵਿੱਚ, ਕਿਤੇ ਗਲੀ ਕਾਕਰੀ ਕਾਲੀ ਬਣਾ ਕੇ ਦੇਖ ਲਓ, ਲੋਕ ਕੋਲੇ ਖੜ ਜਾਂਦੇ ਵੀ ਕਿੰਨੀ ਬੋਰੀ ਦਾ ਸੀਮੈਂਟ ਪੈ ਰਿਹਾ, ਕਿੰਨਾ ਪਾਣੀ ਪੈ ਰਿਹਾ, ਇਹਨਾਂ ਕੀ ਪੈ ਰਿਹਾ। ਸਮੁੱਚੇ ਜਿਹੜੇ ਮਹਿਮਾਨਾਂ ਦਾ ਅਸੀਂ ਇੱਥੇ ਜਿਹੜੀ ਅੱਜ ਦਾ ਜਿਹੜਾ ਸਿਲਵਰ ਜੁਬਲੀ ਜਿਹੜੀ ਪੰਚਾਇਤੀ ਡੇ ਆ ਉਹਦੀ ਜਿਹੜੀ ਮਨਾਇਆ ਪੰਚਾਇਤੀ ਦਿਨ ਆ ਜਿਹੜਾ ਉਹਦਾ ਅਸੀਂ ਜਿਹੜੀ 25 ਸਾਲਾਂ ਜਿਹੜੀ ਇੱਥੇ ਸਾਲਗਿਰਾ ਇੱਕ ਤਰ੍ਹਾਂ ਮਨਾ ਕੇ ਇੱਕ ਬਹਿਸ ਕੀਤੀ ਆ, ਤੇ ਇਹਦੇ ਵਿੱਚ ਬਹੁਤ ਸਾਰੇ ਮੁੱਦੇ ਵੀ ਅਸੀਂ ਹੱਲ ਕੀਤੇ ਨੇ ਤੇ ਉਹਦੇ ਬਾਰੇ ਵਿਚਾਰਾਂ ਵੀ ਹੋਈਆਂ ਨੇ, ਤੇ ਅਸੀਂ ਸਮਾਂ ਵੀ ਇਸ ਜਿਹੜੀ ਬਹਿਸ ਆ ਇਸ ਵਿਚਾਰ ਵਟਾਂਦਰੇ ਦੇ ਵਿੱਚ ਜ਼ਿਆਦਾ ਲੈ ਕੇ ਦਰਸ਼ਕਾਂ ਨੂੰ ਫਿਰ ਅਸੀਂ ਇਸ ਪੂਰੀ ਡਿਬੇਟ ਨੂੰ ਦੇਖਣ ਦੇ ਲਈ ਅਸੀਂ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਆਏ ਹੋਏ ਮਹਿਮਾਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।